ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਚਾਹੀ ਦਾ ਵਿਚਾਰ। ਇਹ ਅਸੀਂ ਹੁਣ ਨਵਾਂ ਸਿਲਸਿਲਾ ਸ਼ੁਰੂ ਕੀਤਾ ਜੀ ਪ੍ਰੋਗਰਾਮ ਚਾਹੀ ਦਾ ਵਿਚਾਰ ਲਾਈਵ ਤੁਹਾਡੇ ਨਾਲ। ਸਾਡੇ ਨਾਲ ਜੁੜੇ ਇਸ ਵਕਤ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਇਸ ਤੋਂ ਇਲਾਵਾ ਪੂਰੀ ਦੁਨੀਆ ਦੇ ਵਿੱਚ ਬੈਠੇ ਦਰਸ਼ਕਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਅਸੀਂ ਦੱਸ ਦਈਏ ਜੀ ਕਿ ਤੁਸੀਂ ਇਸ ਵਕਤ ਸਾਨੂੰ ਲਾਈਵ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ, ਯੂਟਿਊਬ ਦੇ ਉੱਪਰ, ਸਾਡੇ ਚੈਨਲ ਦੇ ਉੱਪਰ, ਇਸ ਤੋਂ ਇਲਾਵਾ ਸਾਡੀ ਐਪ ਦੇ ਉੱਪਰ। ਅਤੇ ਜਿੱਥੇ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਜ਼ਰੂਰ ਆਪਣੇ ਜਿਹੜੇ ਸਵਾਲ ਨੇ ਸਾਡੇ ਨਾਲ ਸਾਂਝੇ ਕਰਨਾ, ਕਿਉਂਕਿ ਅਸੀਂ ਜਿਹੜੀ ਗੱਲ ਕਹੀ ਸੀ ਕਿ ਅਸੀਂ ਹਾਈਜੈਕ ਕਰਕੇ ਲੈ ਕੇ ਆਵਾਂਗੇ ਇੱਕ ਹੋਰ ਸਿਆਣਾ ਬੰਦਾ, ਉਹ ਸਾਡੇ ਨਾਲ ਹਾਜ਼ਰ ਨੇ, ਪੰਨੂ ਸਾਹਿਬ। ਪੰਨੂ ਸਾਹਿਬ ਬਹੁਤ ਜੀ ਸ਼ੁਕਰੀਆ ਕਰ ਰਹੇ ਹਾਂ ਵਿਚਾਲੇ ਜੇ ਬੈਠ ਕੇ। ਅੱਜ ਤੁਸੀਂ ਬੈਠੇ ਥੋੜਾ ਜਿਹਾ ਰਿਲੈਕਸ ਤੇ ਹੋ। ਪਹਿਲਾਂ ਤਾਂ ਮੈਂ ਇਸ ਗੱਲ ਤੋਂ ਹੀ ਬੜਾ ਹੋਰ ਤਰ੍ਹਾਂ ਹੋਇਆ, ਤੂੰ ਆਖਿਆ ਸਿਆਣਾ ਜਿਹਾ ਬੰਦਾ, ਤੇ ਮੇਰੇ ਦਿਮਾਗ 'ਚ ਇੱਕਦਮ ਆਈ ਕਿ ਦੁਆਬੇ 'ਚ ਬੈਠਿਆ ਦੁਆਬੇ 'ਚ ਸਿਆਣੇ ਦਾ ਬੰਦਾ ਬੁੜਾ ਹੋ ਗਿਆ। ਦਰਅਸਲ ਸਾਡੇ ਤੇ ਸਾਹਿਬ ਐਕਚੁਅਲੀ ਦੋਸ਼ ਲੱਗਦਾ ਕਿ ਅਸੀਂ ਬਹੁਤ ਕਮਲ ਘੋਟਦੇ ਹਾਂ, ਤੇ ਅਸੀਂ ਕਿਹਾ ਵੀ ਕਿਉਂ ਨਾ ਮਤਲਬ ਥੋੜੀ ਜਿਹੀ ਸਿਆਣਪ ਵੀ ਐਡ ਆਨ ਕੀਤੀ ਜਾਵੇ। ਦੇਖੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਮੇਟੀ ਕਰਨ ਵਾਲੇ ਇਸ਼ਾਰਿਆਂ 'ਚ ਕਹਿ ਜਾਂਦੇ। ਜੀ ਜੀ। ਅੱਛਾ, ਜਿਹਨਾਂ ਨੂੰ ਅਸੀਂ ਕਮਲੇ ਕਹਿ ਦਿੰਦੇ ਹਾਂ, ਕਈ ਵਾਰੀ ਉਹ ਕਮਲੇ ਨਹੀਂ ਹੁੰਦੇ, ਉਹਨਾਂ ਦੇ ਅੰਦਰ ਕੋਈ ਨਾ ਕੋਈ ਦਰਦ ਛੁਪਿਆ ਹੁੰਦਾ ਜਿਹੜਾ ਉਹ ਇਸ ਢੰਗ ਨਾਲ ਪੇਸ਼ ਕਰਦੇ। ਮੈਨੂੰ ਯਾਦ ਹੈ ਤਰਨ ਤਾਰਨ ਦੇ ਵਿੱਚ ਇੱਕ ਬੁੜਾ ਹੁੰਦਾ ਸੀ, ਪੁਰਾਣੇ ਜੇ ਪਾਰਟੀ ਉਹਨੇ ਕੱਪੜੇ ਪਾਏ ਹੋਣੇ, ਇੱਕ ਉਹਦੇ ਕੋਲ ਸੀਟੀ ਹੁੰਦੀ ਸੀ, ਉਹਨੇ ਇੱਕ ਚੌਕ ਚ ਆ ਕੇ ਸੀਟੀ ਵਜਾ ਟੁਰ ਕਰਕੇ ਲੋਕ ਸਦਨ ਇਕੱਠੇ ਹੋਏ ਨੇ, ਤੇ ਉਹਨੇ ਆਖਣਾ ਚੋਰ ਰਾਜ, ਸਭ ਚੋਰਾਂ ਦਾ ਰਾਜ, ਅੱਗੇ ਤੁਰ ਪੈਣਾ। ਅਗਲੇ ਚੌਕ ਜਾ ਕੇ ਫਿਰ ਸੀਟੀ ਨਾਲ ਟੁਰ ਕਰਕੇ ਤੇ ਲੋਕ ਸਦਨ ਆਖਣਾ ਚੋਰ ਰਾਜ, ਸਭ ਚੋਰਾਂ ਦਾ ਰਾਜ। ਉਹ ਆਉਂਦਾ ਸੀ ਤੇ ਲੋਕੀ ਕਹਿੰਦੇ ਸੀ ਬਾਬਾ ਚੋਰ ਰਾਜ ਆ ਗਿਆ। ਬੜੇ ਚਿਰ ਬਾਅਦ ਸਾਨੂੰ ਇਹ ਪਤਾ ਲੱਗਾ ਕਿ ਉਹਦਾ ਸਾਰਾ ਕੁਝ ਲੁੱਟਿਆ ਪੁੱਟਿਆ ਗਿਆ ਸੀ, ਰਿਸ਼ਤੇਦਾਰਾਂ ਵੀ ਧੋਖਾ ਕੀਤਾ, ਪੁਲਿਸ ਵੀ ਉਹਨਾਂ ਨੇ ਗੰਢ ਲਈ, ਇਲਾਕੇ ਦਾ MLA ਵੀ ਗੰਢ ਲਿਆ, ਇੱਥੋਂ ਤੱਕ ਕਿ ਉਹ ਜਦੋਂ ਉਹਦੇ ਘਰ ਦੇ ਵਿੱਚ ਇੱਕ ਮੌਤ ਹੋਈ ਤੇ ਉਹਨੇ ਜਿਹੜਾ ਧਾਰਮਿਕ ਪੁਰਸ਼ ਲਿਆਂਦਾ ਉਹ ਵੀ ਦਰਵਾਜ਼ੇ ਤੋਂ ਆ ਕੇ ਮੁੜ ਗਿਆ, ਮੈਨੂੰ ਉਹਨਾਂ ਨੇ ਕਿਹਾ ਦੀ ਅਰਦਾਸ ਨੂੰ ਕਰਨੀਆਂ ਨੇ। ਉਦੋਂ ਫਿਰ ਉਹਦੇ ਸੱਟ ਲੱਗੀ ਮਨ ਦੇ ਉੱਤੇ ਤੇ ਚੋਰ ਰਾਜ ਚੋਰ ਰਾਜ ਚੋਰ ਰਾਜ ਕਰਦਾ ਹੀ ਮਰ ਗਿਆ। ਇੱਦਾਂ ਕਈ ਲੋਕ ਹੁੰਦੇ ਆ ਜਿਹਨਾਂ ਨੂੰ ਅਸੀਂ ਵੇਖਿਆ। ਕੁਛ ਤੁਸੀਂ ਇਹੋ ਜਿਹੇ ਵੇਖੋਗੇ ਜਿਹੜੇ ਸਰਕਸ ਦੇ ਜੋਕਰ ਆ, ਉਹ ਜੋਕ ਕਰਦਿਆਂ ਕਰਦਿਆਂ ਇਹੋ ਜਿਹੀ ਗੱਲ ਕਹਿ ਜਾਂਦੇ ਆ। ਫਿਰ ਕਦੇ ਕਦੇ ਸੋਚੀਦਾ ਕਿ ਇੱਦਾਂ ਦੇ ਪੰਜ ਸੱਤ ਕਮਲੇ ਹੋਰ ਹੋਣ ਸਾਡੇ ਸਮਾਜ 'ਚ, ਚੰਗਾ ਨਾ ਹੋਵੇ। ਉਹ ਕਹਿੰਦੇ ਜੀ ਬਹੁਤ ਹੀ ਗੁਪਤ ਸੂਤਰਾਂ ਤੋਂ ਪਤਾ ਚੱਲਿਆ ਕਿ ਸੁਖਦੀਪ ਸਿੰਘ ਜੀ ਲਿਖ ਰਿਹਾ ਸੁੱਚਾ ਸਿੰਘ ਛੋਟੇਪੁਰ ਅਬੋਹਰ ਨੂੰ ਜਾ ਰਹੇ ਆ ਤੇ ਕੁੜਤੇ ਪਜਾਮੇ ਦੇ ਵਾਸਕਟ ਦਾ ਨਾਪ ਦੇਣ ਲਈ। ਕੀ ਉਹਨਾਂ ਨੇ ਮੁੱਖ ਮੰਤਰੀ ਦੇ ਅਹੁਦੇ ਦੇ ਸਹੁੰ ਚੁੱਕ ਸਮਾਗਮ ਚ ਜਾਣਾ ਜਾਂ ਫਿਰ ਸਹੁੰ ਹੀ ਚੁੱਕ ਲੈਣੀ? ਮੁਕਤਸਰੀ ਕੁੜਤਾ ਪਜਾਮਾ ਬੜਾ ਮਸ਼ਹੂਰ ਹੈ ਨਾ ਲੀਡਰਾਂ ਚ, ਜੇ ਉੱਥੋਂ ਤੱਕ ਜਾਣਾ ਤੇ ਘੰਟਾ ਤਾਂ ਅੱਧਾ ਲੱਗਦਾ, ਪਰ ਰਾਜਸਥਾਨ ਚੋਂ ਤਿੱਲੇ ਵਾਲੀ ਜੁੱਤੀ ਵੀ ਲੈ ਪੈਂਦਾ ਜਦੋਂ ਤੁਰਨੇ, ਫਿਰ ਤਿਆਰੀ ਪੂਰੀ ਰੱਖਣੀ ਚਾਹੀਦੀ ਆ ਤੇ ਉਂਝ ਧਿਆਨ ਚ ਰੱਖਣਾ ਚਾਹੀਦਾ ਕਿ ਸਮਾਨ 100 ਵਰਸ ਕਾ ਪਲ ਕੀ ਖਬਰ ਨਹੀਂ। ਇਸੇ ਤਰ੍ਹਾਂ ਇੱਥੇ ਬੜੇ ਲੋਕ ਆ ਜਿਹੜੇ ਪ੍ਰਧਾਨ ਮੰਤਰੀ ਬਣਨੇ ਨਿਕਲੇ ਸੀ, ਲਾਲ ਕ੍ਰਿਸ਼ਨ ਅਡਵਾਨੀ ਵਿਚਾਰਾ ਸਾਰੀ ਉਮਰ ਪ੍ਰਧਾਨ ਮੰਤਰੀ ਦੀ ਕੁਰਸੀ ਵਾਲੀ ਫਿਰਦਾ ਰਿਹਾ, ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ, ਤੇ ਜਿਹਨੂੰ ਉਹਨੇ ਮੁੱਖ ਮੰਤਰੀ ਲਿਆ ਕੇ ਬਣਾਇਆ ਸੀ ਗਲੀਆਂ 'ਚ ਫਿਰਦੇ ਨੂੰ, ਉਹ ਆ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਹਿ ਗਿਆ ਤੇ ਉਹਨੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਬਿਰਧ ਘਰ 'ਚ ਟਿਕਾ ਦਿੱਤਾ, ਕਹਿੰਦਾ ਦਰਸ਼ਨ ਮੰਗ ਲਿਆ। ਤੇ ਉਹ ਅਡਵਾਨੀ ਉਦਨ ਦਾ ਮੇਰੇ ਖਿਆਲ ਉਹ ਫਿਲਮੀ ਗਾਣਾ ਬੋਲੀ ਜਾਂਦਾ ਹੋਣਾ, ਹਮ ਵਫਾ ਕੇ ਵੀ ਤਨਹਾ ਰਹਿ ਗਏ ਦਿਲ ਕੇ ਅਰਮਾ ਆਂਸੂਆਂ ਮੇਂ ਬਹਿ ਗਏ। ਅੱਛਾ, ਇੱਥੇ ਪੰਜਾਬ ਵਿੱਚ ਵੀ ਬੜੇ ਲੋਕ ਹੈ ਜਿਹੜੇ ਮੁੱਖ ਮੰਤਰੀ ਦੀ ਕੁਰਸੀ
ਝਾਕਦੇ 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 ਇੱਕ ਬੰਦਾ ਲਾਲੂ ਪ੍ਰਸਾਦ ਯਾਦਵ ਹੈ ਜਿਹੜਾ ਖੁੱਲ ਕੇ ਕਹਿੰਦਾ ਮੈਂ ਕੁਰਸੀ ਵੱਲ ਝਾਕਦਾ ਬਾਕੀ ਕੋਈ ਨੀ ਜੀ ਜੀ ਇੱਕ ਵਾਰੀ ਪਾਰਲੀਮੈਂਟ ਦੀ ਗੱਲ ਚੱਲੀ ਸੀ ਕਿ ਇੱਥੇ ਕਈ ਲੋਕ ਆ ਜਿਹੜਾ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਆ ਹਰ ਕਿਸੇ ਨੇ ਆਖਿਆ ਮੈਨੂੰ ਕੋਈ ਪ੍ਰਧਾਨ ਮੰਤਰੀ ਦੇ ਅਹੁਦੇ ਦਿਖੇ ਚ ਨਹੀਂ ਲਾਲੂ ਬੋਲਣ ਲੱਗਾ ਕਹਿੰਦਾ ਸਾਰੇ ਝੂਠ ਬੋਲਦੇ ਸਾਰੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਮੈਂ ਖੁੱਲ ਕੇ ਕਹਿੰਦਾ ਕਿ ਮੈਂ ਕਈ ਵਾਰੀ ਸੁਪਨਾ ਲਿਆ ਉਹ ਮਨਮੋਹਨ ਸਿੰਘ ਵਾਲੀ ਕੁਰਸੀ ਦਾ ਮੈਂ ਮੁੜ ਸੋਚਦਾ ਨਾ ਕਿ ਮੈਨੂੰ ਨੀ ਮਿਲ ਸਕਦੀ ਜਿਸ ਦਿਨ ਮਿਲ ਜਾਏਗੀ ਮੈਂ ਬੈਠ ਜਾਗਾ ਤੇ ਜੇ ਨਹੀਂ ਮਿਲੀ ਤੇ ਉਹਨਾਂ ਚਿਰ ਮੈਨੂੰ ਵੇਖਣ ਦਾ ਵੀ ਹੱਕ ਨੀ ਮੈਂ ਵੇਖ ਰਿਹਾ ਔਰ ਉਹਨੂੰ ਇਹ ਆਖਿਆ ਗਿਆ ਕਿ ਤੂੰ ਫਲਾਣੇ ਫਲਾਣੇ ਤੋਂ ਡਰਦਾ ਕਹਿੰਦਾ ਮੈਂ ਕਿਹਦੇ ਤੋਂ ਡਰਦਾ ਮੇਰਾ ਜਨਮ ਹੋਇਆ ਸੀ 1947 ਚ ਅੰਗਰੇਜ਼ 1947 ਚ ਡਰਦੇ ਇਸ ਕਰਕੇ ਭੱਜ ਗਏ ਕਿ ਅਗਲੇ ਸਾਲ ਸੋ ਬੰਦਾ ਹੋਵੇ ਇਸ ਤਰ੍ਹਾਂ ਦਾ ਦੀਦਾ ਦਲੇਰੀ ਵਾਲਾ ਹੋਵੇ ਖੁੱਲ ਕੇ ਹੋਵੇ ਉਹ ਜਿੱਦਾਂ ਦਾ ਵੀ ਹੈ ਲੋਕੀ ਨੂੰ ਕਰਪਟ ਕਹਿਣ ਕੁਛ ਕਹਿਣ ਪਰ ਗੱਲ ਤੇ ਠੋਕ ਕੇ ਕਹਿ ਨਹੀਂ ਜਾਣਦਾ ਨਾ ਦੇਖੋ ਇਹ ਵਿਪੁਲ ਜੀ ਪੁੱਛ ਰਹੇ ਆ ਕਿ ਵੀ ਜਿਹੜਾ ਉਹਨਾਂ ਨੇ ਇੱਕ ਮਤਲਬ ਪੁੱਛਿਆ ਕਿ ਕੰਸਿਡਰ ਕਰਦੇ ਹੋ ਤੁਸੀਂ ਪਤਾ ਨਹੀਂ ਅਜੀਬ ਜਿਹਾ ਇੱਕ ਵਰਡ ਲਿਖਿਆ KUCHAJJEYAN ਇਹਦਾ ਕੀ ਅੱਗੇ ਕੀ ਹੋ ਗਿਆ CHAJJEYAN ਡਬਲ ਜੇ ਈ ਵਾਈ ਐਨ ਇਹ ਸਮਝ ਨਹੀਂ ਸਕਿਆ ਜੇ ਕਿਤੇ ਥੋੜਾ ਜਿਹਾ ਮੁਸ਼ਕਿਲ ਹੁੰਦੀ ਸੀ ਕਿ ਮੈਂ ਬਹੁਤ ਵਧੀਆ ਸੀ ਪਰ ਜਦੋਂ ਅਲਜਬਰਾ ਆਉਂਦਾ ਸੀ ਉੱਥੇ ਜਾ ਕੇ ਗਿਰ ਫਸ ਜਾਂਦੇ ਸੀ ਤੁਹਾਨੂੰ ਸਾਹਿਬ ਬੜੇ ਸਵਾਲ ਆ ਰਹੇ ਆ ਕਿ ਆ ਜਿਹੜਾ 48 ਬੂਥਾਂ ਤੇ ਕਹਿੰਦੇ ਚੋਣਾਂ ਦੁਬਾਰਾ ਹੋਣੀਆਂ ਇਹਦੇ 'ਚ ਜਿੱਦਾਂ ਉਹ ਕੱਲ੍ਹ ਦੀ ਵੀ ਇੱਕ ਆਪਾਂ ਮੇਰਾ ਖਿਆਲ ਕਾਲ ਵੀ ਔਨਅਰ ਕੀਤੀ ਸੀਗੀ ਇਸ ਤੋਂ ਪਹਿਲਾਂ ਲਾਲੀ ਮਜੀਠੀਆ ਹੋਰਾਂ ਵੀ ਸ਼ੱਕ ਜ਼ਾਹਰ ਕੀਤਾ ਸੀ ਵੀ ਬਿਕਰਮ ਮਜੀਠੀਆ ਹੋਰਾਂ ਦਾ ਹੱਥ ਹੋ ਸਕਦਾ ਕੀ ਲੱਗਦਾ ਤੁਹਾਨੂੰ ਹੈ ਕੋਈ ਗੱਲਬਾਤ ਨਹੀਂ ਇਹ ਜਿਹੜੇ ਉੱਥੇ ਗੜਬੜ ਹੋਈ ਹੈ ਨਾ ਜੀ ਜੀ ਉਹ ਇਸ ਕਰਕੇ ਹੋਈ ਹੈ ਕਿ ਕੁਝ ਚੱਜੀਆਂ ਦਾ ਟੱਬਰ ਬੈਠਾ ਸੀ ਅੱਛਾ ਕੋਈ ਵੀ ਗੱਡੀ ਲਿਆਂਦੀ ਜਾਵੇ ਡਰਾਈਵਰ ਨੂੰ ਚਲਾਉਣੀ ਸਿਖਾਈ ਦੀ ਆ ਬਹਿਣ ਵਾਲਿਆਂ ਨੂੰ ਦੱਸੀਦਾ ਕਿ ਇਸ ਤਰ੍ਹਾਂ ਆਉਣਾ ਜੇ ਨਵੀਂ ਗੱਡੀ ਹੋਈ ਤੇ ਦੱਸੀਦਾ ਕਿ ਤੁਹਾਨੂੰ ਸੀਟ ਬੈਲਟ ਨਾ ਲਾਈ ਤੇ ਇਹਦੇ ਵਿੱਚ ਆਵਾਜ਼ ਆਉਣੀ ਆ ਕਿ ਆਪਣੀ ਸੀਟ ਬੈਲਟ ਲਾ ਲਓ ਤੇ ਇੱਦਾਂ ਅੰਗਰੇਜ਼ੀ 'ਚ ਬੋਲਦੀ ਆ ਤੁਹਾਨੂੰ ਪੰਜਾਬੀ ਆਉਂਦੀ ਆ ਸਮਝ ਨਹੀਂ ਲੱਗਣੀ ਇਹ ਹੁਣ ਭਾਰਤ ਆ ਗਿਆ ਉੱਥੇ ਜਿਹੜੀਆਂ ਮਸ਼ੀਨਾਂ ਆਈਆਂ ਪਹਿਲੀ ਵਾਰ ਇਸ ਤਰ੍ਹਾਂ ਦੀਆਂ ਮਸ਼ੀਨਾਂ ਸੀ ਜਿਹਨਾਂ 'ਚ ਜਦੋਂ ਤੁਸੀਂ ਬਟਨ ਦੱਬਦੇ ਆ ਜੀ ਜੀ ਚੋਣ ਨਿਸ਼ਾਨ ਨਾਲ ਇੱਕ ATM ਮਸ਼ੀਨ ਵਰਗੀ ਪਹਿਲੇ ਲੱਗੀ ਸੀ ਉਹਦੀ ਸਕਰੀਨ ਦੇ ਉੱਤੇ ਆਉਂਦਾ ਸੀ ਕਿ ਤੁਸੀਂ ਕਿਹਦਾ ਬਟਨ ਦੱਬਿਆ ਉਹਦੀ ਫੋਟੋ ਉਹਦਾ ਨਾਂ ਉਹਦਾ ਚੋਣ ਨਿਸ਼ਾਨ ਤਿੰਨੇ ਚੀਜ਼ਾਂ ਆਉਂਦੀਆਂ ਸੀ ਉਹ 7 ਸੈਕਿੰਡ ਰੋਕਦੀਆਂ ਸੀ ਫਿਰ ਉਹ ਚ ਇੱਕ ਪਰਚੀ ਨਿਕਲਦੀ ਸੀ ਤੇ ਮਸ਼ੀਨ ਦੇ ਵਿੱਚ ਡਿੱਗ ਪੈਂਦੀ ਸੀ ਉਹ ਡਬਲ ਚੈੱਕ ਸਿਸਟਮ ਰੱਖਿਆ ਸੀ ਕਿ ਜੇ ਕੱਲ੍ਹ ਨੂੰ ਕੋਈ ਇਹ ਆਖੇ ਕਿ ਫਲਾਣੇ ਪਿੰਡ ਚੋਂ ਮੈਨੂੰ ਤਾਂ 700 ਵੋਟਾਂ ਪਈਆਂ ਸੀ ਤੇ ਨਿਕਲੀਆਂ 300 ਆ ਤੇ ਉਹਨੂੰ ਆਖੇ ਜੀ ਕੋਈ ਨੀ ਕ੍ਰਾਸ ਚੈੱਕ ਕਰ ਲੈਣੇ ਲਾਗੇ VVR ਪੈਡ ਜਿਹੜੀ ਮਸ਼ੀਨ ਹੈ ਉਹਦੇ ਵਿੱਚ ਪਰਚੀਆਂ ਪਈਆਂ ਆਪਾਂ ਪਰਚੀਆਂ ਕੱਢ ਕੇ ਗਿਣ ਲੈਂਦੇ ਹਾਂ ਤੇ ਦੋਵੇਂ ਕ੍ਰਾਸ ਚੈੱਕ ਹੋ ਜਾਂਦੇ ਹੁਣ ਹੋਇਆ ਇਹ ਕਿ ਜਿਹੜੇ ਬੂਥਾਂ ਦੇ ਉੱਤੇ ਪ੍ਰੈਜ਼ਾਈਡਿੰਗ ਅਫਸਰ ਗਏ ਉਹਨਾਂ ਨੇ ਇੱਕ ਅਕਾਲੀਆਂ ਦਾ ਪੋਲਿੰਗ ਏਜੰਟ ਇੱਕ ਕਾਂਗਰਸ ਦਾ ਇੱਕ ਆਪ ਪਾਰਟੀ ਦਾ ਇੱਕ ਕੋਈ ਇੱਧਰ ਉੱਧਰ ਦੀ ਪਾਰਟੀ ਦਾ ਜਿੰਨੇ 8-10 ਜਣੇ ਸਨ ਉਹਨਾਂ ਨੂੰ ਸੱਦ ਕੇ ਆਖਿਆ ਆਏ ਦੇਖੋ ਤੁਹਾਨੂੰ ਸਮਝਾ ਗਏ ਸਮਝਾਉਣ ਲੱਗਾ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਬਟਨ ਨੱਪਣਾ ਇਸ ਤਰ੍ਹਾਂ ਇਹਦੇ ਵਿੱਚ ਫੋਟੋ ਆਊਗੀ ਇਸ ਤਰ੍ਹਾਂ ਇਹ 'ਚ ਪ੍ਰਿੰਟ ਨਿਕਲੂਗਾ ਜੀ ਇੱਕ ਜਣੇ ਨੇ ਆਖਿਆ ਮੈਨੂੰ ਆਪਣੀ ਪਰਚੀ ਕੱਢ ਕੇ ਵੇਖ ਲੈਣ ਤੇ ਵੀ ਸਾਡਾ ਨਿਕਲਦਾ ਦੂਜੇ ਨੇ ਆਖਿਆ ਮੈਨੂੰ ਵੀ ਵੇਖ ਲੈਣ ਤੀਜੇ ਨੇ ਆਖਿਆ ਹੁਣ ਇਹਨੂੰ ਕਹਿੰਦੇ ਆ ਮੌਕ ਡ੍ਰਿਲ ਜਿੱਦਾਂ ਕਦੇ ਕਦੇ ਕਹਿੰਦੇ ਅੱਗ ਲੱਗ ਗਈ ਅਸਲ 'ਚ ਅੱਗ ਲੱਗੀ ਨਹੀਂ ਹੁੰਦੀ ਅੱਗ ਲੱਗੀ ਦਾ ਲਿਖਾ ਪਾ ਕੇ ਤੇ ਬੁਝਾਉਣ ਦੀ ਪ੍ਰੈਕਟਿਸ ਕਰਦੇ ਆ ਇਹ ਮੌਕ ਡ੍ਰਿਲ ਸੀ ਜਿਹੜੀ ਉਹਨਾਂ ਬੂਥਾਂ ਤੇ ਕੀਤੀ ਗਈ ਤੇ ਕਰਨ ਤੋਂ ਬਾਅਦ ਪ੍ਰੈਜ਼ਾਈਡਿੰਗ ਅਫਸਰ ਏਡੇ ਸਿਆਣੇ ਸੀ ਉਹਨਾਂ ਨੇ ਉਹ ਮਸ਼ੀਨਾਂ ਖਾਲੀ ਨਹੀਂ ਕੀਤੀਆਂ ਉਹ ਡਾਟਾ ਡਿਲੀਟ ਨਹੀਂ ਕੀਤਾ ਉਸੇ ਤਰ੍ਹਾਂ ਮੁੜ ਕੇ ਪਾਉਣ ਲੱਗ ਪਏ ਇਹ ਨਹੀਂ ਪਤਾ ਲੱਗਾ ਕਿ ਪਹਿਲੀਆਂ ਕਿੰਨੀਆਂ ਪੈ ਗਈਆਂ ਕਿੰਨੀਆਂ ਨਹੀਂ ਪੈ ਗਈਆਂ ਉਹ ਮੌਕ ਡ੍ਰਿਲ ਉਹਦੇ ਵਿੱਚ ਸ਼ਾਮਲ ਹੋ ਗਈ ਦੂਸਰਾ 2-3 ਥਾਵਾਂ ਦੇ ਉੱਤੇ ਮਸ਼ੀਨਾਂ 'ਚ ਸਾਫਟਵੇਅਰ ਦਾ 19 ਦਾ ਕੋਈ ਨਾ ਕੋਈ ਨੁਕਸ ਨਿਕਲਿਆ ਇਹ ਇਸ ਕਰਕੇ ਹੋ ਰਿਹਾ ਕਿ ਕਈਆਂ ਥਾਵਾਂ ਤੇ ਕਚੱਜੇ ਬੰਦੇ ਹੁੰਦੇ ਆ ਤੁਸੀਂ ਵੇਖਿਆ ਹੋਊਗਾ ਤੁਹਾਡੇ ਹੱਥ ਤੇ ਨਿਸ਼ਾਨ ਲੱਗਾ ਜੋਤੀ ਵੋਟ ਪਾਉਣ ਗਿਆ ਦਿਖਾਓ ਭਲਾ ਕਿੰਨਾ ਕੁ ਇੰਨਾ ਨਾ ਤੁਹਾਡੇ ਕਿੰਨਾ ਲੱਗਾ ਮੈਂ ਤਾਂ ਉਹ ਨਾਲ ਹੀ ਪਹੁੰਚਦਾ ਸੀ ਨਾਲ ਹੀ ਪਹੁੰਚਦਾ ਸੀ ਨਾ ਤੇ ਮੇਰੇ ਤੁਸੀਂ ਵੇਖੋ ਐਡਾ ਕਚੱਜਾ ਬੰਦਾ ਸੀ ਕੋਈ ਜਿਹਨੇ ਆਵੇ ਸਾਰੀ ਉਂਗਲ ਹੀ ਲਿਬੜ ਦਿੱਤੀ ਆ ਹੁਣ ਇਹ 3 ਮਹੀਨੇ ਮੇਰੀ ਉਂਗਲ ਲਿਬੜੀ ਰਹਿਣੀ ਆ ਉਹਨੇ ਇਸ ਮਤਲਬ ਚੰਗਾ ਪਾਤਾ ਇਹਦੇ ਤੋਂ ਪਤਾ ਲੱਗਦਾ ਕਿ ਜਿਹੜੇ ਪ੍ਰੈਜ਼ਾਈਡਿੰਗ ਸਟਾਫ ਹੈ ਸਾਡਾ ਜੀ ਜੀ ਉਹਨਾਂ ਨੂੰ ਵੀ ਜਿਸ ਤਰ੍ਹਾਂ ਦੀ ਪਹਿਲਾਂ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਆ ਉਹ ਟ੍ਰੇਨਿੰਗ ਦਿੱਤੀ ਨਹੀਂ ਜਾਂਦੀ ਉਹਦਾ ਕਰਕੇ ਉਹ ਆਪ ਵੀ ਬਹੁਤਾ ਸੀਰੀਅਸ ਨਹੀਂ ਹੁੰਦੇ ਉਹ
ਪੰਜਾਬੀ ਦਾ ਮੁਹਾਵਰਾ ਨੇ ਜਿਹੋ ਜਿਹੇ ਮਰਨ ਵਾਲੇ ਉਹੋ ਜਿਹੇ ਫੂਕਣ ਵਾਲੇ, ਜਿਹੋ ਜਿਹੇ ਟ੍ਰੇਨਿੰਗ ਦੇਣ ਵਾਲੇ ਉਹੋ ਜਿਹੇ ਟ੍ਰੇਨਿੰਗ ਲੈਣ ਵਾਲੇ, ਉਹੋ ਜਿਹੇ ਅੱਗੇ ਪੋਲਿੰਗ ਬੂਥਾਂ ਤੇ ਬੈਠੇ ਆ, ਉਹ ਸਾਰੇ ਕਚੱਜੀਆਂ ਦਾ ਟੱਬਰ ਸੀ, ਉਸ ਕਚੱਜੀਆਂ ਦੇ ਟੱਬਰ ਦਾ ਕਰਕੇ ਇੰਨੇ ਬੂਥਾਂ ਤੇ ਦੁਬਾਰਾ ਵੋਟਾਂ ਪੈਣ। ਅੱਛਾ ਗੱਲ ਏਦਾਂ, ਹਰਜੀਤ ਸਿੰਘ ਜੀ ਸਿਆਟਲ ਤੋਂ, ਜਤਿੰਦਰ ਜੀ ਨੂੰ ਤੇ ਗੁਰਪ੍ਰੀਤ ਜੀ, ਹਰਮਨ ਜੀ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ, ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ। ਤੇ ਉਹ ਕਹਿੰਦੇ ਜੀ ਵੀ ਜੀਆਂ ਕਹਿ ਰਹੇ ਨੇ ਤੁਹਾਨੂੰ। ਤੇ ਅੱਛਾ, ਜਿਹੜਾ ਉਹ ਵਰਡ ਸੀ ਉਹ ਵੀ ਉਹਨਾਂ ਨੇ ਦੁਬਾਰਾ ਭੇਜ ਦਿੱਤਾ ਵਿਪੁਲ ਹੋਰਾਂ ਨੇ, ਉਹ ਕਹਿੰਦੇ ਕਿ ਕੁਚੱਜਿਆਂ ਦਾ ਟੋਲਾ ਤੁਸੀਂ ਮੰਨਦੇ ਹੋ ਅਜੇ ਵੀ ਆਪ ਨੂੰ ਕਿ ਨਹੀਂ ਹੁਣ ਸਹੀ ਹੋ ਗਏ ਹੋ? ਨਹੀਂ, ਉਹ ਕੁਚੱਜ ਲਿਖਿਆ ਸੀ ਉਹਨਾਂ ਨੇ ਆਪਣੇ ਨਾਲ ਕੁਚੱਜ। ਦੇਖੋ ਜੇ ਤੁਸੀਂ ਮੇਰੇ ਬਾਰੇ ਪੁੱਛੋ ਤੇ ਮੈਂ ਆ ਜ਼ਿੰਦਗੀ ਤੇ ਇੰਨੇ ਕੁ ਸਾਲਾਂ ਚ ਪਤਾ ਨਹੀਂ ਕਿੰਨੇ ਦੇਸ਼ਾਂ ਚ ਘੁੰਮਿਆ, ਘੁੰਮ ਘੁਮਾ ਕੇ ਜਦੋਂ ਮੈਂ ਘਰ ਆਉਣਾ ਤੇ ਪਹਿਲੀ ਹਾਲਤ ਮੇਰੀ ਹੁੰਦੀ ਕਿ ਟੁੱਟੇ ਪੁਰਾਣੇ ਖੌਂਸਲੇ ਬਸੰਤੀ ਹੋ ਰਹੀ ਆਏ, ਤੇ ਦੂਜਾ ਫਿਰ ਮੈਂ ਸੋਚਦਾ ਕਿ ਤਰਨ ਤਾਰਨ ਤੋਂ ਜਲੰਧਰ ਆ ਗਿਆ, ਇੱਥੋਂ ਹੁਣ ਅੱਗੇ ਕਿੱਥੇ ਚੱਲ ਜਾਣਾ, ਤੇ ਜੋ ਮੇਰੀ ਹਾਲਤ ਤਰਨ ਤਾਰਨ ਸੀ ਉਹ ਇੱਥੇ ਹੈ, ਲਾਹੌਰ ਦੇ ਬੁੱਧੂ ਪਿਛੋਰ ਵੀ ਬੁੱਧੂ ਹੀ ਰਹਿੰਦੇ, ਫਰਕ ਫੁਰਕ ਦੇ ਪੈਂਦਾ ਕੋਈ ਨਹੀਂ। ਮੈਂ ਤਾਂ ਅਜੇ ਵੀ ਆਪਣੇ ਆਪ ਨੂੰ ਕੁਚੱਜਾ ਮੰਨ ਕੇ ਚੱਲਦਾ, ਜਿਹੜੇ ਚੱਜ ਵਾਲੇ ਉਹ ਮੇਰੇ ਖੱਬੇ ਸੱਜੇ ਦੋਵੇਂ ਬੈਠੇ ਆ। ਸੁਣੋ, ਤੁਸੀਂ ਸੀ ਕਿ ਆਮ ਪਾਰਟੀ ਕੁਚੱਜੀ ਟੋਲਾ, ਤੁਸੀਂ ਆਪਣੇ ਲਾ ਕੇ ਤੇ ਉਹ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਜੀ ਜੀ, ਦੇਖੋ ਉਹਨਾਂ ਨੂੰ ਕੁਚੱਜਿਆਂ ਦਾ ਟੋਲਾ ਸੀ ਇਸ ਕਰਕੇ ਕਹਿੰਦੇ ਸੀ ਕਿ ਜਿਸ ਤਰ੍ਹਾਂ ਜੈ ਪ੍ਰਕਾਸ਼ ਨਾਰਾਇਣ ਨੇ ਇੱਕ ਵਾਰੀ ਆਖਿਆ ਸੀ ਮੇਰੀ ਕੋਈ ਪਾਰਟੀ ਨਹੀਂ, ਮੇਰਾ ਕੋਈ ਸਿਧਾਂਤ ਨਹੀਂ, ਸੰਪੂਰਨ ਇਨਕਲਾਬ ਕਰਨਾ, ਜੇ ਪਾਰਟੀ ਨਹੀਂ ਸਿਧਾਂਤ ਨਹੀਂ ਤੇ ਇਨਕਲਾਬ ਕਿੱਦਾਂ ਕਰਨਾ। ਉਹਦੇ ਵਿੱਚ ਉਸ ਵਕਤ ਦੇ ਜਿਹੜੇ ਸਿੱਖ ਹੋਮਲੈਂਡ ਵਾਲੇ ਸੀ, ਉਦੋਂ ਅਜੇ ਖਾਲਿਸਤਾਨ ਦਾ ਨਾਂ ਨਹੀਂ ਸੀ, ਸਿੱਖ ਹੋਮਲੈਂਡ ਵਾਲੇ ਸੀ ਉਹ ਵੀ ਸ਼ਾਮਿਲ ਹੋ ਗਏ, ਅਨੰਦਪੁਰ ਦੇ ਮਤੇ ਵਾਲੇ ਵੀ ਸ਼ਾਮਿਲ ਹੋ ਗਏ, ਜਿਹੜੇ ਕਹਿੰਦੇ ਸੀ ਹਿੰਦੂ ਰਾਸ਼ਟਰ ਬਣਾਉਣਾ ਉਹ ਵੀ ਸ਼ਾਮਿਲ ਹੋ ਗਏ, ਮੌਲਾਨਾ ਇਮਾਮ ਬੁਖਾਰੀ ਜਿਹੜਾ ਸੀ ਦਿੱਲੀ ਵਾਲਾ ਉਹ ਵੀ ਸ਼ਾਮਿਲ ਹੋ ਗਿਆ, ਨਕਸਲੀ ਵੀ ਸ਼ਾਮਿਲ ਹੋ ਗਏ, ਸੀਪੀਐਮ ਵਾਲੇ ਕਾਮਰੇਡ ਸੁਰਜੀਤ ਹੋਰਾਂ ਦੇ ਕਹਿਣ ਤੇ ਆ ਗਏ। ਉਹ ਇੱਦਾਂ ਦੀ ਖਿਚੜੀ ਬਣ ਗਈ, ਬਲਗੋਬਾ ਜਿਹਾ ਬਣ ਗਿਆ ਜਿਹਦਾ ਪਤਾ ਸੀ ਚੱਲ ਨਹੀਂ ਸਕਣਾ। ਉਦੋਂ ਬਾਅਦ ਇੱਕ ਦੋ ਤਜਰਬੇ ਹੋਰ ਹੋਏ ਸੀ। ਇਸ ਵਾਰੀ ਆਮ ਆਦਮੀ ਪਾਰਟੀ ਹੈ, ਪਾਰਟੀ ਚੰਗੀ ਹੈ, ਕੋਈ ਮਾੜੀ ਗੱਲ ਨਹੀਂ, ਅਸੀਂ ਇਹਦੇ ਚ ਕੋਈ ਨੁਕਸ ਨਹੀਂ ਕੱਢਦੇ, ਪਰ ਘਾਟ ਇੱਕ ਹੈ, ਉਹ ਇੱਕੋ ਹੀ ਕਹੀ ਜਾਂਦੇ ਸੰਵਿਧਾਨ ਲਾਗੂ ਕਰਨਾ, ਨਾਲੇ ਸੰਵਿਧਾਨ ਦੇ ਨੁਕਸ ਕੱਢੀ ਜਾਂਦੇ ਨੇ ਜੀ ਜੀ। ਉਹ ਕਹਿੰਦੇ ਜੀ ਚੋਣ ਦੇ ਨਿਯਮ ਲਾਗੂ ਕਰਨੇ ਆ, ਨਾਲੇ ਚੋਣ ਨਿਯਮਾਂ ਦੇ ਨੁਕਸ ਕੱਢੀ ਜਾਂਦੇ ਨੇ। ਇਹਨਾਂ ਨੂੰ ਇਹ ਪੁੱਛੋ ਕਿ ਤੁਹਾਡਾ ਪਾਰਟੀ ਪ੍ਰੋਗਰਾਮ ਕੀ ਹੈ, ਕੋਈ ਵੀ ਪਾਰਟੀ ਬਣਦੀ ਉਹਦਾ ਕੋਈ ਪ੍ਰੋਗਰਾਮ ਹੁੰਦਾ ਐਲਾਨ ਕੀਤਾ ਜਾਂਦਾ ਜੀ ਜੀ, ਤੁਹਾਡੀ ਵਰਕਿੰਗ ਕਲਾਸ ਵਾਸਤੇ ਕੀ ਪਾਲਿਸੀ ਹੈ, ਕਿਸਾਨਾਂ ਵਾਸਤੇ ਕੀ ਪਾਲਿਸੀ ਹੈ, ਇਹ ਆਖੀ ਜਾਣਾ ਕਿ ਅਸੀਂ ਕਿਸਾਨਾਂ ਦੇ ਭਲੇ ਦੇ ਕੰਮ ਕਰਾਂਗੇ ਜੀ ਜੀ। ਆ 40 ਸਾਲ ਖੱਪ ਕੇ ਕਾਮਰੇਡ ਜ਼ੀਰੋ ਇਸ ਕਰਕੇ ਹੋ ਗਏ ਜੀ, ਬਹੁਤ ਬੁਰੀ ਹਾਲਤ ਵਿੱਚ ਚਲੇ ਗਏ, ਕਿਉਂਕਿ ਜਦੋਂ ਪੁੱਛੋ ਕਿਸਾਨਾਂ ਦੇ ਵਾਸਤੇ ਤੁਸੀਂ ਕੀ ਕਹਿੰਦੇ, ਕਹਿੰਦੇ ਲਾਹੇਵੰਦ ਭਾਅ ਮੰਗਦੇ ਆ, ਕਹਿੰਦੇ ਜੀ ਕਣਕ ਦਾ ਭਾਅ 100 ਰੁਪਇਆ ਕੁਇੰਟਲ ਹੈ ਤੁਸੀਂ ਕਿੰਨਾ ਮੰਗਦੇ ਆ, ਕਹਿੰਦੇ ਲਾਹੇਵੰਦ ਮੰਗਦੇ ਆ, ਅਗਲੀ ਵਾਰੀ ਸਰਕਾਰ ਨੇ ਕਰਤਾ 200 ਰੁਪਇਆ ਕੁਇੰਟਲ ਹੈ, ਕਹਿੰਦੇ ਜੀ ਅਸੀਂ ਲਾਹੇਵੰਦ ਮੰਗਦੇ ਆ, ਅਗਲੀ ਵਾਰੀ 500 ਹੋ ਗਿਆ, 1000 ਹੋ ਗਿਆ, ਉਹ ਜਦੋਂ ਪੁੱਛੋ ਉਹ ਕਹਿੰਦੇ ਲਾਹੇਵੰਦ, ਲਾਹੇਵੰਦ ਕਿੰਨਾ, ਉਹ ਇਸ ਕਰਕੇ ਨਹੀਂ ਦੱਸਦੇ ਕਿ ਫਰਜ਼ ਕਰੋ ਜੇ ਸਰਕਾਰ ਨੇ ਥੋੜੇ 800 ਰੁਪਇਆ ਦਿੱਤਾ, ਅਸੀਂ 900 ਮੰਗ ਲਿਆ, ਸਰਕਾਰ ਨੇ 950 ਕਰਤਾ, ਫਿਰ ਅਸੀਂ ਕਰਾਂਗੇ, ਫਿਰ ਸਰਕਾਰ ਦੀ ਮਦਦ ਕਰਨੀ ਪਊ, ਉਹ ਇਸ ਗੱਲ ਤੋਂ ਡਰਦੇ। ਅੱਛਾ, ਹੁਣ ਇਹ ਜਿਹੜੇ ਨੇ ਇਹ ਵੀ ਇਸ ਕਰਕੇ ਕੁਚੱਜਿਆਂ ਦਾ ਟੋਲਾ ਨੇ ਕਿ ਇਹਨਾਂ ਦੇ ਕੋਲ ਕੁਛ ਸਿਧਾਂਤ ਨੇ, ਜਦੋਂ ਪੁੱਛੋ ਤੇ ਉਹ ਕਹਿੰਦੇ ਜੀ ਅਸੀਂ ਇਸ ਤਰ੍ਹਾਂ ਦਾ ਰਾਜ ਲਿਆਵਾਂਗੇ ਜਿਹਦੇ ਵਿੱਚ ਸ਼ੇਰ ਤੇ ਬੱਕਰੀ ਇੱਕੋ ਘਾਟ ਤੇ ਪਾਣੀ ਪੀਣਗੇ। ਇਹ ਸੁਪਨੇ ਲੈਣ ਵਾਲੀਆਂ ਗੱਲਾਂ, ਸ਼ੇਰ ਪਾਣੀ ਪੀਂਦਿਆਂ ਵੀ ਵੇਖਦਾ ਰਹਿੰਦਾ ਵੀ ਜੇ ਇੱਕ ਵਾਰੀ ਇਹਦੇ ਸਿੰਘ ਜੇ ਭੰਨਦੇ ਆ ਤੇ 2 ਦਿਨ ਸੌਖੇ ਲੰਘ ਸਕਦੇ ਆ, ਉਹਦਾ ਧੰਨ ਤਾਂ ਉਧਰ ਦਾ ਪਾਣੀ ਸਭ ਪੀਂਦਾ ਹੁੰਦਾ। ਜੇ ਸ਼ੇਰ ਤੇ ਬੱਕਰੀ ਤੁਸੀਂ ਇਕੱਠੇ ਕਰਨੇ ਆ, ਇਹ ਸ਼ੇਰ ਤੇ ਬੱਕਰੀ ਮਹਾਤਮਾ ਗਾਂਧੀ ਵੀ ਇਕੱਠੇ ਕਰਦੇ ਸੀ, ਜਿੰਨੇ ਵੱਡੇ ਵੱਡੇ ਸੇਠ ਨੇ ਬਿਰਲਾ ਟਾਟਾ ਡਾਲਮੀਆਂ ਸਿੰਘਾਣੀਆਂ ਇਹ ਵੀ ਸਾਰੇ ਉਹਦੇ ਨਾਲ ਸੀ, ਪਰ ਉਹਦੇ ਨਾਲ ਜਿਹੜੇ ਉਸ ਵਕਤ ਉਹ ਅੱਜ ਵੀ ਚਰਖਾ ਕੱਤੀ ਜਾਂਦੇ ਔਰ 22 ਰੁਪਏ ਦਿਹਾੜੀ ਤੇ ਕੱਟੀ ਜਾਂਦੇ ਨੇ। ਕੁਛ ਗਾਂਧੀ ਭਗਤ ਇਸ ਤਰ੍ਹਾਂ ਦੇ ਨੇ ਜਿਹੜੇ ਅਜੇ ਤੱਕ ਚਰਖਾ ਕੱਤੀ ਜਾਂਦੇ ਨੇ, ਉਹਦੀ ਵਾਲੀ ਪਾਈ ਫਿਰਦੇ ਨੇ ਔਰ ਅਸਲੀ ਖਦਰ ਪਾਈ ਫਿਰਦੇ ਨੇ, ਤੇ ਜਿਹੜੇ ਵੱਡੇ ਗਾਂਧੀ ਭਗਤ ਹੈ ਉਹ ਅੱਜ ਕੱਲ੍ਹ ਜਿਹੜਾ ਖਦਰ ਪਾਉਂਦੇ ਆ ਉਹ ਮਹਿੰਗੇ ਤੋਂ ਮਹਿੰਗੇ ਬੋਸਕੀ ਨਾਲੋਂ ਵੀ ਮਹਿੰਗਾ, ਸਿਲਕ ਨਾਲੋਂ ਵੀ ਮਹਿੰਗਾ, ਉਹ ਪਾਈ ਫਿਰਦੇ ਨੇ। ਆਪਾਂ ਕੋਈ ਇਹਦੇ ਲਈ ਵੀ ਗੱਲ ਕਰ ਲਈਏ ਜੀ, ਇਸ ਵਕਤ ਬਹੁਤ ਸਾਰੇ ਸਾਨੂੰ ਸਵਾਲ ਵੀ ਆ ਰਹੇ ਨੇ। ਅੱਛਾ, ਇੱਕ ਚੀਜ਼ ਮੈਂ ਬੇਨਤੀ ਕਰਾਂ ਜੀ, ਸਾਨੂੰ ਵਾਰ ਵਾਰ ਇਹੀ ਸਵਾਲ ਆ ਰਿਹਾ ਜੀ ਫਲਾਣੇ ਹਲਕੇ ਦਾ ਹਾਲ ਦੱਸੋ, ਫਲਾਣੇ ਹਲਕੇ ਦਾ ਹਾਲ ਦੱਸੋ। ਮੇਰਾ ਖਿਆਲ ਕੱਲ੍ਹ ਵੀ ਅਸੀਂ ਗੱਲ ਕੀਤੀ ਸੀ ਕਿ ਅਜੇ ਉਹ ਬਹੁਤ ਅਰਲੀ ਸਟੇਜ ਹੈ, ਕਿ ਉਹ ਚ ਵੀ ਹਲਕਿਆਂ ਦਾ ਹਾਲ ਦੱਸਦਿਆਂ ਤੇ ਅਸੀਂ ਆਪ ਹਲਕੇ ਹੋ ਚੁੱਕੇ ਹਾਂ। ਸੋ ਆਪਾਂ ਕੁਛ ਹੋਰ ਗੱਲ ਕਰਦਾ ਜੀ, ਹੋਰ ਤੁਹਾਡਾ ਸਵਾਲ ਹੋਵੇ। ਜਿੱਦਾਂ ਇੱਕ ਸਵਾਲ ਹਰਜੋਤ ਸਿੰਘ ਹੋਰਾਂ ਦਾ ਆਇਆ ਸੀ ਜੀ, ਉਹ ਪੁੱਛਣਾ ਚਾਹੁੰਦੇ ਵੀ ਕੱਲ੍ਹ ਸੰਸਦ 'ਚ ਭਗਵੰਤ ਮਾਨ ਸਾਹਿਬ ਨੂੰ ਵਧਾਈਆਂ, ਵਿਚਾਰੇ ਇੰਨਾ ਚਿਰ ਉਹਨੂੰ ਬਾਹਰ ਰੱਖ ਛੱਡਿਆ, ਬਾਹਰ ਰੱਖ ਛੱਡਿਆ, ਮਸਾਂ ਗਏ ਸੰਸਦ 'ਚ ਤੇ ਜਾ ਕੇ ਉਧਰੋਂ ਮੋਦੀ ਸਾਹਿਬ ਵੀ ਆ ਗਏ, ਤੇ ਉਹਨਾਂ ਜਿਹੜਾ ਗੱਲੀ ਬਾਤੀ ਤਵਾ ਲਾ ਤਾ ਉਹਦੇ ਬਾਰੇ ਫਿਰ ਕੀ ਵਿਚਾਰ ਆ? ਗੱਲ ਤਾਂ ਮਾੜੀ ਕੀਤੀ ਵੈ, ਦੇਸ਼ ਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਮਿਲਿਆ ਜੀ ਜੀ ਜਿਹਦਾ ਬੋਲਣ ਲੱਗਿਆ ਕਦੇ ਕੋਈ ਪੱਧਰ ਨਹੀਂ ਹੁੰਦਾ। ਇੱਕ ਵਾਰੀ ਸ਼ਸ਼ੀ ਥਰੂਰ ਤੇ ਉਹਦੇ ਉਦੋਂ ਅਜੇ ਲਵ ਅਫੇਅਰ ਚੱਲਦਾ ਸੀ, ਵਿਆਹ ਬਾਅਦ ਚ ਹੁੰਦਾ ਸੁਨੰਦਾ ਨਾਲ ਜੀ ਜੀ, ਇਹਨਾਂ ਉੱਤੇ ਦੋਸ਼ ਲੱਗ ਗਿਆ ਕਿ 60 ਕਰੋੜ ਰੁਪਏ ਦਾ ਘਪਲਾ ਕੀਤਾ, ਤੁਸੀਂ ਘਪਲੇ ਦੀ ਗੱਲ ਕਰੋ। ਕਹਿੰਦਾ ਲਿਆ ਕਾਂਗਰਸ ਦੇ ਲੀਡਰ ਤਾਂ 60 ਕਰੋੜ ਦੀ ਗਰਲਫ੍ਰੈਂਡ ਲਈ ਫਿਰਦੇ ਆ,
ਇਹ ਮੁੱਖ ਮੰਤਰੀਆਂ ਤੇ ਪ੍ਰਧਾਨ ਮੰਤਰੀਆਂ ਦੇ ਪੱਧਰ ਦੀਆਂ ਗੱਲਾਂ ਨਹੀਂ ਜੀ। ਫਿਰ ਇਹਨੇ ਇਸ ਤਰ੍ਹਾਂ ਦੂਸਰਿਆਂ ਲੋਕਾਂ ਬਾਰੇ ਕੀਤਾ। ਇਹ ਸਾਡਾ ਪ੍ਰਧਾਨ ਮੰਤਰੀ ਆਸਟ੍ਰੇਲੀਆ ਚ ਗਿਆ ਜੀ, ਛੱਡਿਆ ਨਹੀਂ ਕੋਈ ਮੁਲਕ ਉਹਨਾਂ ਦਾ ਜਿਹੜਾ ਪ੍ਰਧਾਨ ਗਿਆ ਸਾਰਿਆਂ ਚ ਆਸਟ੍ਰੇਲੀਆ ਦੀ ਗੱਲ ਹੈ। ਅੱਛਾ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਐਬਟ ਨਾਲ ਮਿਲਿਆ, ਉਹਦੇ ਬਾਅਦ ਜਦੋਂ ਉੱਥੇ ਭਾਰਤੀਆਂ ਦੇ ਸਮਾਗਮ ਚ ਬੋਲਿਆ ਜੀ ਜੀ, ਕਹਿੰਦਾ ਕੱਲ ਮੈਨੇ ਔਰ ਟੋਨੀ ਨੇ ਬਾਤ ਕੀ, ਟੋਨੀ ਮੇਰੇ ਸੇ ਬੋਲੇ, ਟੋਨੀ ਤੇਰੇ ਨਾਲ ਕਦੇ ਪ੍ਰਾਇਮਰੀ ਚ ਪੜ੍ਹਦਾ ਰਿਹਾ? ਉਹ ਕਹਿੰਦਾ ਮਿਸਟਰ ਪ੍ਰਾਈਮ ਮਿਨਿਸਟਰ, ਇਹ ਕਹਿੰਦਾ ਟੋਨੀ ਨੇ ਮੇਰੇ ਨਾਲ ਗੱਲ ਕੀਤੀ, ਟੋਨੀ ਆ ਕਹਿੰਦਾ, ਇਹ ਪ੍ਰਧਾਨ ਮੰਤਰੀਆਂ ਵਾਲਾ ਪੱਧਰ ਨਹੀਂ। ਹੁਣ ਇਹਨੇ ਪਿਛਲੇ ਦਿਨਾਂ ਚ ਯੂਪੀ ਜਾ ਕਹਿਤਾ ਮੇਰੀ ਲੜਾਈ ਸਕੈਮ ਦੇ ਖਿਲਾਫ਼ ਹੈ, ਸਕੈਮ ਤਾਂ ਧੋਖਾ ਹੀ ਹੁੰਦਾ, ਹੁਣ ਵੱਡਾ ਸਕੈਮ ਇਹ ਹੈ ਕਿ ਐਸ ਫਾਰ ਸਮਾਜਵਾਦੀ ਪਾਰਟੀ, ਸੀ ਫਾਰ ਕਾਂਗਰਸ ਪਾਰਟੀ, ਏ ਫਾਰ ਅਖਿਲੇਸ਼ ਤੇ ਐਮ ਫਾਰ ਮਾਇਆਵਤੀ। ਉਹਨੂੰ ਇਹ ਨੀ ਪਤਾ ਕਿ ਐਸ ਵਾਲੀ ਸਮਾਜਵਾਦੀ ਪਾਰਟੀ ਤੇ ਏ ਫਾਰ ਅਖਿਲੇਸ਼ ਤਾਂ ਇੱਕੋ ਹੀ ਹੈ, ਪਰ ਇਹਨੇ ਸਕੈਮ ਬਣਾ ਕੇ ਕਹਿਤਾ ਤੇ ਜੇ ਅਗਲੇ ਪਾਸੇ ਉਹ ਗਣਾਉਣਾ ਸ਼ੁਰੂ ਕਰ ਦੇਣ ਤੇ ਫਿਰ ਮੁਸ਼ਕਿਲ ਇਹਨਾਂ ਵਾਸਤੇ ਵੀ ਖੜੀ ਹੋਣੀ ਹੈ। ਪ੍ਰਧਾਨ ਮੰਤਰੀ ਨੇ ਜਿਹੜੇ ਬੜੇ ਹਲਕੇ ਢੰਗ ਨਾਲ ਭਗਵੰਤ ਮਾਨ ਬਾਰੇ ਗੱਲ ਕੀਤੀ ਹੈ, ਭਗਵੰਤ ਮਾਨ ਚ ਕੋਈ ਨੁਕਸ ਹੈ? ਉਹਦੇ ਹਲਕੇ ਤੇ ਲੋਕ ਜਾਣਦੇ, ਭਗਵੰਤ ਮਾਨ ਦੇ ਵਿੱਚ ਨੁਕਸ ਹੈ, ਉਹਦੀ ਪਾਰਟੀ ਉਹਨੂੰ ਸੁਧਾਰੇ। ਭਗਵੰਤ ਮਾਨ ਵਿੱਚ ਕੋਈ ਨੁਕਸ ਹੈ? ਤੁਹਾਨੂੰ ਇਹ ਜਾਪਦਾ ਕਿਸ ਤਰ੍ਹਾਂ? ਜਿਹੜੀ ਗੱਲ ਭਗਵੰਤ ਮਾਨ ਕਹਿੰਦਾ, ਸਾਡੇ ਇੱਕ ਪੰਜਾਬ ਦਾ ਹੀ ਐਮ ਪੀ ਹੈ ਜਿਹੜਾ ਪਹਿਲਾਂ ਭਗਵੰਤ ਮਾਨ ਦੀ ਪਾਰਟੀ ਤਾਂ ਅਸੀਂ ਕਾਗਜ਼ਾਂ ਚ ਅਜੇ ਵੀ ਭਗਵੰਤ ਮਾਨ ਦੀ ਪਾਰਟੀ ਦਾ ਉਦੋਂ ਵੱਖਰਾ ਬਹਿੰਦਾ, ਉਹਨੇ ਇੱਕ ਵਾਰੀ ਕਹਿ ਦਿੱਤਾ ਕਿ ਭਗਵੰਤ ਮਾਨ ਤਾਂ ਜੀ ਸ਼ਰਾਬ ਪੀ ਕੇ ਪਾਰਲੀਮੈਂਟ ਚ ਆ ਜਾਂਦਾ, ਤੇ ਭਗਵੰਤ ਕਹਿੰਦਾ ਜੀ 2.5 ਸਾਲ ਹੋ ਗਏ ਮੈਨੂੰ ਉੱਥੇ ਜਾਂਦਿਆਂ, ਉਹ ਸਾਰੀ ਪਾਰਲੀਮੈਂਟ ਚ ਇੱਕ ਬੰਦਾ ਇਹੋ ਜਿਹਾ ਲੱਭ ਕੇ ਦੱਸ ਦਿਓ ਜਿਹੜੇ ਮੇਰੇ ਪੱਖ ਦਾ ਹੋਵੇ, ਸਾਰੇ ਤਾਂ ਮੇਰੇ ਖਿਲਾਫ਼ ਨੇ, ਨਾ ਕਾਂਗਰਸੀਆਂ ਨਾਲ ਬਣੇ, ਨਾ ਬੀਜੇਪੀ ਨਾਲ ਬਣੇ, ਨਾ ਕਿਸੇ ਹੋਰ ਨਾਲ ਬਣੇ, ਤੇ ਜੇ ਮੈਂ ਉੱਥੇ ਪੀ ਕੇ ਗਿਆ ਹੁੰਦਾ ਤੇ ਹੁਣ ਤੱਕ ਮੇਰਾ ਕਿਸੇ ਨੇ ਮੈਡੀਕਲ ਨਾ ਕਰਾਇਆ ਹੁੰਦਾ, ਆ ਬੰਦਾ ਮੇਰੇ ਨਾਲ ਬੈਠਦਾ, ਇਹ 2 ਸਾਲ ਤੇ ਇਹਨੂੰ ਮੇਰੀ ਸ਼ਰਾਬ ਚੁਬੀ ਨੀ, ਹੁਣ ਕਿਹੜਾ ਸ਼ਰਾਬ ਆ? ਕੁਛ ਗੱਲਾਂ ਇਸ ਤਰ੍ਹਾਂ ਦੀਆਂ ਲੋਕੀ ਕਹਿਣ ਲੱਗ ਪੈਂਦੇ ਆ। ਹਾਂ, ਜੇ ਕਰਾਉਣਾ ਹੀ ਆ ਤੇ ਸਾਰੇ ਐਮ ਪੀ ਦਾ ਇਕੱਠਾ ਡੋਪ ਟੈਸਟ ਕਰਾ ਦਿਓ, ਜੇ ਡੋਪ ਟੈਸਟ ਕਰਾ ਜਾਵੇ ਤੇ ਸ਼ਰਾਬ ਪੀਣ ਵਾਲਾ ਦਾ ਵੀ ਪਤਾ ਲੱਗ ਜਾਣਾ ਕਿ ਰਾਤੀ ਪੀ ਕੇ ਆਇਆ ਸੀ ਤੇ ਸਵੇਰ ਤੱਕ ਅਜੇ ਲੱਤੀ ਨੀ, ਤੇ ਉਹਨਾਂ ਦਾ ਵੀ ਲੱਗ ਜਾਣਾ ਜਿਹੜੇ ਬਾਹਰ ਗੱਡੀ ਚ ਫੀਮ ਰੱਖ ਜਾਂਦੇ ਵੇਲੇ ਕੋਲੇ ਖਾ ਕੇ ਅੰਦਰ ਚੱਲ ਜਾਂਦੇ ਆ। ਕਈ ਕਿਸਮ ਦੀਆਂ ਫੋਟੋਆਂ ਤੁਰੇ ਫਿਰਦੀਆਂ ਨੇ, ਗੱਲਾਂ ਦੀ ਲਾਲੀ ਬਰਕਰਾਰ ਰਵੇ, ਬੜੇ ਲੋਕ ਨੇ ਤੇ ਉੱਥੇ ਹਰ ਕਿਸਮ ਦਾ ਪਤਾ ਲੱਗ ਜਾਂਦਾ। ਉਹ ਇੱਕ ਬੰਦੇ ਨੂੰ ਟਾਰਗੇਟ ਕਰਕੇ ਜਿਵੇਂ ਪ੍ਰਧਾਨ ਮੰਤਰੀ ਨੇ, ਇਹਦਾ ਮਤਲਬ ਪ੍ਰਧਾਨ ਮੰਤਰੀ ਵਾਸਤੇ ਫਿਰ ਅਲਟੀਮੇਟ ਏਮ ਕੀ ਹੈ? ਜਦੋਂ ਕੋਟਕਪੂਰੇ ਜੀ ਪ੍ਰਧਾਨ ਮੰਤਰੀ ਬੋਲਿਆ, ਉਹਨੇ ਆਖਿਆ ਹੁਣ ਤੱਕ ਭਾਰਤ ਵਿੱਚ ਸਾਡੇ ਪੰਜਾਬ ਵਿੱਚ ਦਸਤਾਰ ਵਾਲੇ ਸਰਦਾਰ ਮੁੱਖ ਮੰਤਰੀ ਹੁੰਦੇ ਸਨ, ਹੁਣ ਇੱਕ ਟੋਪੀ ਵਾਲਾ ਬਣਨਾ ਚਾਹੁੰਦਾ। ਵੀ ਤੂੰ ਤਾਂ ਹਿਮਾਚਲ ਚ ਜਾ ਕੇ 50 ਵਾਰੀ ਟੋਪੀ ਪਾਈ ਹੈ, ਅਰੁਣਾਚਲ ਪ੍ਰਦੇਸ਼ ਚ ਪਾਈ ਹੈ, ਤਾਮਿਲਨਾਡੂ ਜਾ ਕੇ ਪਾਈ ਹੈ, ਨਾਗਾਲੈਂਡ ਚ ਸਿੰਘਾਂ ਵਾਲੀ ਟੋਪੀ ਵੀ ਪਾਈ ਹੈ, ਤੇ ਇੱਥੇ ਪੰਜਾਬ ਵਿੱਚ ਇੱਕ ਟੋਪੀ ਵਾਲੇ ਦੇ ਉੱਤੇ ਇਤਰਾਜ਼ ਕਰਦੇ ਹੋ? ਜੀ ਜੀ। ਅੱਛਾ, ਉੱਥੇ ਆ ਕੇ ਕੇਜਰੀਵਾਲ ਤੇ ਅਟੈਕ ਕਰਨਾ, ਪਾਰਲੀਮੈਂਟ ਦੇ ਵਿੱਚ ਭਗਵੰਤ ਮਾਨ ਤੇ ਅਟੈਕ ਕਰਨਾ, ਜਿਹੜੀ ਗੱਲ ਲੋਕੀ ਕਹਿੰਦੇ ਹਨ ਕਿ ਭਾਰਤੀ ਜਨਤਾ ਪਾਰਟੀ ਇਸ ਵੇਲੇ ਉਹਨਾਂ ਕਾਂਗਰਸ ਤੋਂ ਨਹੀਂ ਡਰਦੀ ਜਿੰਨਾ ਆਮ ਆਦਮੀ ਪਾਰਟੀ ਤੋਂ ਤਰੇਕਦੀ ਹੈ, ਉਹਨਾਂ ਦੇ ਬੰਦੇ ਹੀ 4 ਨੇ ਔਰ ਉਹਨਾਂ ਚੌਂ ਵੀ 2 ਕਿਸੇ ਪਾਸੇ 2 ਕਿਸੇ ਪਾਸੇ ਹੈ, ਤੇ ਤਾਂ ਵੀ ਉਹਨਾਂ ਤੋਂ ਡਰੀ ਜਾਣ ਡਿਆ ਬਦੋ ਬਦੀ। ਇਹਦੇ ਨਾਲ ਸਗੋਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਦੇਸ਼ਦਿਆਂ ਨੂੰ ਦੱਸ ਦਿੱਤਾ ਕਿ ਆਹ ਇੱਕ ਹੈਗੇ ਆ ਜਿਨ੍ਹਾਂ ਦੀ ਮੈਨੂੰ ਕੋਈ ਚਿੰਤਾ, ਬਾਕੀ ਉਹਦੀ ਗੱਲ ਨਹੀਂ। ਇੱਕ ਯੁੱਧਵੀਰ ਜੀ ਦਾ ਮੈਸੇਜ ਸੀਗਾ ਬੜਾ ਵਧੀਆ ਜੀ, ਉਹ ਕਹਿੰਦੇ ਕਿ ਵੀ ਅੱਜ ਦੇ ਚੱਜ ਦੇ ਵਿਚਾਰ ਦੀ ਉਡੀਕ ਨਾ, ਦੂਰਦਰਸ਼ਨ ਦੇ ਨਵੇਂ ਸਾਲ ਦਾ ਪ੍ਰੋਗਰਾਮ ਆਉਂਦਾ ਹੁੰਦਾ ਸੀ ਨਾ, ਕਹਿੰਦੇ ਹਾਂ ਬਚਪਨ ਚ ਕਹਿੰਦੇ ਉਹ ਦੇਖਦੇ ਹੁੰਦੇ ਨਹੀਂ, ਨਵੇਂ ਸਾਲ ਦੇ ਜਿਹੜਾ ਸਪੈਸ਼ਲ ਪ੍ਰੋਗਰਾਮ ਆਉਂਦਾ, ਕਹਿੰਦੇ ਬੜੀ ਬੇਸਬਰੀ ਨਾਲ ਅਸੀਂ ਉਡੀਕ ਕਰ ਰਹੇ ਸੀ, ਬਹੁਤ ਧੰਨਵਾਦ ਜੀ, ਬਹੁਤ ਥੈਂਕਸ ਤੁਹਾਡਾ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਵੀ ਦੇਖੋ ਪੰਨੂ ਸਾਹਿਬ ਫਿਰ ਬਹੁਤ ਵਧੀਆ ਸਾਡੇ ਕੋਲੋਂ ਸਿਆਣੀਆਂ ਗੱਲਾਂ ਕਰ ਜਾਂਦੇ ਹਾਂ। ਯੁੱਧਵੀਰ ਜੀ ਅਸੀਂ ਵੀ ਹੁਣੇ ਇੱਕ ਯੁੱਧ ਦੇ ਵਿੱਚੋਂ ਹੀ ਨਿਕਲੇ, ਜਿਹੜਾ ਪੰਜਾਬ ਦੇ ਯੁੱਧ ਸੀ ਨਾ ਉਹਦੇ ਵਿੱਚ ਸਭ ਤੋਂ ਵੱਡੀ ਵੀਰਤਾ ਇਹ ਹੈ ਕਿ ਪਤਾ ਨੀ ਕਿਹਦੀ ਕਿਹਦਾ ਚੱਲਦੀ ਸੀ, ਉਹ ਬਲਟੋਏ ਦਾ ਕਵੀ ਸਮੋਸੋ ਕਹਿੰਦਾ ਹੁੰਦਾ ਸੀ ਅੰਨਾ ਮਾਰੀ ਅੰਨੀ ਨੂੰ ਘਸੁੰਨ ਵੱਜਾ ਥੰਮੀ ਨੂੰ, ਮਜ਼ੇਦਾਰ ਲੜਾਈ ਹੈ ਉੱਤੇ ਬੈਠਾ ਜਾਣੇ ਜਿਹਨੇ ਖੇਡ ਬਣਾਈ ਹੈ। ਇਸ ਵਾਰੀ ਜਿੱਦਾਂ ਦੀ ਚੋਣ ਲੜਾਈ ਪੰਜਾਬ ਚ ਹੋਈ ਆ, ਇਹ ਵੀ ਇੱਕ ਯੁੱਧ ਹੀ ਸੀ, ਤੇ ਸਾਨੂੰ ਇਸ ਸਾਰਾ ਮਹੀਨਾ ਇਹੋ ਲੱਗਦਾ ਰਿਹਾ ਕਿ ਕਿਤੇ ਅਸੀਂ ਕ੍ਰਾਸ ਪੈਰਿੰਗ ਵਿੱਚ ਆ ਕੇ ਨਾ ਰਗੜੇ ਜਾਂਦੇ ਹੋਈਏ। ਕੋਈ ਗੱਲ ਛੇੜ ਲੋ ਤੁਸੀਂ ਨਾਲ ਦੀ ਨਾਲ ਹੀ ਉਹ ਘਟਨਾ ਕੱਢ ਕੇ ਦਿੰਦੇ ਹੋ, ਮੈਂ ਕਿਤਾਬਾਂ ਵੀ ਫੋਲਦਾ ਬੰਦਾ ਰਹਿ ਜਾਂਦਾ। ਨਹੀਂ ਨਹੀਂ ਇਹ ਕੋਈ ਇਨਸਾਈਕਲੋਪੀਡੀਆ ਵਾਲੀ ਗੱਲ ਨਹੀਂ, ਪਤਾ ਨੀ ਕੁਛ ਗੱਲਾਂ ਚੇਤਾ ਰਹਿ ਜਾਂਦੀਆਂ ਨੇ, ਕੁਛ ਲੋਕ ਚੇਤਾ ਭੁਲਾ ਦਿੰਦੇ ਆ। ਅੱਛਾ, ਜਿੰਨੀਆਂ ਕੁ ਗੱਲਾਂ ਮੈਂ ਚੇਤੇ ਰੱਖਦਾ ਉਹ ਲੋਕਾਂ ਨੂੰ ਪਤਾ, ਜਿਹੜੀਆਂ ਮੈਨੂੰ ਭੁੱਲ ਜਾਂਦੀਆਂ ਨੇ ਉਹ ਨਹੀਂ ਪਤਾ। ਮੈਂ ਇੱਕ ਦਿਨ ਆਪਣੇ ਘਰ ਚ ਸਾਰੇ ਪਰਿਵਾਰ ਦੇ ਪੌੜਾ ਪਾ ਛੱਡਿਆ ਕਿ ਮੇਰੀ ਐਨਕ ਨਹੀਂ ਲੱਭਦੀ, ਤੇ ਆਖਿਰਕਾਰ ਮੇਰੀ ਘਰਵਾਲੀ ਨੇ ਆਖਿਆ ਕਿ ਕੋਈ ਨਵੀਂ ਲਿਆਂਦੀ ਸੀ, ਕੱਲ ਵਾਲੀ ਤੇ ਦੁਲਾਈ ਆ, ਤੇ ਫਿਰ ਮੈਨੂੰ ਪਤਾ ਲੱਗਾ ਕਿ ਮੈਂ ਐਨਕ ਲਾ ਕੇ ਐਨਕ ਲੱਭਦਾ ਪਿਆ। ਏਦਾਂ ਕਈ ਵਾਰ ਹੋ ਚੁੱਕਾ,
ਅੱਛਾ ਇਹ ਵੀ ਕਈ ਵਾਰ ਹੋ ਚੁੱਕਾ ਮੈਂ ਕਿਸੇ ਦੇ ਵਿਆਹ ਤੇ ਜਾਣਾ ਤੇ ਜਦੋਂ ਵਿਆਹ ਸੀ ਲੰਘ ਗਿਆ ਤੇ ਅਗਲੇ ਦਿਨ ਚਲਾ ਗਿਆ ਇੱਕ ਅੱਧੀ ਵਾਰ ਮੈਂ ਇੱਕ ਥਾਂ ਤੇ ਉੱਥੋਂ ਪਹਿਲਾਂ ਚਲਾ ਗਿਆ ਅੱਛਾ ਇੱਕ ਵਾਰੀ ਇਹ ਵੀ ਹੋਇਆ ਕਿ ਕਿਸੇ ਰਿਸ਼ਤੇਦਾਰ ਦੇ ਉਹਨਾਂ ਦੀ ਮਾਤਾ ਗੁਜਰ ਗਈ ਸੀ ਤੇ ਅਫਸੋਸ ਕਰਨ ਗਿਆ ਸਾਰੇ ਡਰਾਮਾ ਤਿਆਰੀ ਕਰਦਾ ਗਿਆ ਉੱਥੇ ਜਾ ਕੇ ਮੇਰੇ ਕੋਲ ਗਿਆ ਬਾਪੂ ਜੀ ਪਤਾ ਨੀ ਕਿੱਦਾਂ ਚੜਾਈ ਕਰਦੇ ਉਹ ਕਹਿੰਦੇ ਜੀ ਮਾਤਾ ਜੀ ਗੁਜਰੇ ਆ ਬਾਪੂ ਤੇ ਸੌਖੜਾ ਉੱਤੇ ਧੁੱਪ ਬੇਟਾ ਏਦਾਂ ਦੇ ਭੁਲੇਖੇ ਵੀ ਪੈ ਜਾਂਦੇ ਆ ਪਰ ਜਿਹੜੀਆਂ ਗੱਲਾਂ ਦੇ ਉੱਤੇ ਜਿਹੜੀਆਂ ਮੇਰੇ ਲਈ ਜ਼ਰੂਰੀ ਨੇ ਉਹਨਾਂ ਦਾ ਮੈਨੂੰ ਚੇਤਾ ਰਹਿੰਦਾ ਬਾਕੀ ਛੋਟੇ ਮੋਟੇ ਹੈ ਤਾਂ ਛੋਟੇ ਮੋਟੇ ਨੀ ਗੇ ਪਰ ਏਦਾਂ ਦੀਆਂ ਗਲਤੀਆਂ ਮੈਂ ਬਹੁਤ ਕਰਦਾ ਕਈ ਵਾਰੀ ਕਰਦਾ ਵੈਸੇ ਇਹ ਇਹਨਾਂ ਚ ਸੱਚਾਈ ਹੈ ਜੀ ਇਹਦੀ ਗਰੰਟੀ ਮੈਂ ਵੀ ਦਿੰਦਾ ਕਿਉਂਕਿ ਇਹ ਹੁਣੇ ਥੋੜੀ ਦੇਰ ਪਹਿਲਾਂ ਜ਼ਿਕਰ ਕਰਨ ਡਿਆ ਜਦੋਂ ਅਸੀਂ ਲਾਈਵ ਹੋਣ ਤੋਂ ਪਹਿਲਾਂ ਇਹ ਮੈਨੂੰ ਤੇ ਕਈ ਵਾਰ ਕੱਪੜਿਆਂ ਦਾ ਵੀ ਖਿਆਲ ਨਹੀਂ ਰਹਿੰਦਾ ਉਹ ਯਾਰ ਜਿਹੜੀ ਚੇਤਾ ਕਹਿੰਦਾ ਵੀ ਅੱਜ ਆਹ ਪਾ ਜਾਓ ਆਪਣੇ ਥੋੜਾ ਜਿਹਾ ਇਹ ਹੈ ਕਿ ਵੀ ਇੱਥੇ ਆ ਕੇ ਅਸੀਂ ਬੰਦੇ ਦਾ ਨਾਂ ਲੈ ਲਈਏ ਜੀ ਅਸ਼ਵਨੀ ਭਗਤ ਜੀ ਸਾਡੇ ਇੱਥੇ ਇੱਕ ਸਾਡੇ ਤੇ ਬਹੁਤ ਮਤਲਬ ਸਖਤੀ ਕਰਦੇ ਨੇ ਤੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਹਿਸਾਬ ਨਾਲ ਪਾਉਣੇ ਪੈਂਦੇ ਆਪਾਂ ਨੂੰ ਕੱਪੜੇ ਕੋਈ ਵੈਸੇ ਤਾਂ ਬਹੁਤ ਸਖਤ ਉਹਨਾਂ ਦਾ ਗੁੱਸਾ ਜਿਹੜਾ ਹੈ ਉਹ ਤੋਂ ਸਾਨੂੰ ਬਹੁਤ ਡਰ ਲੱਗਦਾ ਨਹੀਂ ਇਹ ਮਤਲਬ ਹੁਣ ਤੁਸੀਂ ਤਰੀਫ ਚਾਹੁੰਦੇ ਭਾਰਤੀ ਜਨਤਾ ਪਾਰਟੀ ਦੇ ਹੋਮ ਮਿਨਿਸਟਰ ਰਾਜਨਾਥ ਸਿੰਘ ਵਰਗੀ ਨਾ ਬਣੀ ਉਹ ਵਿਚਾਰਾ ਕਹਿਣ ਨੂੰ ਹੀ ਹੋਮ ਮਿਨਿਸਟਰ ਹੈ ਉਹਨੂੰ ਪੁੱਛਦਾ ਹੀ ਕੋਈ ਨੀ ਹੋਮ ਦਾ ਮਹਿਕਮਾ ਵੀ ਮੋਦੀ ਸਾਹਿਬ ਆਪ ਚ ਇਸ ਵੇਲੇ ਕੋਈ ਵੀ ਨਹੀਂ ਜਿੰਨੇ ਮਹਿਕਮੇ ਸਾਰੇ ਮੋਦੀ ਸਾਹਿਬ ਦੀ ਜੇਬ ਚ ਇੱਕ ਸਾਡੇ ਪੰਜਾਬੀ ਚ ਕਵੀ ਹੁੰਦਾ ਸੀ ਤਾਰਾ ਸਿੰਘ ਕਾਮਲ ਨਾਥ ਬਾਣੀ ਲਿਖਦਾ ਹੁੰਦਾ ਸੀ ਉਹਨੇ ਇੱਕ ਵਾਰੀ ਕਾਂਗਰਸੀਆਂ ਨੇ ਮਜ਼ਾਕ ਕੀਤਾ ਸੀ ਕਹਿੰਦਾ ਕਾਂਗਰਸ ਵਿੱਚ ਹੁਣ ਕੋਈ ਬੰਦਾ ਹੀ ਹੈ ਨੀ ਇੱਥੇ ਸਿਰਫ ਇੱਕ ਬੰਦਾ ਤੇ ਉਹਦਾ ਨਾਂ ਇੰਦਰਾ ਗਾਂਧੀ ਕਹਿੰਦਾ ਇੰਦਰਾ ਗਾਂਧੀ ਬੰਦਾ ਬਾਕੀ ਦਿਨਾਂ ਚ ਬੰਦਾ ਕੋਈ ਨੀ ਇਹ ਬਹੁਤ ਪਹਿਲਾਂ ਦੀਆਂ ਗੱਲਾਂ ਅੱਜ ਤੋਂ 40 ਸਾਲ ਪਹਿਲਾਂ ਦੀਆਂ ਗੱਲਾਂ ਜਦੋਂ ਉਹਨੇ ਆਖਿਆ ਸੀ ਅੱਜ ਦੀ ਤਰੀਕ ਵਿੱਚ ਵੀ ਆਖੋ ਜੀ ਫਲਾਨਾ ਹੋਮ ਮਿਨਿਸਟਰ ਆ ਫਲਾਨਾ ਵਿਕਾਸ ਮੰਤਰੀ ਕੋਈ ਨੀ ਸਭ ਇਹ ਪਿਆਦੇ ਖੜੇ ਕੀਤੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਗੇਰ ਉਹਦੇ ਹੱਥ ਚ ਆ ਜੋ ਮਰਜ਼ੀ ਕਦੇ ਕਰੀ ਜਾਂਦਾ ਔਰ ਇੱਥੋਂ ਤੱਕ ਕਿ ਅੱਗੇ ਪਲੈਨਿੰਗ ਕਮਿਸ਼ਨ ਵੱਖਰਾ ਹੁੰਦਾ ਸੀ ਉਹ ਵੀ ਚੁੱਕ ਕੇ ਆਪਣੇ ਦਫ਼ਤਰ ਚ ਲੈ ਆਉਂਦਾ ਇਸ ਵੇਲੇ ਤਾਂ ਵਨ ਮੈਨ ਆਰਮੀ ਚੱਲਦੀ ਪਈ ਹਾਂਜੀ ਬਿਲਕੁਲ ਆਪਣਾ ਗੁਰਸੇਵਕ ਸਿੰਘ ਜੀ ਪੁੱਛ ਰਹੇ ਆ ਜੀ ਕਿ ਵੀ ਇਹ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਲੱਗਦਾ ਤੁਹਾਨੂੰ ਜੋਤਿਸ਼ ਦਾ ਕੰਮ ਹੀ ਦੱਸੋ ਅੱਜ ਥੋੜਾ ਜਿਹਾ ਖੋਲੋ ਟੇਵੇ ਵੈਸੇ ਮੈਂ ਉਹ ਝੋਨੇ ਵਾਲਾ ਪਿੰਡ ਦਾ ਪ੍ਰਾਣੀ ਕਿਉਂ ਪਛਾਣਿਆ ਜਾਂਦਾ ਅੱਜ ਫਿਰ ਤੁਸੀਂ ਕੁਛ ਤਾਂ ਪਤਾ ਲੱਗਦੇ ਹੋਣਾ ਕਿ ਨਹੀਂ ਬਾਦਲ ਪਿੰਡ ਦੇ ਵਿੱਚ ਵੋਟਾਂ ਵਾਲੇ ਦੋ ਬੂਥ ਹੈ ਇੱਕ ਬੂਥ ਬਾਦਲ ਪਰਿਵਾਰ ਦੇ ਜਿਹੜਾ ਕਿਲਾ ਹੈ ਨਾ ਜਿਹੜੀ ਉਹਨਾਂ ਦੀ ਕੋਠੀ ਹੈ ਉਹਦੇ ਦਰਵਾਜੇ ਨੂੰ ਬਿਲਕੁਲ ਸਾਹਮਣੇ ਉਹਦੇ ਚ ਇਹਨਾਂ ਦੀਆਂ ਵੋਟਾਂ ਨੀ ਇੱਕ ਬੂਥ ਦੋ ਗਲੀਆਂ ਛੱਡ ਕੇ ਜਿਹਦੇ ਚ ਬਾਦਲ ਪਰਿਵਾਰ ਦੀਆਂ ਵੋਟਾਂ ਜਿਹੜਾ ਬਾਦਲ ਪਰਿਵਾਰ ਦੇ ਦਰਵਾਜੇ ਦੇ ਬਿਲਕੁਲ ਸਾਹਮਣੇ ਬੂਥ ਹੈ ਉਹਦੇ ਉੱਤੇ ਵੋਟਾਂ ਪਈਆਂ 63% ਜਿਹੜਾ ਦੋ ਗਲੀਆਂ ਛੱਡ ਕੇ ਉੱਥੇ ਪਈਆਂ ਨੇ 83% ਇਹਦੇ ਤੋਂ ਵੀ ਇਹਨਾਂ ਦੇ ਦਰਵਾਜੇ ਦੇ ਸਾਹਮਣੇ ਲੋਕ ਵੋਟਾਂ ਕਿਉਂ ਪਾਉਣ ਨਹੀਂ ਆਏ ਜਿਹੜੇ ਆਹ ਹਾਲਾਤ ਨੇ ਇਹਨਾਂ ਚ ਇੱਦਾਂ ਲੱਗਦਾ ਅਕਾਲੀ ਦਲ ਪਾਰਟੀਆਂ ਵਰਗੀ ਪਾਰਟੀ ਬਣ ਗਈ ਹੁਣ ਐਵੇਂ ਅਕਾਲ ਪੁਰਖ ਦਾ ਨਾਮ ਜਪੀ ਜਾਣਾ ਕਿ ਅਕਾਲੀ ਦਲ ਹੈ ਅਕਾਲੀ ਦਲ ਹੈ ਨਹੀਂ ਆਮ ਨਾਰਮਲ ਉਹਦੇ ਵਿੱਚ ਸੱਚਾਈ ਇਹ ਹੈ ਕਿ ਇਹਨਾਂ ਪਿਛਲੇ ਸਮੇਂ ਚ ਦੇਸ਼ ਨੂੰ ਵੀ ਕਾਨੂੰਨ ਨੂੰ ਵੀ ਸਾਰਿਆਂ ਨੂੰ ਓਹਲਾ ਰੱਖ ਕੇ ਕਈ ਕੁਛ ਕੀਤਾ ਇਹ ਹਿੰਦੁਸਤਾਨ ਦੀ ਇੱਕੋ ਇੱਕ ਪਾਰਟੀ ਹੈ ਜਿਹਨੇ ਦੋ ਸੰਵਿਧਾਨ ਰੱਖੇ ਆ ਗੁਰੂ ਸਾਹਿਬ ਦੇ ਚਰਨਾਂ ਜਾ ਕੇ ਇੱਕ ਸੰਵਿਧਾਨ ਕੱਢਦੇ ਆ ਤੇ ਪਾਰਲੀਮੈਂਟ ਜਾ ਕੇ ਦੂਜਾ ਕੱਢਦੇ ਆ ਜਿਹੜਾ ਪਾਰਲੀਮੈਂਟ ਦਾ ਕਾਨੂੰਨ ਆ ਚੋਣਾਂ ਦਾ ਉਹ ਇਹ ਕਹਿੰਦਾ ਕਿ ਪਾਰਟੀ ਧਰਮ ਨਿਰਪੱਖ ਹੋਵੇ ਤਾਂ ਚੋਣ ਲੜ ਸਕਦੀ ਹੈ ਗੁਰਦੁਆਰਾ ਕਾਨੂੰਨ ਕਹਿੰਦਾ ਕਿ ਉਹ ਪਾਰਟੀ ਚੋਣ ਲੜ ਸਕਦੀ ਜਿਹੜੀ ਸਿਰਫ ਸਿੱਖਾਂ ਦੀ ਪਾਰਟੀ ਹੈ ਇਹਨਾਂ ਦੇ ਖਿਲਾਫ਼ ਸ਼ਿਕਾਇਤ ਕਰ ਦਿੱਤੀ ਹੁਸ਼ਿਆਰਪੁਰ ਦੇ ਬਲਵੰਤ ਸਿੰਘ ਖੇੜੇ ਨੇ ਕਿ ਇੱਕੋ ਪਾਰਟੀ ਅਹੁਦੇਦਾਰ ਵੀ ਸਾਰੇ ਉਹ ਪ੍ਰਧਾਨ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਸੁਖਬੀਰ ਸਿੰਘ ਉਦੋਂ ਪ੍ਰਕਾਸ਼ ਸਿੰਘ ਬਾਦਲ ਸੀ ਜਨ ਸ਼ਕਤੀ ਵੀ ਉਹ ਇਹਨਾਂ ਨੇ ਜਿਹੜਾ ਸੰਵਿਧਾਨ ਦਿੱਤਾ ਭਾਰਤ ਦੇ ਚੋਣ ਕਮਿਸ਼ਨ ਨੂੰ ਉਹ ਤੇ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਨੂੰ ਦਿੱਤਾ ਉਹ ਦੋਵੇਂ ਆਪੋ ਚ ਮੇਲ ਨੀ ਖਾਂਦੇ ਉਹਦੇ ਵਿੱਚ ਆਪਣੇ ਆਪ ਨੂੰ ਲਿਖਿਆ ਧਰਮ ਨਿਰਪੱਖ ਤੇ ਨਾਲ ਲਿਖਿਆ ਫਲਾਨਾ ਹਿੰਦੂ ਅਸੀਂ ਮੀਤ ਪ੍ਰਧਾਨ ਬਣਾਇਆ ਫਲਾਨਾ ਮੁਸਲਮਾਨ ਬਣਾਇਆ ਫਲਾਨਾ ਕ੍ਰਿਸ਼ਨ ਬਣਾਇਆ ਤੇ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਉੱਥੇ
ਉਹਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦੋਵਾਂ ਥਾਵਾਂ ਤੇ ਐਫੀਡੇਵਿਟ ਦੇ ਕੇ ਇਸ ਗੱਲ ਦੀ ਗਲਤੀ ਮੰਨਣੀ ਪਈ ਕਿ ਅਸੀਂ ਦੋ ਸੰਵਿਧਾਨ ਰੱਖੇ, ਪਰ ਗਲਤੀ ਮੰਨੀ ਉਹ ਤੋਂ ਬਾਅਦ ਕੀਤਾ ਤੇ ਫਿਰ ਉਹ ਵੀ ਦੋ ਸੰਵਿਧਾਨ ਚੱਲਦੇ ਆ, ਚੋਣ ਨਿਸ਼ਾਨ ਇੱਕੋ ਤੱਕੜੀ ਹੈ, ਇੱਕੋ ਚੋਣ ਨਿਸ਼ਾਨ, ਇੱਕੋ ਪਾਰਟੀ, ਦੋ ਸੰਵਿਧਾਨ ਉੱਥੇ ਹੋਰ ਉੱਥੇ ਹੋਰ, ਇਹ ਜਿਹੜੀ ਇਸ ਤਰ੍ਹਾਂ ਦੀ ਦੋ ਰੰਗੀ ਖੇਡ ਹੈ ਕਿੰਨੀ ਕੁ ਦੇਰ ਤੱਕ ਚੱਲ ਸਕਦੀ ਹੈ। ਇੱਧਰ ਅੰਮ੍ਰਿਤਸਰ ਕਹਿਣਾ ਕਿ ਅਸੀਂ ਅਕਾਲ ਤਖ਼ਤ ਨੂੰ ਸਮਰਪਿਤ ਹਾਂ, ਅਸੀਂ ਦਸ ਗੁਰੂ ਸਾਹਿਬਾਨ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕਿਸੇ ਹੋਰ ਨੂੰ ਇਸ਼ਟ ਨਹੀਂ ਮੰਨਦੇ, ਤੇ ਉੱਧਰ ਗੁੱਗਾ ਪੂਜਣ ਵੀ ਤੁਰ ਪੈਣਾ, ਕਿਸੇ ਥਾਂ ਦੇ ਰਾਜ ਵਿੱਚ ਕੋਈ ਮੜੀ ਮਸਾਣ ਹੁੰਦਾ ਉੱਥੇ ਵੀ ਮੱਥਾ ਟੇਕ ਦੇਣਾ, ਹਰ ਥਾਂ ਤੇ ਤੁਰੇ ਫਿਰਨਾ। ਸੱਚੇ ਸੌਦੇ ਪਹਿਲਾਂ ਆਪ ਜਾਂਦੇ ਹੁੰਦੇ ਸੀ, ਹੁਣ ਆਪ ਨਹੀਂ ਜਾਂਦੇ ਤੇ ਆਪਣੇ ਚੇਲਿਆਂ ਦੀ ਫੌਜ ਭੇਜ ਦਿੰਦੇ ਨੇ, ਉਹ ਸਾਰੇ ਉੱਥੇ ਜਾ ਪਹੁੰਚਦੇ ਨੇ। ਜੋ ਕੁਛ ਇਹਦੇ ਤੋਂ ਬਾਅਦ ਅਕਾਲੀ ਦਲ ਨੂੰ, ਜੇ ਅਕਾਲੀ ਦਲ ਨਹੀਂ ਸੋਚਦਾ ਤੇ ਅਕਾਲੀ ਦਲ ਦੇ ਪਿਛਲੱਗਾ ਨੂੰ ਕਿਸੇ ਪੜਾਅ ਦੇ ਉੱਤੇ ਸੋਚਣਾ ਪੈ ਸਕਦਾ ਕਿ ਆਪਾਂ ਤੁਰੇ ਕਿੱਥੇ ਸਰ, ਇਦੋਂ ਅੱਗੇ ਕੋਈ ਟਿਕਾਣਾ ਰਹਿ ਗਿਆ ਜਿੱਥੋਂ ਤੱਕ ਆਪਾਂ ਜਾਣਾ? ਅੱਜ ਦੇ ਅਕਾਲੀ ਦਲ ਚ ਬਹੁਤੀ ਫੌਜ ਉਹਨਾਂ ਦੀ ਆ ਜਿਹੜੇ ਨਾ ਸ਼ਕਲ ਤੋਂ ਅਕਾਲੀ ਨੇ ਨਾ ਅਕਲ ਤੋਂ ਅਕਾਲੀ ਨੇ। ਇਸ ਅਕਾਲੀ ਦਲ ਚ ਤਿੰਨ ਕਿਸਮ ਦੇ ਲੋਕ ਨੇ ਜੀ। ਲਓ ਜੀ, ਇੱਕ ਵਾਰ ਫਿਰ ਮੈਂ ਰਿਪੀਟ ਕਰਦਾ, ਅਕਾਲੀ ਦਲ ਚ ਕਿੰਨੀ ਤਰ੍ਹਾਂ ਦੇ ਲੋਕ? ਤਿੰਨ ਕਿਸਮ ਜੀ। ਇੱਕ ਉਹ ਨੇ ਜਿਹੜੇ ਪਹਿਲਾਂ ਜਾ ਕੇ ਜੇਲ੍ਹ ਚ ਦਰਿਆ ਵੀ ਨਹੀਂ, ਉਹ ਕੰਡਿਆਲੀਆਂ ਦੀਆਂ ਸਫ਼ਾ ਦੇ ਉੱਤੇ ਸੌਂਦੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ। ਦੂਜੇ ਉਹ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਇੱਕ ਐਸ ਓ ਆਈ ਤੇ ਇੱਕ ਹੋਰ ਦੋ ਤਿੰਨ ਜਥੇਬੰਦੀਆਂ ਬਣਾ ਕੇ ਤੇ ਉਹਨਾਂ ਦੇ ਰਾਹੀਂ ਲਿਆਂਦੇ ਜੀ। ਸਿਰ ਮੂੰਹ ਮੁੰਨੇ ਆ, ਕੋਈ ਚਿੰਟੂ ਆ, ਕੋਈ ਪਿੰਟੂ ਆ, ਕੋਈ ਰਿੰਕੂ ਆ, ਕੋਈ ਜੁਗਨੂ ਆ, ਉਹਨਾਂ ਦੇ ਨਾਂ ਹੀ ਏਦਾਂ ਦੇ ਬੜੇ ਅਜੀਬ ਨੇ। ਇੱਕ ਤੀਸਰੇ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਮੋਦੀ ਕਹਿੰਦਾ ਵੀ ਕਾਂਗਰਸ ਮੁਕਤ ਭਾਰਤ, ਇਹ ਕਾਂਗਰਸ ਮੁਕਤ ਪੰਜਾਬ ਬਣਾਉਣਗੇ। ਅੱਛਾ ਜੀ। ਇਹਨਾਂ ਨੇ ਕਾਂਗਰਸ ਦੇ ਵਿੱਚੋਂ ਬੰਦੇ ਚੁੱਕ ਚੁੱਕ ਕੇ, ਜਿੱਦਾਂ ਮੋਗੇ ਵਾਲਾ ਜਗਿੰਦਰਪਾਲ ਜੈਨ ਲੈ ਆਉਂਦਾ, ਤਲਵੰਡੀ ਸਾਬੋ ਵਾਲਾ ਜੀਤਮਿੰਦਰ ਸਿੱਧੂ ਲੈ ਆਉਂਦਾ, ਹੁਣ ਉਹ ਸੰਗਰੂਰ ਤੋਂ ਇੱਕ ਸੀਬੀਆ ਲੈ ਆਉਂਦਾ, ਇਹ ਸਾਰੇ ਲੈ ਆਉਂਦੇ। ਹੁਣ ਇੱਕੋ ਪਿੰਡ ਦੇ ਵਿੱਚ ਤਿੰਨ ਕਿਸਮ ਦੇ ਅਕਾਲੀ ਨੇ, ਉਹ ਤਿੰਨ ਧੜੇ ਆਪੋ ਚ ਲੜਦੇ ਨੇ, ਤੇ ਫਿਰ ਨਤੀਜਾ ਕੀ ਨਿਕਲਦਾ ਕਿ ਇੱਕ ਬੰਦਾ ਤੇ ਇੱਕ ਬੀਬੀ ਦੋਵਾਂ ਦੇ ਪਿੱਛੋਂ ਤਲਾਕ ਹੋਇਆ ਸੀ, ਦੋਵਾਂ ਕੋਲ ਇੱਕ ਬੱਚਾ ਸੀ, ਦੋਵਾਂ ਨੇ ਵਿਆਹ ਕਰਾ ਲਿਆ, ਇੱਕ ਬੱਚਾ ਮੁੜ ਕੇ ਸਾਂਝਾ ਹੋ ਗਿਆ, ਤੇ ਘਰ ਚੋਂ ਚੀਂ ਚੀਂ ਦੀ ਆਵਾਜ਼ ਆ ਰਹੀ, ਆਵਾਜ਼ ਮਾਰ ਕੇ ਪੁੱਛਦਾ ਉਹ ਕੀ ਗੱਲ ਰੌਲਾ ਜਿਹਾ ਕਿਉਂ ਪੈਂਦਾ, ਕਹਿੰਦੇ ਤੇਰੇ ਤੇ ਮੇਰੇ ਨਿਆਣੇ ਆਪਣੇ ਨਿਆਣੇ ਨੂੰ ਘੁੱਟਦੇ। ਅੱਜ ਦੇ ਕਾਲੀ ਦਲ ਚ ਆ ਹਾਲਤ ਹੈ ਵੀ ਤੇਰੇ ਤੇ ਮੇਰੇ ਨਿਆਣੇ ਆਪਣੇ ਨਿਆਣੇ ਨੂੰ ਘੁੱਟਦੇ ਪਏ, ਆਪਣੇ ਨਿਆਣੇ ਨੂੰ ਘੁੱਟਦੇ ਪਏ। ਕਮਾਲ ਆ। ਮੇਰਾ ਖਿਆਲ ਆ ਤੁਹਾਨੂੰ ਸਭ ਜ਼ਿਆਦਾ ਤੁਹਾਡੇ ਤੇ ਸਾਡਾ ਰੰਗ ਚੜ ਗਿਆ, ਡਾਊਨਲੋਡ ਕੀਤੀ ਤਾਂ ਪਲੀਜ਼ ਜ਼ਰੂਰ ਕਰ ਲਓ। ਅੱਛਾ, ਮੇਰਾ ਸਵਾਲ ਬੜੀ ਦੇਰ ਦਾ ਫਸਿਆ ਸੀ, ਤੁਸੀਂ ਥੋੜਾ ਮਾਹੌਲ ਸੰਜੀਦਾ ਰਹਿਣ ਨਹੀਂ ਦਿੱਤਾ, ਪਰ ਸਵਾਲ ਸੰਜੀਦਾ। ਆ ਜਿਹੜਾ ਤੁਸੀਂ ਕਿਹਾ ਵੀ ਸੌਦੇ ਵਾਲੇ ਬਾਬੇ ਨਾਲ ਸੌਦਾ ਤਾਂ ਕਰ ਲਿਆ, ਤੇ ਉਦੋਂ ਬਾਅਦ ਮੁੱਕਰ ਵੀ ਗਿਆ ਵੀ ਨਹੀਂ ਵੀ ਸਾਡਾ ਤਾਂ ਕੋਈ ਲਿੰਕ ਨਹੀਂ ਹੈਗਾ ਉਹਨਾਂ ਨਾਲ। ਅੱਜ ਸੌਦੇ ਵਾਲੇ ਬਾਬੇ ਦਾ ਅਖਬਾਰਾਂ ਦੇ ਵਿੱਚ ਆਇਆ ਵੀ ਡੇਰੇ ਵੱਲੋਂ ਇਹ ਕਿਹਾ ਗਿਆ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਰਮਨਾਕ ਹਾਰ ਤੋਂ ਬਚਾਇਆ। ਜਿਹੜੇ ਲੋਕ ਪੰਜਾਬ ਦੇ ਇਸ ਚੋਣ ਖੇਤਰ ਵਿੱਚ ਫਿਰਦੇ ਸਨ, ਸਮੁੱਚੇ ਪੰਜਾਬ ਦੇ ਚੋਣ ਮੈਦਾਨ ਚ, ਉਹ ਪਿਛਲਿਆਂ ਦਿਨਾਂ ਚ ਪਹਿਲਾਂ ਇਹ ਕਹਿੰਦੇ ਸੀ ਕਿ 117 ਦੇ ਵਿੱਚੋਂ 50-51 ਸੀਟਾਂ ਅਕਾਲੀ ਭਾਜਪਾ ਨੇ ਲੈ ਜਾਣੀਆਂ, ਵਿਕਾਸ ਦੇ ਕੰਮ ਵੱਡੇ ਵੱਡੇ ਇਸ਼ਤਿਹਾਰ ਹੁੰਦੇ ਸੀ, ਫਿਰ ਕਹਿਣ ਲੱਗ ਪਏ ਨਹੀਂ ਇਹ ਪਛੜ ਜਾਣੇ ਆ ਤੇ ਕਾਂਗਰਸ ਚੜ ਰਹੀ ਹੈ, ਫਿਰ ਲੱਗ ਪਏ ਕਹਿਣ ਨਹੀਂ ਆਮ ਆਦਮੀ ਪਾਰਟੀ ਚੜ ਰਹੀ ਹੈ। ਮੁੜ ਕੇ ਇੱਥੇ ਆ ਗਈ ਗੱਲ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਤੇ ਸਭ ਤੋਂ ਨਵੀਂ ਪਾਰਟੀ, ਉਹਨਾਂ ਦੋਵਾਂ ਚ ਮੁਕਾਬਲਾ, ਤਿਆੜੀਆਂ ਵਿੱਚ ਵਿਚਾਲੇ ਦੀਆਂ ਦੋ ਪਾਰਟੀਆਂ ਦਾ ਗਠਜੋੜ, ਇਹ ਬਹੁਤ ਪਛੜ ਗਿਆ। ਜਦੋਂ ਅਖੀਰਲਾ ਹਫ਼ਤਾ ਆ ਗਿਆ ਉੱਥੇ ਆ ਕੇ ਲੋਕੀ ਇੱਕ ਦੂਜੇ ਨੂੰ ਪੁੱਛਣ ਲੱਗ ਪਏ, ਅੱਛਾ ਮਾਝੇ ਚ ਭਲਾ ਸ਼ਰਤ ਲਾ ਕੇ ਦੱਸੋ ਉਹ ਕਿਹੜੀ ਸੀਟ ਹੈ ਜਿਹੜੀ ਅਕਾਲੀ ਦਲ ਵਾਲੇ ਜਾਂ ਬੀਜੇਪੀ ਵਾਲੇ ਜਿੱਤਣਗੇ। ਤੇ ਫਿਰ ਲੋਕੀ ਲੱਗ ਪਏ ਕਹਿਣ ਬੀਜੇਪੀ ਦੀ ਤਾਂ ਇੱਕ ਆਉਂਦੀ ਜਾਪਦੀ ਹੈ, ਪਰ ਔਰ ਅੱਛਾ ਛੱਡ ਛੱਡ ਤੂੰ ਦੁਆਬੇ ਚੋਂ ਇਹ ਦੱਸ ਵੀ ਅਕਾਲੀ ਕਿਹੜੀ ਸੀਟ ਦੇ, ਯਾਰ ਬੀਜੇਪੀ ਵਾਲੇ ਤਾਂ ਦਸੂਏ ਵੱਲ ਝਾਕਦੇ ਆ, ਪਰ ਉਹ ਕਹਿੰਦਾ ਚਲ ਛੱਡ 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 ਤੂੰ ਮਾਲਵੇ ਦੀ ਦੱਸ ਦੇ। ਅੱਛਾ ਅਖੀਰਲੇ ਹਫ਼ਤੇ ਚ ਇਹ ਜਾਪਦਾ ਸੀ, ਆਪਣੇ ਇੱਕ ਪੰਜਾਬੀ ਚ ਲਫ਼ਜ਼ ਬਣਦੇ ਹੁੰਦੇ ਨਵਲਦ, ਉਰਦੂ ਚੋਂ ਆਇਆ, ਉਹਦਾ ਮਤਲਬ ਵੀ ਪਿੰਡਾਂ ਚ ਕਹਿੰਦੇ ਨਵਲਦ ਢੇਰੀ, ਕੋਈ ਨੀ ਇਹ ਬੇੜਾ ਦਾ ਪ੍ਰਭਾਵ। ਇਸ ਵਾਰੀ ਤੇ ਇਹ ਗੱਲਾਂ ਹੋਣ ਲੱਗ ਪਈਆਂ ਸੀ ਕਿ ਜਿਹੜੀ ਨਵੀਂ ਅਸੈਂਬਲੀ 2017 ਚ ਚੁਣੀ ਜਾਣੀ ਆ ਉਹਦੇ ਚ ਕਿਤੇ ਸ਼੍ਰੋਮਣੀ ਅਕਾਲੀ ਦਲ ਨਵਲਦ ਤਾਂ ਨੀ ਹੋਜੇਗਾ ਵੀ ਇਹਨਾਂ ਦਾ ਕੋਈ ਜਾਊਗਾ ਵੀ ਕਿ ਨਹੀਂ। ਅੱਛਾ ਜੀ। ਜਦੋਂ ਆਹ ਸਥਿਤੀ ਬਣੀ ਪਈ ਸੀ ਅਚਾਨਕ ਇਹ ਸਾਰੇ ਜਣੇ ਇਕੱਠੇ ਹੋ ਕੇ ਤੇ ਸੱਚੇ ਸੌਦੇ ਵਾਲੇ ਬਾਬੇ ਦੇ ਕੋਲ ਗਏ ਕਿ ਹੁਣ ਬਾਬਾ ਜੀ ਤੂੰ ਹੀ ਤਾਰ ਕੁਛ, ਤੇ ਬਾਬੇ ਨੇ ਆਖਿਆ ਮੇਰੀ ਨਾਮ ਚਰਚਾ ਨੀ ਕਰਾਉਂਦੇ, ਕਦੇ ਅਸੀਂ ਕਰਾਵਾਂਗੇ ਕੋਈ ਗੱਲ ਹੀ ਨੀ, ਤੁਸੀਂ ਆਖਿਆ ਪਰ ਅਸੀਂ ਤੈਨੂੰ ਵੋਟਾਂ ਪਾਵਾਂਗੇ। ਉਹਦੇ ਤੋਂ ਬਾਅਦ ਇੱਕ ਬਕਾਇਦਾ ਤਬਦੀਲੀ ਵੇਖੀ ਗਈ,
ਮਾਨਸਾ ਜ਼ਿਲ੍ਹੇ ਦੀ ਇੱਕ ਸੀਟ ਇਹੋ ਜਿਹੀ ਹੈ ਜਿਹੜੀ ਅੱਧੀ ਹਰਿਆਣੇ 'ਚ ਫਸੀ ਪਈ ਹੈ, ਅੱਧੀ ਸਾਡੇ 'ਚ ਆ, ਬਿਲਕੁਲ ਪਿੰਡਾਂ 'ਚ ਪਿੰਡ ਫਸੇ ਪਿਆ। ਉੱਥੇ ਅਕਾਲੀ ਦਲ ਦਾ ਉਮੀਦਵਾਰ 3 ਦਿਨ ਪਹਿਲਾਂ ਆਪਣੀਆਂ ਗੱਡੀਆਂ ਦਾ ਤੇਲ ਦੇਣਾ ਵੀ ਹਟ ਗਿਆ ਸੀ ਕਿ ਆਪਾਂ ਤਿਹਾਰੇ ਪਏ, ਹੁਣ ਤੀਜੀ ਥਾਂ ਫਿਰਦੇ ਹਾਂ, ਫਾਇਦਾ ਕੀ ਹੈ। ਜਦੋਂ ਸਿਰਸੇ ਤੋਂ ਇਹ ਆਵਾਜ਼ ਆਈ ਕਿ ਅਸੀਂ ਤੁਹਾਡੀ ਮਦਦ ਕਰਨੀ ਹੈ, ਉਹ ਸੀਟ ਇਹੋ ਜਿਹੀ ਹੈ ਜਿੱਥੇ ਸੱਚੇ ਸੌਦੇ ਵਾਲਿਆਂ ਦੀ ਪੂਰੀ ਏਕਤਾ ਵੀ ਹੈ। ਕਈਆਂ ਸੀਟਾਂ ਦੇ ਉੱਤੇ ਸੱਚੇ ਸੌਦੇ ਵਾਲੇ ਆਪੋ ਚ ਲੜ ਪਏ, ਇਕੱਠੇ ਹੋ ਕੇ ਗਏ ਕਿ ਇਸ ਸੀਟ ਤੇ ਸਾਡੀ ਏਕਤਾ ਤੇ ਇਸ ਸੀਟ ਤੇ ਸਾਡੀ 25,000 ਤੋਂ ਵੱਧ ਵੋਟ ਹੈ, ਤੁਸੀਂ ਜ਼ੋਰ ਲਓ। ਉਹ ਤੁਰ ਪਿਆ। ਅੱਜ ਦੀ ਤਰੀਕ ਚ ਲੋਕੀ ਕਹਿੰਦੇ ਆ ਕਿ ਜੇ ਸਾਰੇ ਬਾਲ ਵਿੱਚੋਂ ਇੱਕ ਸੀਟ ਵੀ ਆਉਣੀ ਹੋਈ ਤਾਂ ਸਭ ਤੋਂ ਪਹਿਲਾਂ ਉਹ ਆਉਣੀ ਹੈ ਜਿਹੜੀ ਪਹਿਲਾਂ ਆ ਰਹੀ ਸੀ। ਹੁਣ ਜਿਹੜਾ ਸੱਚਾ ਸੌਦਾ ਇਹ ਕਹਿੰਦਾ ਕਿ ਅਸੀਂ ਤਾਂ ਅਕਾਲੀਆਂ ਨੂੰ ਨਮੋਸ਼ੀ ਤੋਂ ਬਚਾ ਲਿਆ, ਤੇ ਠੀਕ ਹੈ ਜੇ ਨਵਲ ਢੇਰੀ ਹੋ ਸਕਦੇ ਸੀ, ਉਹਨਾਂ ਨੇ ਵਾਕਈ ਬਣਾਤੀ ਹੈ। ਪਰ ਮੈਨੂੰ ਅਜੇ ਵੀ ਇਹ, ਮੈਂ ਨਵਲ ਢੇਰੀ ਵਾਲੀ ਗੱਲ ਤੱਕ ਨਹੀਂ ਜਾਂਦਾ, ਇਹ ਮੈਂ ਜਿਹੜੀ ਨਵਲ ਢੇਰੀ ਦੀ ਗੱਲ ਕੀਤੀ ਇਹ ਉਹ ਲੋਕਾਂ 'ਚ ਪ੍ਰਭਾਵ ਸੀ। ਮੈਨੂੰ ਪੁੱਛੋ ਤੇ ਕੁਝ ਗੱਲਾਂ ਹੋਰ ਆ ਜਿਹੜੀਆਂ ਧਿਆਨ 'ਚ ਰੱਖਣ ਵਾਲੀਆਂ, ਨਹੀਂ ਪੁੱਛ ਹੀ ਲੈਣੇ। ਉਹ ਇਹ ਹੈ ਕਿ ਜਦੋਂ ਅਖੀਰਲੇ ਦਿਨ ਸੀ, ਚੰਡੀਗੜ੍ਹ ਤੋਂ ਇੱਕ ਬਹੁਤ ਵੱਡੇ ਅੰਗਰੇਜ਼ੀ ਅਖਬਾਰ ਨੇ ਰਿਪੋਰਟ ਛਾਪੀ ਸੀ, ਉਹਨੇ ਕਿਹਾ ਜੀ 3 ਸਾਲ ਜਿਹੜੇ ਪਿੰਡਾਂ 'ਚ ਆਟਾ ਦਾਲ ਸਕੀਮ ਦਾ ਆਟਾ ਤੇ ਦਾਲ ਨਹੀਂ ਵੰਡਿਆ ਗਿਆ, ਉਹ ਕਣਕ ਹੁਣ ਇੰਨੀ ਵੰਡਣੀ ਸ਼ੁਰੂ ਕਰ ਦਿੱਤੀ ਹੈ ਕਿ ਉਹਨਾਂ ਤੋਂ ਖਾਧੀ ਨਹੀਂ ਜਾ ਰਹੀ, ਤੇ ਉਹ ਕੀ ਕਰਦੇ ਆ ਕਿ 2 ਦਿਨਾਂ ਜੋ ਕਿ ਰੱਖ ਕੇ ਬਾਕੀ ਚੱਕੀ ਤੇ ਵੇਚ ਆਉਂਦੇ ਆ, ਅਜੇ ਉਹ ਵੇਚ ਕੇ ਮੁੜਦੇ ਆ ਤੇ ਪਿੰਡ 'ਚ ਗੁਰਦੁਆਰੇ ਦਾ ਭਾਈ ਅਨਾਊਂਸਮੈਂਟ ਕਰ ਦਿੰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਾਧ ਸੰਗਤ ਜੀ ਉਹ ਦੂਸਰੇ ਕੋਟੇ ਦੀ ਕਣਕ ਵੀ ਆ ਗਈ, ਜਿਹਨਾਂ ਜਿਹਨਾਂ ਲੈਣੀ ਆ ਫਲਾਣੇ ਥਾਂ ਤੇ ਬੈਠੇ ਜਾ ਕੇ ਹੁਣੇ ਲੈ ਆਓ, ਅਜੇ ਉਹ ਵੇਚ ਕੇ ਉਹਦੇ ਤੀਸਰੀ ਆ ਜਾਂਦੀ ਹੈ। ਇੱਕ ਇੱਕ ਦਿਨ 'ਚ 3-3 ਵਾਰ ਆਈ। ਚੱਕੀਆਂ ਵਾਲੇ ਪਹਿਲਾਂ ਸ਼ਹਿਰਾਂ ਤੋਂ ਖਰੀਦਣ ਜਾਂਦੇ ਹੁੰਦੇ ਸੀ, ਫਿਰ ਇੰਨੀ ਕਣਕ ਗਰੀਬਾਂ ਨੇ ਲਿਆ ਕੇ ਉੱਥੇ ਵੇਚ ਦਿੱਤੀ, ਉਹ ਸ਼ਹਿਰਾਂ ਨੂੰ ਵੇਚਣ ਤੁਰ ਪਏ, ਇੰਨੀ ਆ ਗਈ। ਹੁਣ ਉਹ ਜਿਹੜੇ ਗਰੀਬ ਨੇ, ਜਿਹੜੇ ਗਰੀਬੀ ਰੇਖਾ ਤੋਂ ਹੇਠਲਿਆਂ ਤੋਂ ਵੀ ਹੇਠਲੇ ਆ, ਉਹ ਇਹ ਕਹਿੰਦੇ ਆ ਕਿ ਕਾਂਗਰਸ ਕਹਿੰਦੀ ਖਜ਼ਾਨਾ ਖਾਲੀ ਆ, ਤੇ ਜੇ ਇਹ ਆ ਗਏ ਤੇ ਇਹਨਾਂ ਨੇ ਸਾਡੀ ਆਟਾ ਦਾਲ ਸਕੀਮ ਬੰਦ ਕਰ ਦੇਣੀ, ਆਮ ਆਦਮੀ ਪਾਰਟੀ ਕਹਿੰਦੀ ਖਜ਼ਾਨਾ ਖਾਲੀ ਇਹਨਾਂ ਆ ਕੇ ਬੰਦ ਕਰ ਦੇਣੀ। ਬਾਦਲ ਨਾ ਦੇਵੇ 3 ਸਾਲ ਨਾ ਸੀ, ਮਗਰੋਂ ਇਕੱਠੇ ਦੇ ਦੂਗਾ, ਜਿੱਥੋਂ ਮਰਜ਼ੀ ਲਿਆ ਕੇ ਦੇਵੇ ਦੇ ਤਾਂ ਦਿੰਦਾ ਨਾ। ਅੱਛਾ ਜਿਹੜੀ ਆ ਹੈਗੇ ਹੇਠਲੇ ਤੋਂ ਹੇਠਲੇ ਤੋਂ ਉਦੋਂ ਵੀ ਹੇਠਲੇ ਲੋਕ ਦਬੇ ਕੁਚਲੇ, ਜਿਨ੍ਹਾਂ ਨੂੰ ਬਗੈਰ ਲੋੜ ਤੋਂ ਜਿਨ੍ਹਾਂ ਦੇ ਘਰ ਸਕੂਟਰ ਵੀ ਆ, ਉਹਨਾਂ ਨੂੰ ਸਾਈਕਲ ਵੀ ਮਾਈ ਭਾਗੋ ਸਕੀਮ ਦੇ ਦਿੱਤੇ ਆ, ਉਹ ਉਹਨਾਂ ਲੋਕਾਂ ਦੀਆਂ ਵੋਟਾਂ ਦਾ ਇੱਕ ਗੱਫਾ ਅਕਾਲੀ ਦਲ ਨੂੰ ਮਿਲ ਜਾਣਾ, ਇਹ ਸੋਚਣਾ ਗਲਤ ਹੋਵੇਗਾ ਕਿ ਅਕਾਲੀ ਦਲ 10 ਤੋਂ ਵੀ ਸਾਲ ਡਬਲ ਡਿਜਿਟ ਨਹੀਂ ਬਣਨਾ, ਉਸ ਪੱਖ ਨੂੰ ਅੱਖੋਂ ਪਰੋਖਾ ਨਹੀਂ ਕਰਨਾ ਚਾਹੀਦਾ। ਪਰ ਇਹ ਗੱਲ ਫਿਰ ਸੱਚੀ ਹੈ ਜਿਹੜੀ ਸਿਰਸੇ ਵਾਲਿਆਂ ਨੇ ਮੰਗ ਦਿੱਤੀ ਹੈ ਕਿ ਜੇ ਅਸੀਂ ਨਾ ਹੁੰਦੇ ਨਮੋਸ਼ੀ ਤੋਂ ਬਚਾ ਲਿਆ, ਬਚਾ ਵਾਕਿਆ ਉਹਨਾਂ ਨੇ। ਚਲੋ ਜੀ, ਇੱਕ ਵਾਰ ਮੈਂ ਜ਼ਰੂਰ ਸ਼ੁਕਰੀਆ ਅਦਾ ਕਰ ਦੇਵਾਂ ਜੀ ਕਿ ਬਹੁਤ ਸਾਰੇ ਮੈਸੇਜ ਤੁਸੀਂ ਦੱਸ ਰਹੇ ਹੋ। ਤੁਸੀਂ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰ ਰਹੇ, ਮੈਂ ਕਿਹਾ ਕਿ ਸਿਰਸੇ ਵਾਲਾ ਕਰਨ ਲੱਗੇ, ਨਹੀਂ ਐ ਨਾ ਕਰੋ, ਕਿਉਂਕਿ ਉਧਰ ਪਹਿਲੇ ਵਾਲੇ ਤਾਂ ਸਗੋਂ ਉਲਟਾ ਇਹ ਆ ਕਿ ਉਹ ਮਦਦ ਕਰਕੇ ਵੀ ਫਸ ਗਏ ਆ, ਕਿਉਂਕਿ ਉਸ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ, ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ 3 ਦਿਨ ਸਾਰਿਆਂ ਨੇ ਟੈਲੀਫੋਨ ਬੰਦ ਕਰ ਛੱਡੇ। ਜਿਹੜੇ ਲੀਡਰਾਂ ਨੂੰ 3 ਦਿਨ ਦੰਦਰ ਪਈ ਰਹੇ, ਜਿਹਨਾਂ ਮੂੰਹ ਚ ਘੁੰਗਣੀਆਂ ਪਾ ਛੱਡੀਆਂ, ਉਹ ਵੀ ਹੁਣ ਕਹਿੰਦੇ ਜਿਹੜਾ ਸੱਚੇ ਸੌਦੇ ਗਿਆ ਉਹਨੂੰ ਡਿਆਓ ਦੇ ਗੱਲ ਚ। ਨਹੀਂ ਪਰ ਇਹ ਵੀ ਤਾਂ ਪੰਨੂ ਸਾਹਿਬ ਕਹਿੰਦੇ ਆ ਨਾ ਵੀ ਇਹ ਵੀ ਡਰਾਮਾ ਹੀ ਚੱਲਣ ਡਿਆ, ਕਿਉਂ ਦਿੱਲੀ ਵਾਲੀਆਂ ਚੋਣਾਂ ਸਿਰ ਤੇ ਆ, ਜਿੱਦਣ ਉਹ ਨਿਬੜੀਆਂ ਫਿਰ ਦੂਜੇ, ਬਿਲਕੁਲ ਉਹੀ ਗੱਲ। ਹਾਂ ਸਕੀਮਾਂ ਨੇ ਜੀ, ਇਹ ਥੋੜੀ ਰਾਜਨੀਤੀ ਡੂੰਘੀ, ਇਸੇ ਕਰਕੇ ਸਾਡੇ ਕੋਲ ਰਾਜਨੀਤੀ ਦੇ ਬਾਬਾ ਬੋਰਡ ਬੈਠੇ ਨੇ। ਬਿਲਕੁਲ, ਬਾਕੀ ਅੱਜ ਅਸੀਂ ਪਤਾ ਨੀ ਚੱਜ ਦੇ ਵਿਚਾਰ ਦੇ ਵਿੱਚ ਬਾਕੀ ਚੱਜ ਦੀਆਂ ਗੱਲਾਂ ਕਰਨ ਲੱਗੇ, ਮੈਨੂੰ ਤਾਂ ਆਪਣੇ ਆਪ ਤੇ ਹੈਰਾਨੀ ਹੁੰਦੀ ਪਈ ਹੈ। ਨਹੀਂ ਚੱਜ ਦੀ ਗੱਲ ਕਿਹੜੀ ਕੀਤੀ ਆਪਾਂ? ਨਹੀਂ ਮਤਲਬ ਫੇਰ ਵੀ ਚੁੱਪ ਚਾਪ, ਬਿਲਕੁਲ ਸਿਆਣੇ ਬੱਚਿਆਂ ਦੀ ਤਰ੍ਹਾਂ ਆਪਾਂ ਗੱਲਾਂ ਬਾਤਾਂ ਸੁਣਦੇ ਪਏ ਹਾਂ, ਹੈ ਨਾ? ਉਹਨੂੰ ਹੈਰਾਨੀ ਹੋਰ ਹੁੰਦੀ ਹੈ ਕਿ ਅੱਗੇ ਇਸ ਪ੍ਰੋਗਰਾਮ 'ਚ ਮੈਂ ਬੋਲਦੀ ਹੁੰਦੀ ਆ, ਅੱਜ ਤੁਸੀਂ ਪੰਨੂ ਵਿੱਚ ਬਿਠਾ ਲਿਆ ਕਿ ਮੌਕਾ ਦੇ ਰਿਹਾ। ਨਹੀਂ 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 ਨਹੀਂ, ਤੁਹਾਡੀਆਂ ਗੱਲਾਂ ਬੜੀਆਂ ਕਮਾਲ ਨੇ ਤੇ ਸਾਨੂੰ ਮੈਸੇਜ ਵੀ ਬਹੁਤ ਸਾਰੇ ਆ ਰਹੇ ਨੇ ਜੀ, ਕਮਾਲ ਹੋਈ ਪਈ ਇਧਰ, ਲਿਸਟ ਬੜੀ ਦੂਰ ਆ, ਤੁਹਾਡੀ ਗੱਲ ਲੰਬੀ ਹੋ ਗਈ ਸੀ ਤੇ ਮੈਂ ਕਹਿ ਲਓ ਵੀ ਬੋਲ ਨਹੀਂ ਸਕਦਾ। ਯੁੱਧਵੀਰ ਜੀ ਦਾ ਮੈਸੇਜ ਆਇਆ ਸੀ, ਗੁਰਸੇਵਕ ਸਿੰਘ ਜੀ ਕਹਿੰਦੇ, ਇਸ ਤੋਂ ਬਿੱਲਾ ਫਲੋਰੀ ਜੀ ਦਾ ਫੋਨ ਆਇਆ ਸੀ, ਉਹ ਕਹਿੰਦੇ ਜੀ ਇਹ ਤਾਂ ਤੁਸੀਂ ਬਾਕੀ ਗੱਲਾਂ ਛੱਡੋ, ਇਹ ਤਾਂ ਬਰਾਕ ਓਬਾਮਾ ਨੂੰ ਬਰਾਕ ਬਰਾਕ ਖੇਰੀ ਜਾਂਦੇ। ਗੁਰਸੇਵਕ ਸਿੰਘ ਜੀ ਤੋਂ ਬਾਅਦ ਆਪਣੇ ਵਿਪੁਲ ਜੀ ਦਾ ਤਾਂ ਆਪਾਂ ਜਵਾਬ ਦੇ ਦਿੱਤਾ। ਨਿੰਦਰ ਜੀ ਕਹਿੰਦੇ ਸਾਨੂੰ ਤਾਂ ਕਹਿੰਦੇ ਇਟਲੀ ਤੋਂ ਪੰਜਾਬ ਆਉਣ ਨੂੰ ਡਰ ਲੱਗਦਾ, ਅਸੀਂ ਤਾਂ ਡੀਕਦੇ ਆ ਵੀ ਆਪਦੀ ਸਰਕਾਰ ਆਵੇ। ਤੇ ਫਿਰ ਸੁਖਦੀਪ ਸਿੰਘ ਦੇ ਦੋ ਮਤਲਬ ਹੁੰਦੇ ਆ, ਆਪਾਂ ਪੰਜਾਬੀ ਚ ਕਹਿੰਦੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ, ਇੱਕ ਤੇ ਆਪ ਦੀ ਸਰਕਾਰ ਚ, ਇਹ ਤਾਂ ਨੀ ਕਹਿੰਦੇ ਗੁਰਪ੍ਰੀਤ ਦੀ ਸਰਕਾਰ ਆ ਜਾਵੇ। ਨਹੀਂ ਹੁਣ ਆਪਾਂ ਤਾਂ ਹੈ ਹੀ ਨੀ ਨਾ ਕਿਸੇ ਪਾਸੇ। ਨਹੀਂ ਵੈਸੇ ਇਹ ਤੁਹਾਨੂੰ ਲੱਗਦਾ ਇੱਕ ਕਾਮਯਾਬ ਸਿਆਸਤਦਾਨ ਬਣ ਸਕਦੇ? ਪੱਕਾ ਹੀ ਨਹੀਂ। ਦੇਖੋ ਜਿੱਦਾਂ ਦੇ ਪੰਪਣਾ ਦੇ ਆ ਜੇ, ਐਵੇਂ ਗਰੀਬ ਮਾਰ ਨਾ ਕਰ ਦਿਓ, ਜਿੱਦਾਂ ਦੇ ਕੁੱਕੜ ਦੇ ਖੰਭ ਖਿਲ ਜਾਣੇ ਉਹਨਾਂ ਦੇ ਹੁੰਦੇ ਆ। ਹਾਂਜੀ, ਤੁਹਾਨੂੰ ਇਹ ਕਹਿਣਾ ਚਾਹੀਦਾ ਕਿ ਤੁਹਾਨੂੰ ਮੇਰਾ ਮਾੜਾ ਲੱਗਦਾ ਵੀ ਮੈਂ ਸਿਆਸਤ ਵਿੱਚ ਆ ਜਾਊਂਗਾ,
ਏਡਾ ਹੀ ਮਾੜਾ ਲੱਗਦਾ ਕਿ ਮੈਂ ਸਿਆਸਤ ਵਾਲੇ ਪਾਸੇ ਆ ਜਾਊਂਗਾ ਮੈਨੂੰ ਉਧਰ ਤੋਰਨ ਡਿਆ ਜੀ ਅੱਛਾ ਸੁਖਦੀਪ ਸਿੰਘ ਜੀ ਵੀ ਕਹਿੰਦੇ ਕਹਿੰਦੇ ਜੀ ਬਾਬਾ ਬਾਦਲ ਜੀ ਹੁਣ ਕਹਿੰਦੇ ਅਮਰੀਕਾ ਚਲ ਗਏ ਕੋਈ ਚੈੱਕਅਪ ਕਰਾਉਣ ਹਸਪਤਾਲ ਚ ਕਹਿੰਦੇ ਵੀ ਜੇ ਕੋਈ ਬੰਦਾ ਪੰਜਾਬ ਚ ਹਸਪਤਾਲ ਚੰਗਾ ਬਣਿਆ ਤਾਂ ਫਿਰ ਬਾਹਰ ਆਉਣ ਦੀ ਕੀ ਲੋੜ ਸੀ ਇਹ ਗੱਲ ਹੀ ਕੋਈ ਉਹ ਵੈਸੇ ਉਹਨਾਂ ਨੇ ਪਿਛਲਿਆਂ ਦਿਨਾਂ ਚ ਐਲਾਨ ਇਹੋ ਕੀਤਾ ਕਿ ਪੰਜਾਬ ਚ ਏਡੇ ਵਧੀਆ ਹਸਪਤਾਲ ਬਣਾ ਤੇ ਆ ਪਰ ਹਸਪਤਾਲ ਲੋਕਾਂ ਵਾਸਤੇ ਬਣਾਏ ਆ ਗੁਜ਼ਾਰਾ ਵਜਾਰਾ ਕਰਨ ਵਾਸਤੇ ਜੇ ਉਹ ਹਸਪਤਾਲ ਚੰਗੇ ਹੋਣ ਬਾਦਲ ਸਾਹਿਬ ਨੂੰ ਬਾਹਰ ਜਾਣ ਦੀ ਲੋੜ ਨਹੀਂ ਤੇ ਬਾਦਲ ਪਰਿਵਾਰ ਚ ਜਦੋਂ ਵੀ ਕਿਸੇ ਨੂੰ ਪ੍ਰੋਬਲਮ ਹੋਵੇ ਉਹ ਬਾਹਰ ਹੀ ਜਾਂਦੇ ਨੇ ਅਟਲ ਬਿਹਾਰੀ ਵਾਜਪੇਈ ਦੇ ਗੋਡਿਆਂ ਦੀ ਪ੍ਰੋਬਲਮ ਸੀ ਡਾਕਟਰ ਨੇ ਕਿਹਾ ਸੀ ਤੁਸੀਂ ਅਮਰੀਕਾ ਜਾ ਕੇ ਇਲਾਜ ਕਰਾ ਲਓ ਕਹਿੰਦੇ ਮੈਂ ਇਲਾਜ ਇੱਥੇ ਕਰਾਊਂਗਾ ਤੇ ਫਿਰ ਡਾਕਟਰ ਨੇ ਆਖਿਆ ਸੀ ਕਿ ਸਭ ਤੋਂ ਵੱਡਾ ਐਕਸਪਰਟ ਡਾਕਟਰ ਰਾਣਾਵਤ ਅਮਰੀਕਾ ਚ ਉਹਨੂੰ ਅਸੀਂ ਸੱਦ ਲਈਏ ਕਹਿੰਦੇ ਸੱਦਣਾ ਇੱਥੇ ਸੱਦ ਲਓ ਮੈਂ ਉੱਥੇ ਨਹੀਂ ਜਾਣਾ ਇੰਡੀਆ ਵਿੱਚ ਉਹਨੇ ਆਪਣੇ ਗੋਡੇ ਦਾ ਆਪਰੇਸ਼ਨ ਪਹਿਲਾਂ ਇੱਕ ਦਾ ਫਿਰ ਦੂਜੇ ਦਾ ਕਰਾਇਆ ਸੀ ਇੱਕ ਮੈਂ ਹੋਰ ਦੱਸਦਾ ਕਿ ਜਿੰਨੇ ਐਨ ਆਰ ਆਈ ਬਾਹਰੋਂ ਆਉਂਦੇ ਨੇ ਸਾਡੇ ਕੋਲ ਇੱਥੇ ਇਲਾਜ ਕਰਾਉਣ ਵਾਸਤੇ ਕਿਡਨੀ ਦਾ ਇਲਾਜ ਕਰਾਉਣਾ ਹੋਵੇ ਬਾਈਪਾਸ ਕਰਾਉਣੀ ਹੋਵੇ ਮੈਡੀਕਲ ਟੂਰਿਜ਼ਮ ਇਸ ਵੇਲੇ ਸਭ ਤੋਂ ਵੱਧ ਪੰਜਾਬ ਚੱਲਦਾ ਉਹ ਇਹ ਤਾਂ ਸ਼ਿਕਾਇਤ ਕਰ ਸਕਦੇ ਆ ਕਿ 2 ਲੱਖ ਬਣਦਾ ਸੀ ਤੇ 3 ਲੱਖ ਹਸਪਤਾਲ ਵਾਲਿਆਂ ਬਣਾ ਦਿੱਤਾ ਪਰ ਇਹ ਕਦੇ ਕਿਸੇ ਨੇ ਨਹੀਂ ਆਖਿਆ ਕਿ ਆਪਰੇਸ਼ਨ ਮਾੜਾ ਹੋਇਆ ਬਿਰਲਾ ਬਣ ਜਾ ਇੱਕ ਅੱਧਾ ਖਰਾਬ ਵੀ ਹੋ ਗਿਆ ਹੋਵੇ ਦੇਸ਼ ਭਗਤ ਹੁੰਦੇ ਸਨ ਬਾਬਾ ਭਗਤ ਸਿੰਘ ਬਿਰਗਾ ਹੁਣ ਤਾਂ ਰਹੇ ਨੇ 100 ਸਾਲ ਤੋਂ ਉਮਰ ਕਰਕੇ ਚਲੇ ਗਏ ਉਹਨਾਂ ਨੇ ਜਦੋਂ ਹਾਰਟ ਦਾ ਆਪਰੇਸ਼ਨ ਕਰਾਉਣਾ ਸੀ ਇੰਗਲੈਂਡ ਤੋਂ ਚਾਚਾ ਇੱਥੇ ਆ ਗਏ ਤੇ ਉਹਨਾਂ ਨੇ ਆਖਿਆ ਕਿ ਮੈਨੂੰ ਇੰਗਲੈਂਡ ਵਾਲੇ ਡਾਕਟਰ ਮੈਂ ਉਹਨਾਂ ਨੂੰ ਕਿਹਾ ਮੈਂ ਇੰਡੀਆ ਚ ਕਰਾਉਣਾ ਉਹ ਇਸ ਕਰਕੇ ਕਿ ਤੁਹਾਡਾ ਡਾਕਟਰ ਤਾਂ ਹਫ਼ਤੇ ਚ ਇੱਕ ਆਪਰੇਸ਼ਨ ਕਰਦੇ ਆ ਸਾਡੇ ਡਾਕਟਰ ਲਗਾਤਾਰ ਇੰਨੇ ਆਪਰੇਸ਼ਨ ਕਰਦੇ ਆ ਉਹਨਾਂ ਦੀ ਪ੍ਰੈਕਟਿਸ ਵੱਧ ਆ ਪਹਿਲੀ ਗੱਲ ਦੂਜੀ ਇਹ ਕਿ ਜੇ ਅਸੀਂ ਮਤਲਬ ਇੰਡੀਆ ਦਾ ਮੈਡੀਕਲ ਸਿਸਟਮ ਅਸੀਂ ਰਿਜੈਕਟ ਕਰ ਦਿਆਂਗੇ ਰੱਦ ਕਰ ਦਿਆਂਗੇ ਤੇ ਜਿਹੜੇ ਸਾਡੇ ਉਹ ਲੋਕ ਨੇ ਜਿਨ੍ਹਾਂ ਦੇ ਘਰ ਰੋਟੀ ਮਸਾਂ ਪੱਕਦੇ ਆ ਉਹ ਫਿਰ ਕਿੱਥੇ ਜਾਣਗੇ ਘਰ ਪਾ ਲੈਣ ਸਾਨੂੰ ਆਪਣੇ ਸਿਸਟਮ ਬਾਰੇ ਕੋਈ ਨਾ ਕੋਈ ਭਰੋਸਾ ਹੋਣਾ ਚਾਹੀਦਾ ਇਹ ਜਿਹੜੇ ਲੀਡਰ ਬਾਹਰ ਜਾਂਦੇ ਆ ਮੈਂ ਉਹਨਾਂ ਦੀ ਭਾਵਨਾ ਕੋਈ ਵੀ ਹੋਵੇ ਮੈਂ ਸਮਝਦਾ ਕਿ ਇਹੋ ਜਿਹੇ ਕੰਮਾਂ ਵਾਸਤੇ ਬਾਹਰ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ ਸਿਰਫ ਉਦੋਂ ਜਾਣਾ ਚਾਹੀਦਾ ਜਿਹੜੀ ਚੀਜ਼ ਦਾ ਇਲਾਜ ਇੱਥੇ ਇੰਡੀਆ ਚ ਨਾ ਹੋ ਸਕਦਾ ਹੋਵੇ ਇਸ ਵੇਲੇ ਦੁਨੀਆਂ ਦੀ ਕੋਈ ਬਿਮਾਰੀ ਇਹੋ ਜਿਹੀ ਨਹੀਂ ਜਿਹਦਾ ਇਲਾਜ ਇੰਡੀਆ ਚ ਨਹੀਂ ਹੋ ਸਕਦਾ ਬਾਦਲ ਸਾਹਿਬ ਨੂੰ ਮਿਸਾਲ ਪੇਸ਼ ਕਰਨੀ ਚਾਹੀਦੀ ਸੀ ਸਾਡੀ PGI ਇਸ ਵੇਲੇ ਜਾਂ ਦਿੱਲੀ ਦਾ ਏਮਸ ਦੁਨੀਆਂ ਦੇ ਬਹੁਤ ਵਧੀਆ ਹਸਪਤਾਲਾਂ ਚ ਨੇ ਇੱਥੇ ਨਵੀਆਂ ਨਵੀਆਂ ਖੋਜਾਂ ਵੀ ਹੋਈਆਂ ਨੇ ਕੁਝ ਨਾ ਕੁਝ ਲੋਕਾਂ ਦਾ ਭਰੋਸਾ ਬਣਾਉਣ ਵਾਸਤੇ ਖਲੋਣਾ ਚਾਹੀਦਾ ਅਗਲਾ ਸਵਾਲ ਤਾਂ ਨਹੀਂ ਖੈਰ ਉਹਨਾਂ ਨੇ ਤਾਂ ਗੱਲ ਹੀ ਕੀਤੀ ਹੈ ਜੀ ਆਪਣੇ ਵੱਲੋਂ ਆਪਣਾ ਉਹਨਾਂ ਨੇ ਵਿਊ ਪੁਆਇੰਟ ਰੱਖਿਆ ਸਿਮਰਤ ਸੰਘੇੜਾ ਜੀ ਨੇ ਉਹ ਕਹਿੰਦੇ ਵੀ ਜਦੋਂ SGPC ਤੇ ਅਕਾਲ ਤਖ਼ਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵ ਤੋਂ ਅਲੱਗ ਹੋਊਗਾ ਤੇ ਇਹ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਇੱਕ ਸੁਪਰੀਮ ਪਾਵਰ ਨੂੰ ਸੁਪਰੀਮ ਪਾਵਰ ਬਣਨ ਦਾ ਮੌਕਾ ਮਿਲੇ ਜਦੋਂ ਅਕਾਲੀ ਫੂਲਾ ਸਿੰਘ ਦਾ ਸਮਾਂ ਸੀਗਾ ਸੋ ਉਹ ਵਾਲਾ ਜਿਹੜਾ ਸਮਾਂ ਹੈ ਉਹ ਆਉਣ ਦੀ ਆਸ ਕਰਦੇ ਨੇ ਮੈਂ ਤੁਹਾਨੂੰ ਲੱਗਦਾ ਵੀ ਹੈ ਇੱਦਾਂ ਦੀ ਉਮੀਦ ਹੋਣਗੇ ਨਹੀਂ ਹੁਣ ਇਹੋ ਜਿਹੀ ਆਸ ਬਹੁਤ ਨਹੀਂ ਰੱਖਣੀ ਚਾਹੀਦੀ ਜਿਹੜੇ ਸਾਡੇ ਹਿੰਦੀ ਚੈਨਲਾਂ ਵਾਲੇ ਆ ਜੀ ਉਹਨਾਂ ਨੂੰ ਬਹੁਤਾ ਸਾਡੀ ਜਿਹੜੀ ਸ਼ਬਦਾਵਲੀ ਉਹਦੀ ਸਮਝ ਨਹੀਂ ਆਉਂਦੀ ਉਹਨਾਂ ਨੇ ਅਕਾਲ ਤਖ਼ਤ ਵੀ ਆਖਣਾ ਹੋਵੇ ਤੇ ਕਹਿੰਦੇ ਅੱਜ ਅਕਾਲੀ ਤਖ਼ਤ ਪਰ ਮੀਟਿੰਗ ਹੋਈ ਉਹ ਅਕਾਲ ਤਖ਼ਤ ਨੂੰ ਅਕਾਲੀ ਤਖ਼ਤ ਹੀ ਕਈ ਵਾਰ ਕਹਿ ਜਾਂਦੇ ਤੇ ਉੰਜ ਵੀ ਅਮਲ ਚ ਅਕਾਲੀ ਤਖ਼ਤ ਬਣ ਗਿਆ ਇਸ ਅਕਾਲ ਤਖ਼ਤ ਦੇ ਉੱਤੇ ਅੱਜ ਤੋਂ 50-60 ਸਾਲ ਪਹਿਲਾਂ ਤੱਕ ਇਹੋ ਜਿਹੇ ਜਥੇਦਾਰ ਹੁੰਦੇ ਸਨ ਜਿਨ੍ਹਾਂ ਕੋਲ ਮਹੀਨੇ ਪਿੱਛੋਂ ਸ਼੍ਰੋਮਣੀ ਕਮੇਟੀ ਦਾ ਸੈਕਟਰੀ ਜਾਂਦਾ ਸੀ ਜਾ ਕੇ ਫਤਿਹ ਬੁਲਾ ਕੇ ਉਦੋਂ ਸੋਫੇ ਤਾਂ ਹੁੰਦੇ ਨਹੀਂ ਸੀ ਮੰਜੇ ਸੀ ਉਹਨਾਂ ਦੀ ਪੈਂਦ ਵੱਲ ਬੈਠ ਜਾਂਦਾ ਸੀ ਫਿਰ ਗੱਲਾਂ ਕਰਦੇ ਰਹਿਣਾ 2-4 ਮਿੰਟ ਉਦੋਂ ਚਾਹ ਦਾ ਰਿਵਾਜ਼ ਨਹੀਂ ਸੀ ਉਹਨਾਂ ਲੱਸੀ ਪਿਉਣੀ ਲੱਸੀ ਪੀ ਕੇ ਤੇ ਫਿਰ ਹੌਲੀ ਹੌਲੀ ਇੱਕ ਲਿਫਾਫਾ ਰੱਖਣਾ ਆ ਸਿੰਘ ਸਾਹਿਬ ਜਰਾ ਕਿ ਛੋਟੀ ਜਿਹੀ ਭੇਟਾ ਪ੍ਰਵਾਨ ਕਰਿਓ ਉਹਨਾਂ ਆਖਣਾ ਕੀ ਲੋੜ ਸੀ ਚਲੋ ਰੱਖ ਲਿਓ ਫਿਰ ਗੱਲਾਂ ਕਰਦੇ ਰਹਿਣਾ ਤੁਰਨ ਲੱਗਿਆ ਰਜਿਸਟਰ ਹੋੜ ਜੀ ਰੱਖ ਕੇ ਸਿੰਘ ਸਾਹਿਬ ਇੱਥੇ ਕਿਤੇ ਥੋੜੇ ਜੇ ਜੇ ਦਸਤਖਤ ਝਰੀਟਦੇ ਹੋ ਕਦੇ ਕਦਾਈ ਅਸੀਂ ਤੁਹਾਡੇ ਉਹਦਾ ਦਸਤਖਤ ਜਿਹੜੇ ਉਹਨਾਂ ਦੇ ਦਰਸ਼ਨ ਹੀ ਕਰ ਲਿਆ ਕਰਾਂਗੇ ਅਸਲ ਵਿੱਚ ਉਹ ਸੈਲਰੀ ਹੁੰਦੀ ਸੀ ਤਨਖਾਹ ਹੁੰਦੀ ਸੀ ਪਰ ਸਿੱਧਾ ਇਹ ਨਹੀਂ ਸੀ ਕਹਿੰਦੇ ਕਿ ਮੇਰੇ ਆਹ ਤੁਸੀਂ ਤੁਹਾਡੀ ਸੈਲਰੀ ਆ ਜੀ ਫੜੋ ਤੇ ਰਜਿਸਟਰ ਦੇ ਦਸਤਖਤ ਕਰੋ ਕਿੱਡੇ ਢੰਗ ਨਾਲ ਬੜਾ ਪੋਲਾਈਟਲੀ ਕਹਿਣਾ ਪੈਂਦਾ ਸੀ ਹੁਣ ਕੀ ਹੈ ਹੁਣ ਤਖ਼ਤਾਂ ਦੇ ਜਥੇਦਾਰ ਫੋਨ ਕਰਕੇ ਕਹਿੰਦੇ ਆ ਮੈਨੂੰ ਅਗਲੇ ਮਹੀਨੇ ਤਨਖਾਹ ਐਡਵਾਂਸ ਦੇ ਦਿਓ ਇਹ ਵੀ ਕੰਮ ਚੱਲਣਾ ਮੇਰੇ 2 ਬੰਦੇ ਚੱਲੇ ਆ ਜਿਹੜਾ ਜਥੇਦਾਰ ਆਉਂਦਾ ਆਪਣੇ 5-7 ਰਿਸ਼ਤੇਦਾਰਾਂ ਨੂੰ ਕਿਸੇ ਨੂੰ ਪੀਏ ਕਿਸੇ ਨੂੰ ਗੁੜਵਾਈ ਕਿਸੇ ਨੂੰ ਕੁਛ ਕਰਕੇ ਆਪਣੇ ਨਾਲ ਅਕਾਲ ਤਖ਼ਤ ਦੇ ਉੱਤੇ ਲਾ ਦਿੰਦਾ ਉਹਨਾਂ ਸਾਰੇ ਤਨਖਾਹ ਪੈਣ ਲੱਗ ਪੈਂਦੀ ਆ ਉਦੋਂ ਦੇ ਬਾਹਰ ਕਦੇ ਕਿਸੇ ਦੀਆਂ ਸਿਫਾਰਿਸ਼ਾਂ ਕਰਨ ਨਹੀਂ ਜਾਂਦੇ ਹੁਣ ਜਥੇਦਾਰ ਥਾਣਿਆਂ ਦੇ ਵਿੱਚ ਫੋਨ ਕਰਦੇ ਨੇ ਨਾ ਕੋਈ ਫੋਨ ਸੁਣਿਆ ਥਾਣੇ ਤੱਕ ਵੀ ਚੱਲ ਜਾਂਦੇ ਨੇ ਉਦੋਂ ਜਥੇਦਾਰ ਜਿਹੜੇ ਸੀ ਉਹਨਾਂ ਕੋਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਾਵੇ ਜਾਂ ਕੋਈ
ਫਰਜ਼ ਕਰੋ ਮੰਤਰੀ ਵੀ ਚਲਾ ਜਾਵੇ ਤੇ ਗੱਲਾਂ ਕਰਦਿਆਂ ਕਰਦਿਆਂ ਹੌਲੀ ਹੌਲੀ ਕਹਿੰਦੇ ਹੁੰਦੇ ਸੀ ਯਾਰ ਆਪਣਾ ਭਜੰਗੀ ਜਵਾਨ ਹੋ ਗਿਆ ਵੇਲਾ ਫਿਰਦਾ ਉਹਨੂੰ ਕਿਤੇ ਨਾ ਕਿਤੇ ਐਡਜਸਟ ਕਰ ਦਿਓ ਹੁਣ ਭਜੰਗੀ ਯੂਥ ਅਕਾਲੀ ਦਲ ਦੇ ਲੀਡਰ ਬਣੇ ਨੇ ਉਹ ਜਦੋਂ ਮੁੱਖ ਮੰਤਰੀ ਕੋਲ ਜਾਂ ਅਕਾਲੀ ਦਲ ਦੇ ਪ੍ਰਧਾਨ ਕੋਲ ਜਾਂਦੇ ਆ ਤੇ ਉਹਨੂੰ ਕਹਿੰਦੇ ਪ੍ਰਧਾਨ ਜੀ ਸਾਡਾ ਵੀ ਕੋਈ ਕੰਮ ਕਰਦੇ ਹੋ ਤੇ ਉਹ ਕਹਿੰਦਾ ਕੀ ਕੰਮ ਕਰਾਂ ਉਹ ਬਾਪੂ ਜੀ ਵੇਲੇ ਬੈਠੇ ਇਹਨਾਂ ਨੂੰ ਕਿਤੇ ਐਡਜਸਟ ਕਰ ਦਿਓ ਕਹਿੰਦਾ ਲਿਆ ਜਾਂਦਾ ਲਾਗ ਅੱਛਾ ਆਹ ਜਿਹੜਾ ਕੰਮ ਚੱਲ ਪਿਆ ਇਹਨੇ ਅਕਾਲ ਤਖ਼ਤ ਦੀ ਤੇ ਤਖ਼ਤਾਂ ਦੇ ਜਥੇਦਾਰਾਂ ਦੀ ਪੋਜੀਸ਼ਨ ਇੰਨੀ ਖਰਾਬ ਕਰ ਦਿੱਤੀ ਹੈ ਕਿ ਸਾਰੇ ਥਾਵਾਂ ਤੇ ਪ੍ਰਚਾਰ ਹੁੰਦਾ ਕਿ ਅਕਾਲ ਤਖ਼ਤ ਦਾ ਜਥੇਦਾਰ ਬਣਾਉਣ ਲੱਗਾ ਹੱਥ ਤੇ ਚੜਾ ਕੇ ਲਿਆਉਂਦੇ ਆ ਜਾਣ ਲੱਗਾ ਉਹਨੂੰ ਕੋਈ ਨਹੀਂ ਕਰਕੇ ਦਿੰਦਾ ਔਰ ਇਹ ਵੀ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਜਿਹਨਾਂ ਤੁਸੀਂ ਸਿੰਘ ਸਾਹਿਬ ਕਹਿੰਦੇ ਹੋ ਇੰਨੀ ਮਾੜੀ ਆਦਤ ਕਰ ਦਿੱਤੀ ਹੈ ਕਿ ਪਿਛਲੇ ਸਾਲ ਅਸੀਂ ਇਤਿਹਾਸ ਵਿੱਚ ਪਹਿਲੀ ਵਾਰ ਵੇਖਿਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅੰਦਰ ਵੜ ਕੇ ਸ਼ੀਸ਼ਾ ਥਣੀ ਬਾਹਰ ਝਾਕਦੇ ਆ ਤੇ ਪਬਲਿਕ ਉਹਨਾਂ ਦਾ ਪੁਤਲਾ ਬਣਾ ਕੇ ਦਰਬਾਰ ਸਾਹਿਬ ਦੇ ਪਹਿਲਾਂ ਘਸੀਟਦੀ ਪਈ ਬਾਹਰ ਤੇ ਫਿਰ ਅੱਗ ਲਾ ਕੇ ਸਾੜਦੀ ਇਹਦੇ ਤੋਂ ਪਹਿਲਾਂ ਇੱਕ ਵਾਰ ਹੋਰ ਪੋਜੀਸ਼ਨ ਹੋਈ ਕਿ ਅਕਾਲ ਤਖ਼ਤ ਦਾ ਇੱਕ ਜਥੇਦਾਰ ਹਟਾਇਆ ਦੂਸਰਾ ਵੀ ਥਾਂ ਤੇ ਬਿਠਾ ਦਿੱਤਾ ਦੋਵਾਂ ਦਾ ਆਪੋ ਚ ਬੋਲਚਾਲ ਬੰਦ ਹੋ ਗਿਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਦਲ ਗਿਆ ਉਹਨੇ ਜਿਹੜਾ ਹਟਾਇਆ ਅਕਾਲ ਤਖ਼ਤ ਸੀ ਉਹਨੂੰ ਲਿਆ ਕੇ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਲਾ ਦਿੱਤਾ ਸ੍ਰੀ ਹਰਿਮੰਦਰ ਸਾਹਿਬ ਦਾ ਸ਼੍ਰੋਮਣੀ ਕਮੇਟੀ ਦੀ ਰਵਾਇਤ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਦਾ ਇਜਲਾਸ ਹੋਵੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਤੇ ਉਹਦੇ ਉੱਤੇ ਚੌਰ ਕਰਨ ਦੀ ਸੇਵਾ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਉਹ ਦੋਵੇਂ ਵਾਰੀ ਵਾਰੀ ਕਰਦੇ ਉਹ ਦੋਵੇਂ ਇੱਕ ਦੂਜੇ ਨੂੰ ਸਲੀਕ ਸਮਝਦੇ ਸੀ ਉਹ ਉਹਦੇ ਕੋਲ ਚੌਰ ਫੜਨ ਨੂੰ ਤਿਆਰ ਨਹੀਂ ਸੀ ਉਹ ਉਹਦੇ ਕੋਲ ਫੜਨ ਨੂੰ ਤਿਆਰ ਨਹੀਂ ਸੀ ਸ਼੍ਰੋਮਣੀ ਕਮੇਟੀ ਨੇ ਪ੍ਰਬੰਧ ਕੀਤਾ ਕਿ ਉਹਨਾਂ ਦੋਵਾਂ ਦੇ ਵਿਚਾਲੇ ਇੱਕ ਜਥੇਦਾਰ ਗ੍ਰੰਥੀ ਸਿੰਘ ਹੋਰ ਬਿਠਾਉਂਦੇ ਸੀ ਪਹਿਲਾਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੌਰ ਕਰਦਾ ਸੀ ਫਿਰ ਗ੍ਰੰਥੀ ਨੂੰ ਫੜਾਉਂਦਾ ਹੈ ਗ੍ਰੰਥੀ ਹੈੱਡ ਗ੍ਰੰਥੀ ਸਾਹਿਬ ਨੂੰ ਫੜਾਉਂਦਾ ਫਿਰ ਉਹ ਚੌਰ ਕਰਦਾ ਸੀ ਗ੍ਰੰਥੀ ਫੜਾਉਂਦਾ ਹੈ ਦੋਵੇਂ ਇੱਕ ਦੂਜੇ ਨੂੰ ਫੜਦੇ ਫੜਾਉਂਦੇ ਵੀ ਨਹੀਂ ਸਨ ਕਿਉਂਕਿ ਡਰ ਸੀ ਕਿ ਚੱਲਦੇ ਇਲਾਸ ਚ ਆਪੋ ਚ ਨਾ ਲੜ ਪੈਂਦੇ ਇਹ ਨੌਬਤ ਕਿਉਂ ਆ ਗਈ ਅੱਛਾ ਕੀ ਤੁਸੀਂ ਤਖ਼ਤਾਂ ਦੇ ਜਥੇਦਾਰਾਂ ਨੂੰ ਸਿੰਘ ਸਾਹਿਬਾਨ ਨੂੰ ਇੰਨੇ ਹੌਲੇ ਕਰਤਾ ਆ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹਦੇ ਜਥੇਦਾਰ ਜੀ ਦੋ ਮਹੀਨੇ ਸਿੱਖਾਂ ਦੇ ਪੰਜਵੇਂ ਤਖ਼ਤ ਦਾ ਜਥੇਦਾਰ ਤੇ ਸਿੱਖਾਂ ਤੋਂ ਡਰਦਾ ਉੱਥੇ ਵੜਿਆ ਨਹੀਂ ਇਹ ਜਿਹੜੀ ਸਥਿਤੀ ਪੈਦਾ ਕਰ ਦਿੱਤੀ ਗਈ ਹੈ ਇਹਦੇ ਚੋਂ ਸਿੱਖ ਵਿਦਵਾਨਾਂ ਨੂੰ ਸਿੱਖ ਚਿੰਤਕਾਂ ਨੂੰ ਜਿਹੜੇ ਸਿੱਖੀ ਦਰਦ ਵਾਲੇ ਲੋਕ ਨੇ ਉਹਨਾਂ ਨੂੰ ਸੋਚਣਾ ਪਊ ਤੇ ਉਹਦਾ ਸਭ ਤੋਂ ਵੱਡਾ ਕਾਰਨ ਇਹ ਆ ਇਹਦੇ ਚ ਦੋ ਨੁਕਸ ਪੈ ਗਏ ਆ ਇੱਕ ਤਾਂ ਇਹ ਕਿ ਅਸੀਂ ਗੁਰੂ ਨੂੰ ਮੰਨਦੇ ਹਾਂ ਗੁਰੂ ਦਾ ਕਿਹਾ ਨਹੀਂ ਮੰਨਦੇ ਉਹਨੂੰ ਮੱਥਾ ਟੇਕਦੇ ਹਾਂ ਅਸੀਂ ਸਮਝਦੇ ਗੁਰਦੁਆਰੇ ਗਏ ਉਹਦੀ ਸਰਦਲ ਤੇ ਵੀ ਮੱਥਾ ਟੇਕ ਲਿਆ ਸਰ ਗਿਆ ਪਰ ਗੁਰੂ ਨੇ ਜਿਹੜਾ ਸੰਦੇਸ਼ ਦਿੱਤਾ ਸੀ ਜਿਹੜਾ ਸੰਦੇਸ਼ ਸਿੱਧਾਂ ਨੂੰ ਵੀ ਜਾ ਕੇ ਉੱਥੇ ਕਹਿ ਆਇਆ ਸੀ ਜੋਗ ਨਾ ਕਿਤਾ ਜੋਗ ਨਾ ਡੰਡੇ ਜੋਗ ਨਾ ਭਸਮ ਚੜਾਈਏ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੋਗ ਤੇ ਪਾਈਏ ਇਹ ਇੱਥੇ ਕਿਸੇ ਨੂੰ ਪਤਾ ਹੀ ਨਹੀਂ ਅੱਜ ਦੇ ਬਹੁਤੇ ਅਕਾਲੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਹੋ ਜਿਹੇ ਆ ਜਿਹੜੇ ਪੰਜ ਬਾਣੀਆਂ ਦਾ ਪਾਠ ਕਰਨ ਜੋਗੇ ਨਹੀਂ ਕੀਤਾ ਕਰਾਇਆ ਲੈਂਦੇ ਆ ਖੜਪੜ ਬੁਕਰਾ ਉਹਦੇ ਪੰਜਾਂ ਸਾਲਾਂ ਬਾਅਦ ਭੋਗ ਪੈਂਦਾ ਇਹਨਾਂ ਨੂੰ ਪਤਾ ਹੀ ਹੁੰਦਾ ਕਿ ਸਾਡੇ ਬੁਕਰਾ ਭੋਗ ਪੈ ਗਿਆ ਕਿ ਨਹੀਂ ਪੈ ਗਿਆ ਇਹੋ ਜਿਹੇ ਆ ਗਏ ਨੇ ਦੂਜਾ ਕਾਰਨ ਇਹ ਆ ਕਿ ਬਹੁਤੀ ਲੀਡਰਸ਼ਿਪ ਉਹ ਆ ਗਈ ਆ ਜਿਹਨਾਂ ਦੇ ਗੁਰੂ ਵੱਲ ਪਿੱਠ ਹੈ ਗੋਲਕਾਂ ਵੱਲ ਮੂੰਹ ਆ ਅਸੀਂ ਦਰਬਾਰ ਸਾਹਿਬ ਚ ਕਿਹੜਾ ਸੈਂਡਲ ਨਿਕਲਦਾ ਨਹੀਂ ਵੇਖਿਆ ਜੀ ਅਸੀਂ ਪਹਿਲਾਂ ਕੜਾਹ ਪ੍ਰਸ਼ਾਦ ਦੀਆਂ ਪਰਚੀਆਂ ਜਾਲੀ ਲੋਕੀ ਪ੍ਰਸ਼ਾਦ ਕਰਾਉਂਦੇ ਆ ਉਹ ਪੈਸੇ ਸ਼੍ਰੋਮਣੀ ਕਮੇਟੀ ਨੂੰ ਜਦੋਂ ਬਾਹਰ ਜਾਲੀ ਪਰਚੀਆਂ ਦੇ ਪੈਸੇ ਆਪੋ ਚ ਵੰਡੇ ਜਾਂਦੇ ਉਹ ਵੇਖੇ ਬਿਲਕੁਲ ਲੰਗਰ ਦੇ ਦਾਲ ਫੁਲਕੇ ਝਰਾ ਫਿਰ ਵੇਖੀ ਜੀ ਫਿਰ ਅਸੀਂ ਇਹ ਸੁਣਿਆ ਕਿ ਸ੍ਰੀ ਦਰਬਾਰ ਸਾਹਿਬ ਜਿਹੜੇ ਚੰਦੋਏ ਲਾਏ ਜਾਂਦੇ ਆ ਉਹ ਬਾਹਰ ਬਾਜ਼ਾਰ ਜਾਂਦੇ ਆ ਡਰਾਈ ਕਲੀਨ ਹੋ ਕੇ ਦੁਬਾਰਾ ਵੇਚਦੇ ਆ ਡੇਢ ਡੇਢ ਲੱਖ ਰੁਪਏ ਦਾ ਚੰਦੂਆ ਬਾਹਰ 5,000 ਦਾ ਵੇਚਿਆ ਜਾਂਦਾ 5,000 ਦਾ ਡਰਾਈ ਕਲੀਨ ਕਿ ਉਹ ਚੰਦੂਆ ਫਿਰ ਡੇਢ ਲੱਖ ਦਾ ਵੇਚਿਆ ਜਾਂਦਾ ਤੇ ਸ਼੍ਰੋਮਣੀ ਕਮੇਟੀ ਨੂੰ ਪੈਸੇ ਨਹੀਂ ਆ ਰਹੇ ਉਹ ਬਾਹਰ ਕਈ ਕਿਸਮ ਦੇ ਵੰਡੇ ਜਾ ਰਹੇ ਫਿਰ ਅਸੀਂ ਇਹ ਸੁਣ ਲਿਆ ਕਿ ਅਖੰਡ ਪਾਠਾਂ ਦੀ ਵੀ ਜਾਲੀ ਬੁਕਿੰਗ ਹੋਣ ਲੱਗ ਪਈ ਇੱਕ ਵਾਰ ਇਹ ਸੁਣਿਆ ਗਿਆ ਕਿ ਇੱਕ ਹਰਿਆਣੇ ਦੇ ਵਿੱਚ ਗੁਰਦੁਆਰੇ ਦੇ ਵਿੱਚ ਬੈਠੇ ਨੇ ਮੈਨੇਜਰ ਸਾਹਿਬ ਤੇ ਕਿਸੇ ਦੁਆਬੇ ਦੇ ਗੁਰਦੁਆਰੇ ਚ ਉਹਨੇ ਵੀ ਰਫੇਰੀ ਕਰਤੀ ਉਹਨੇ ਵੀ ਰਫੇਰੀ ਕਰਤੀ ਕਹਿੰਦੇ ਦੋਵਾਂ ਨੂੰ ਸਜ਼ਾ ਦਿਓ ਸਜ਼ਾ ਕੀ ਕੀਤੀ ਇਹਨੂੰ ਉਹਦੀ ਥਾਂ ਭੇਜਤਾ ਉਹਨੂੰ ਇਹ ਥਾਂ ਭੇਜ ਇਹਨੇ ਦੱਸਦਾ ਹੋਊਗਾ ਮੇਰਾ ਫਲਾਣੇ ਫਲਾਣੇ ਦੁਕਾਨਦਾਰ ਨਾਲ ਹਲਵਾ ਮੰਡਾ ਚੱਲਦਾ ਤੇ ਤੂੰ ਸੰਭਾਲ ਲਈ ਉਹਨੇ ਦੱਸਦਾ ਹੋਊਗਾ ਕਿ ਉੱਥੇ ਫਲਾਣੇ ਫਲਾਣੇ ਤੂੰ ਸੰਭਾਲ ਲਈ ਇਹ ਜਿਹੜਾ ਢੰਗ ਹੁੰਦਾ ਸੀ ਨਾ ਅੱਗੇ ਠੰਡਦਾਰਾਂ ਦੋਵਾਂ ਦੀ ਸ਼ਿਕਾਇਤ ਹੈ ਦੋਵਾਂ ਦੇ ਇੱਕ ਦੂਸਰੇ ਝਲਕੇ ਬਦਲ ਦਿਓ ਇਹ ਹੁਣ ਸ਼੍ਰੋਮਣੀ ਕਮੇਟੀ ਜਦੋਂ ਕਰਨ ਲੱਗ ਪਈ ਹੈ ਉਹਦੇ ਨਾਲ ਪੋਜੀਸ਼ਨ ਦੀ ਖਰਾਬ ਆ ਆਉਣ ਵਾਲੇ ਸਮੇਂ ਚ ਸਿੱਖਾਂ ਨੂੰ ਵੀ ਇੱਕ ਨਵੇਂ ਸਿਰੇ ਤੋਂ ਸਿੱਖ ਧਰਮ ਵਿੱਚ ਸ਼ੁੱਧੀ ਦੀ ਸੁਧਾਰ ਦੀ ਲਹਿਰ ਚਲਾਉਣੀ ਪਊ ਕੁੱਲ ਮਿਲਾ ਕੇ ਜੀ ਦੇਖੋ ਅੱਜ ਮੈਨੂੰ ਲੱਗਣ ਡਿਆ ਜੀ ਪ੍ਰੋਗਰਾਮ ਦਾ ਨਾਂ ਤਾਂ ਅਸੀਂ ਰੱਖੇ ਚਾਹੀਦਾ ਵਿਚਾਰ ਤੇ ਜੇ ਚਾਹੀਦੀਆਂ ਗੱਲਾਂ ਅੱਜ ਕਿਤੇ ਹੋ ਰਹੀਆਂ ਤੇ ਉਹ ਪਨੂ ਸਾਹਿਬ ਆ ਕੇ ਕਰ ਰਹੇ ਨੇ ਥੋੜੇ ਆਪਾਂ ਜ਼ਿਆਦਾ ਧਾਰਮਿਕ ਗੱਲਾਂ ਕਰ ਲਈਆਂ ਆਪਾਂ ਹੁਣ ਥੋੜੀਆਂ ਜਿਹੀਆਂ ਹੋਰ ਗੱਲਾਂ ਵੀ ਕਰ ਲਈਏ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਜੀ ਲਗਾਤਾਰ
ਬਹੁਤ ਸਾਰੇ ਸਾਨੂੰ ਮੈਸੇਜਸ ਆ ਰਹੇ ਨੇ ਤੇ ਇਹਨਾਂ ਮੈਸੇਜਸ ਦੇ ਮੈਂ ਨਾਮ ਤਾਂ ਨਹੀਂ ਪੜ ਪਾਵਾਂਗਾ ਪਰ ਸਾਡੇ ਪੇਜ ਦੇ ਉੱਪਰ ਜਿਹੜੇ ਜਿਹੜੇ ਨੇ ਵੀ ਸਾਡੇ ਦਰਸ਼ਕਾਂ ਨੇ ਮੈਸੇਜ ਕੀਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਦੱਸਦਾ ਜੀ ਕਿ ਅਸੀਂ ਫੇਸਬੁੱਕ ਤੇ ਯੂਟਿਊਬ ਦੇ ਉੱਪਰ ਲਾਈਵ ਹਾਂ, ਸਾਡੇ ਚੈਨਲ ਦੇ ਉੱਪਰ ਵੀ ਅਸੀਂ ਲਾਈਵ ਹਾਂ ਤੇ ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਦੇ ਵਿੱਚ ਵੀ ਦੇਖ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਦੇਖ ਸਕਦੇ ਹੋ ਤੇ ਯੈਪ ਟੀਵੀ ਦੇ ਜ਼ਰੀਏ ਤੁਸੀਂ ਆਲ ਓਵਰ ਦਾ ਵਰਲਡ, ਈਵਨ ਸਾਡੀ ਐਪ ਦੇ ਜ਼ਰੀਏ ਤੁਸੀਂ ਦੁਨੀਆ 'ਚ ਕਿਤੇ ਵੀ ਬੈਠ ਕੇ ਦੇਖ ਸਕਦੇ ਹੋ। ਇਸ ਵਕਤ ਤੱਕ ਅਸੀਂ ਲਾਈਵ ਹਾਂ ਜੀ, ਤੁਹਾਡੇ ਜਿਹੜੇ ਸਵਾਲ ਆ ਰਹੇ ਨੇ ਉਹਨਾਂ ਦੇ ਲਈ ਵੀ ਬਹੁਤ ਬਹੁਤ ਧੰਨਵਾਦ ਤੇ ਗੱਲਾਂ ਬਾਤਾਂ ਵੀ ਖੁੱਲੀਆਂ ਚੱਲ ਰਹੀਆਂ ਨੇ। ਇੱਕ ਨਾ ਕਾਫੀ ਦੇਰ ਦਾ ਇੱਕ ਸਵਾਲ ਸੀ ਪਨੂ ਸਾਹਿਬ, ਉਹ ਪੁੱਛ ਰਹੇ ਸੀ ਸਿਧਾਰਥ ਜੀ, ਉਹ ਕਹਿੰਦੇ ਕਿ ਮੈਂ ਜੋਰਜੀਆ 'ਚ ਰਹਿੰਦਾ, ਅਮੈਰੀਕਾ ਤੋਂ ਉਹਨਾਂ ਨੇ ਗੱਲ ਕੀਤੀ, ਉਹ ਕਹਿੰਦੇ ਵੀ ਮੈਂ ਪਹਿਲਾਂ ਪੰਜਾਬ 'ਚ ਪੜ੍ਹਿਆ, ਪੰਜਾਬ ਤੋਂ ਫਿਰ ਮੈਂ ਬੰਗਲੌਰ ਜਾ ਕੇ ਨੌਕਰੀ ਕੀਤੀ, ਫਿਰ ਉੱਥੋਂ ਅਮਰੀਕਾ ਚਲ ਗਏ, ਪੰਜਾਬ 'ਚ ਕੋਈ ਆਈਟੀ ਕੰਪਨੀ ਕਿਉਂ ਨਹੀਂ? ਆਈਟੀ ਕੰਪਨੀਆਂ ਰਿਕਾਰਡ ਦੇ ਵਿੱਚ ਤੇ ਬਹੁਤ ਨੇ। ਨਹੀਂ ਉਹ ਪਿਛਲੇ ਦਿਨ ਐਮਓਯੂ ਬੜੇ ਸਾਈਨ ਹੋਏ ਸੀ, ਬੜੇ ਮੋਹਾਲੀ ਆ ਹੱਬ ਉਹ ਹੱਬ ਉਹ ਹੱਬ, ਮੈਨੂੰ ਜਿਹੜਾ ਕਹਿੰਦੇ ਦੂਜੀ ਹੱਬ ਹੀ ਟੁੱਟ ਗਈ ਲੱਗਦੀ, ਉਹ ਬਸ ਸਾਈਨ ਹੋਏ ਸੀਗੇ। ਅੱਛਾ ਜੀ, ਤੇ ਉਦੋਂ ਬਾਅਦ ਜੇ ਤੁਸੀਂ ਅਮਲ ਵਿੱਚ ਪੁੱਛੋ ਤੇ ਉਹਦੇ ਤੋੜ ਦਿਸੇ ਬਹੁਤਾ ਯਾਰ ਦਾ ਨਜ਼ਰ ਨਾ ਆਉਂਦੇ ਨਿਕਲ ਨਿਕਲ ਕੁਛ ਨਹੀਂ। ਅੱਛਾ, ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਰਾਂ ਨੇ ਆਖਿਆ ਸੀ ਕਿ ਸਾਨੂੰ ਪੰਜਾਬ ਦਾ ਭਵਿੱਖ ਬੜਾ ਰੋਸ਼ਨ ਦਿਸਦਾ, ਤੇ ਮੈਨੂੰ ਇੱਥੇ ਦੂਰਦਰਸ਼ਨ ਵਾਲਿਆਂ ਨੇ ਪੁੱਛ ਲਿਆ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਪੰਜਾਬ ਦਾ ਭਵਿੱਖ ਬੜਾ ਰੋਸ਼ਨ ਦਿਸਦਾ, ਤੇ ਮੈਂ ਕਿਹਾ ਮੈਂ ਉਹਨਾਂ ਦੀ ਗੱਲ ਥੋੜਾ ਘੱਟ ਸਕਦਾ, ਸਾਡੇ ਤੋਂ ਵੱਡੇ ਨੇ, ਉਮਰ ਦਾ ਹਿਸਾਬ ਲਈਏ ਤੇ ਪਿਤਾ ਸਮਾਨ ਨੇ, ਤੇ ਇਹ ਮੈਂ ਕਿਹਾ ਮੈਂ ਕਹਾਂਗੇ ਪੰਜਾਬ ਦਾ ਭਵਿੱਖ ਵਾਕਿਆ ਰੋਸ਼ਨ ਹੈ, ਪਰ ਰੋਸ਼ਨ ਇੰਨਾ ਕਿ ਅੱਖਾਂ 'ਚ ਦਿਖਾਈ ਜਾਂਦੀਆਂ ਦਿਸਦਾ ਦੁਸਦਾ ਕਰ ਸਿੱਧੀ ਅੱਖਾਂ 'ਚ ਲਾਈਟ ਵੱਜੀ ਜਾਂਦੀ ਹੈ। ਅੱਛਾ ਮਨੋ ਜੀ, ਇੱਕ ਨਾ ਮਨੋ ਸਾਹਿਬ ਸਵਾਲ ਮੈਂ ਬੜੀ ਦੇਰ ਤੋਂ ਦੇਖ ਰਿਹਾ, ਬਹੁਤ ਸਾਰੇ ਸਾਡੇ ਦਰਸ਼ਕਾਂ ਨੇ ਪੁੱਛਿਆ ਉਹ ਸਵਾਲ, ਉਹੀ ਸ਼ੱਕ ਜਿਹੜਾ 48 ਸੀਟਾਂ ਦੇ ਉੱਪਰ ਦੁਬਾਰਾ ਪੋਲਿੰਗ, ਚਾਹੇ ਉਹ ਕੁਝ ਇੱਕ ਟੈਕਨੀਕਲ ਕਾਰਨ ਪਹਿਲਾਂ ਵੀ ਤੁਹਾਨੂੰ ਸਾਲ ਜ਼ਿਕਰ ਕਰ ਚੁੱਕੇ ਨੇ ਕਿ ਟੈਕਨੀਕਲ ਰੀਜ਼ਨ ਦਾ ਕਰਕੇ ਹੋ ਸਕਦਾ, ਕੁਝ ਇੱਕ ਲੋਕਾਂ ਨੇ ਇਹ ਸ਼ੱਕ ਵੀ ਜਤਾਇਆ ਸੀ ਕਿ ਸ਼ਾਇਦ ਕੋਈ ਪੋਲੀਟੀਕਲ ਇੰਟਰਫੇਰੈਂਸ ਹੋ ਸਕਦੀ ਹੈ। ਅੱਛਾ ਹੁਣ ਚਲੋ ਜਿਵੇਂ ਵੀ ਹੋਇਆ ਦੁਬਾਰਾ ਵੋਟਾਂ ਦਾ ਐਲਾਨ ਹੋਇਆ, ਉਹਦੇ 'ਚ ਕੁਛ ਬਦਲਾਅ ਹੋ ਸਕਦਾ ਤੁਹਾਨੂੰ ਲੱਗਦਾ ਕਿ ਜਿੱਦਾਂ ਆਪ ਨੂੰ ਜਿੱਦਾਂ ਬਾਹਰੋਂ ਪੁੱਛਿਆ ਜਾ ਰਿਹਾ ਮੇ ਬੀ ਆਪ ਦੇ ਸਪੋਰਟਰ ਹੋਣਗੇ, ਉਹ ਕਹਿੰਦੇ ਵੀ ਕੋਈ ਨੁਕਸਾਨ ਹੋ ਸਕਦਾ ਇਹਦੇ 'ਚ? ਮੈਂ ਇੱਕ ਗੱਲ ਇਹਨਾਂ ਸਾਰਿਆਂ ਨੂੰ ਦੱਸਦਿਆਂ ਜੀ, ਇਹ ਚੇਤਾ ਰੱਖੋ ਕਿ CBI ਦਾ ਸਾਬਕਾ ਡਾਇਰੈਕਟਰ ਰਣਜੀਤ ਸਿਨਹਾ ਕਿਉਂ ਫਸ ਗਿਆ? ਉਹ ਜਿਨ੍ਹਾਂ ਦੇ ਖਿਲਾਫ਼ ਸਕੈਂਡਲ ਦੀ ਪੜਤਾਲ ਕਰਦਾ ਸੀ ਉਹ ਦਫ਼ਤਰ ਵਿੱਚ ਨਹੀਂ ਸੀ ਮਿਲਦੇ, ਅੱਧੀ ਰਾਤ ਉਹਦੇ ਘਰ ਮਿਲਦੇ ਸੀ ਆ ਕੇ, ਤੇ ਉਹਨੇ ਆਪਣੇ ਦਫ਼ਤਰ ਦੇ ਉੱਤੇ ਐਂਟਰੀ ਵਾਲੇ ਕੰਪਿਊਟਰ ਦੇ ਉੱਤੇ ਇਹ ਆਖਿਆ ਸੀ ਕਿ ਇਹਨਾਂ ਦੀ ਐਂਟਰੀ ਨਹੀਂ ਕਰਨੀ, ਚੁੱਪ ਚਪੀਤੇ ਮੜਾਓ ਅਤੇ ਚੁੱਪ ਚਪੀਤੇ ਕੱਢ ਦਿਓ। ਸੁਪਰੀਮ ਕੋਰਟ ਵਿੱਚ ਸ਼ਿਕਾਇਤ ਹੋ ਗਈ ਕਿ ਇਹਨੂੰ ਅੱਧੀ ਰਾਤ ਜਾ ਕੇ ਮਿਲ ਦਿਆ, ਉਹਨੇ ਰਿਕਾਰਡ ਪੇਸ਼ ਕਰਤਾ ਜੀ ਆਹ ਐਂਟਰੀ ਰਜਿਸਟਰ, ਮੇਰੇ ਕੋਲ ਰਾਤ ਨੂੰ ਕੋਈ ਆਇਆ ਹੀ ਨਹੀਂ। ਉਹ ਬੰਦਾ ਤੇਜ਼ ਸੀ, ਉਹ ਕਹਿੰਦਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਦਾ ਇਹ ਹੈੱਡ ਹੈ, ਇਹਦੇ ਕੋਲ ਸਿਰਫ ਇਹ ਨਹੀਂ ਕਿ ਉੱਥੇ ਐਂਟਰੀ ਰਜਿਸਟਰ ਲੱਗਾ, ਪੈਰਾਮਿਲਟਰੀ ਫੋਰਸ ਜਿਹੜੀ ਆ ਉਹਦੀ ਸਿਕਿਉਰਟੀ ਆ, ਸੈਂਟਰਲ ਇੰਡਸਟਰੀਅਲ ਸਿਕਿਉਰਟੀ ਫੋਰਸ ਜਿਹੜੀ ਹੈ CISF ਉਹ ਲੱਗੇ ਆ, ਉਹਨਾਂ ਦੇ ਕੋਲ ਆਪਣਾ ਮੂਵਮੈਂਟ ਰਜਿਸਟਰ ਹੁੰਦਾ ਜਿਹਦੇ 'ਚ ਵੇਖਿਆ ਜਾਂਦਾ ਕਿ ਇਸ ਨਾਕੇ ਤੋਂ ਇੰਨੇ ਵੱਜ ਕੇ ਇੰਨੇ ਮਿੰਟ ਇੰਨੇ ਸੈਕਿੰਡ ਦੇ ਉੱਤੇ ਫਲਾਣੀ ਗੱਡੀ ਅੰਦਰ ਐਂਟਰ ਹੋਈ ਆ ਤੇ ਫਲਾਣਾ ਬੰਦਾ ਵਿੱਚ ਗਿਆ, ਗੱਡੀਆਂ ਦੇ ਨੰਬਰ ਨੇ ਉਹ ਰਜਿਸਟਰ ਕਢਾਓ। ਜਦੋਂ ਉਹ ਕਢਾਇਆ ਗਿਆ ਤੇ ਸਾਰਾ ਕੁਝ ਹੀ ਪਤਾ ਲੱਗ ਗਿਆ ਕਿ ਜਿੰਨੇ ਵੱਡੇ ਵੱਡੇ ਚੋਰ ਸਨ ਕੋਲਾ ਸਕੈਂਡਲ ਵਾਲੇ, ਟੈਲੀਕਾਮ ਸਕੈਂਡਲ ਵਾਲੇ, ਅੱਧੀ ਰਾਤ ਨੂੰ ਜਾਂਦੇ ਸੀ ਰਣਜੀਤ ਸਿੰਘ ਨੂੰ ਮਿਲ ਕੇ ਤੇ ਸਵੇਰ ਨੂੰ ਆ ਜਾਂਦੇ ਸੀ, ਕਿਸੇ ਨੂੰ ਪਤਾ ਨਹੀਂ ਲੱਗਦਾ ਚੋਰਾਂ ਦਾ ਕੰਮ ਹੁੰਦਾ ਹੀ ਰਾਤ ਨੂੰ, ਪੁਰਾਣੇ ਜ਼ਮਾਨੇ 'ਚ ਵੀ ਚੋਰ ਰਾਤ ਨੂੰ ਸਨ ਲਾਉਂਦੇ ਹੁੰਦੇ ਸੀ ਉਹ ਸਾਰਾ ਕੁਝ। ਹੁਣ ਇਸ ਵੇਲੇ ਜਿਹੜੀ ਗੱਲ ਹੈ ਉਹ ਧਿਆਨ 'ਚ ਰੱਖਣ ਵਾਲੀ ਹੈ, ਜਿੱਥੇ ਅਸੀਂ ਭਰੋਸਾ ਕਰ ਸਕਦੇ ਉਹ ਇੱਕ ਜਿੱਥੇ ਮਸ਼ੀਨਾਂ ਪਈਆਂ ਉਹਦੇ ਉੱਤੇ ਤੀਰਾ ਪ੍ਰਬੰਧ, ਇੱਕ ਤਾਂ ਸਿਵਲ ਦੀ ਐਡਮਿਨਿਸਟ੍ਰੇਸ਼ਨ ਹੈ, ਰਿਟਰਨਿੰਗ ਅਫਸਰ ਤੇ ਉਹਦਾ ਸਟਾਫ, ਇਹ ਸਾਰੇ ਸਿਵਲੀਅਨ। ਦੂਜੀ ਪੰਜਾਬ ਪੁਲਿਸ ਦੀ ਸਿਕਿਉਰਿਟੀ, ਤੀਸਰਾ ਹਰ ਥਾਂ ਤੇ ਜਿੱਥੇ ਇੱਥੇ ਸਟਰੋਂਗ ਰੂਮ ਬਣੇ ਆ ਉਹਨਾਂ ਸਾਰੇ ਸਟਰੋਂਗ ਰੂਮ ਦੇ ਉੱਪਰ ਪੈਰਾਮਿਲਟਰੀ ਫੋਰਸ ਆ, ਕਿਤੇ CISF ਆ, ਕਿਤੇ CRP ਆ, ਕਿਤੇ ITBP ਆ, ਕਿਤੇ SSP ਆ, ਉਹ ਸਾਰੀਆਂ ਬਾਹਰ ਦੀਆਂ ਫੋਰਸਾਂ ਨੇ। ਉਹਨਾਂ ਦਾ ਮੂਵਮੈਂਟ ਰਜਿਸਟਰ ਇਹੋ ਜਿਹਾ ਹੁੰਦਾ ਕਿ ਉਹਨਾਂ ਨੂੰ ਉਹਨਾਂ ਦਾ ਉੱਪਰਲਾ ਅਫਸਰ ਵੀ ਕੋਈ ਆਖੇ ਕਿ ਐਂਟਰੀ ਨਹੀਂ ਕਰਨੀ ਤੇ ਉਹ ਨਹੀਂ ਮੰਨਦੇ, ਉਹਨਾਂ ਨੂੰ ਆਪਣੀ ਨੌਕਰੀ ਦੀ ਚਿੰਤਾ ਹੁੰਦੀ, ਉਹ ਨਾਲ ਦੀ ਨਾਲ ਕਰੀ ਜਾਂਦੇ ਆ ਕਿ ਫਲਾਨਾ ਆਇਆ ਇੰਨੇ ਵੱਜ ਕੇ ਇੰਨੇ ਮਿੰਟ ਤੇ ਗੱਡੀ ਆਈ, ਜੇ ਕਿਸੇ ਨੇ ਇੱਦਾਂ ਦੀ ਹਰਕਤ ਕੀਤੀ ਤੇ ਉਹ ਟੰਗਿਆ ਜਾਊਗਾ, ਤੇ ਉੱਥੇ ਟੰਗਿਆ ਜਾਊਗਾ ਜਿੱਥੇ ਰਣਜੀਤ ਸਿਨਹਾ CBI ਦਾ ਸਾਬਕਾ ਡਾਇਰੈਕਟਰ ਟੰਗਿਆ ਪਿਆ। ਆਹ ਲੁਧਿਆਣੇ ਦੇ ਵਿੱਚ ਇੱਕ ਹਲਕੇ ਦੇ ਵਿੱਚ ਰਿਟਰਨਿੰਗ ਅਫਸਰ ਨੇ ਬੇਵਕੂਫੀ ਕਰ ਲਈ ਹੈ, ਉਹ ਅੰਦਰ ਗਿਆ ਜਿਹਦਾ HS ਫੂਲਕਾ ਨੇ ਇਤਰਾਜ਼ ਕੀਤਾ, ਉਹਨੇ ਕਿਹਾ ਜੀ ਉਹ ਅੰਦਰ ਕਿਉਂ ਗਿਆ, ਉਹ ਅੰਦਰ ਚਲਾ ਗਿਆ ਉੱਥੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਬੈਠੇ, ਉਹਨੇ ਆਖਿਆ ਤੂੰ ਅੰਦਰ ਨਹੀਂ ਆ ਸਕਦਾ, ਮੁੜ ਗਿਆ। ਪਰ ਉਹਦਾ ਉੱਥੇ ਅੰਦਰ ਜਾਣਾ ਗਲਤ ਸੀ, ਇਸ ਗੱਲ ਨੂੰ ਲੈ ਕੇ ਜੇ ਚੋਣ ਕਮਿਸ਼ਨ ਨੇ ਕੱਲ ਨੂੰ ਕਾਰਵਾਈ ਕਰ ਦਿੱਤੀ ਤੇ ਉਹਦੇ ਸਰਵਿਸ ਰਿਕਾਰਡ 'ਚ ਆ ਗਿਆ ਤੇ ਰੈਕਰਡ ਸਾਰੀ ਉਮਰ ਰਹਿੰਦਾ ਹੁੰਦਾ, ਇਹਦੀਆਂ ਪ੍ਰਮੋਸ਼ਨਾਂ ਰੁਕ ਜਾਣੀਆਂ
ਬਾਤਾ ਕਿਸੇ ਦਾ ਹਿਤੈਸ਼ੀ ਪੁੱਤ ਬਣਦਾ ਬਣਦਾ ਮੇਰਾ ਕੱਲ ਆਪਣਾ ਨੁਕਸਾਨ ਕਰਾਊਗਾ। ਸਰ ਮੈਨੂੰ ਐਂ ਕਿਉਂ ਲੱਗਦਾ ਵੀ ਤੁਸੀਂ ਇੱਥੇ ਜਾਣ ਕੇ, ਕਿਉਂਕਿ ਤੁਹਾਨੂੰ ਪਤਾ ਕਿ ਅੱਜ ਲਾਈਵ ਚੱਲ ਰਹੇ ਆ, ਤੁਸੀਂ ਬੰਦੇ ਡਰਾਏ ਦੇਖ ਲਓ ਮੈਂ ਗੱਲ ਫੜ ਲਈ ਯਾਰ, ਅਜੇ ਕੱਲ ਨੂੰ ਵੋਟਾਂ ਪੈਣੀਆਂ ਕਦੇ ਅੱਜ ਡਰਾ ਦਿਓ ਮੈਂ ਤੁਹਾਨੂੰ ਲੱਗਦਾ ਡਰਨ ਵਾਲੀ ਗੱਲਬਾਤ ਹੈ ਕਦੇ, ਮੈਨੂੰ ਤਾਂ ਲੱਗਦਾ ਨੀ। ਨਹੀਂ ਨਹੀਂ ਹੁਣ ਦੇਖੋ ਆਪਣੇ ਨਹੀਂ ਡਰਦਾ ਕੋਈ ਪੰਜਾਬ ਦੇ ਕਿਤੇ ਡਰਨ ਵਾਲੇ ਬੰਦੇ ਜਿੰਨੇ ਵੀ ਆ, ਖਾਸ ਤੌਰ ਤੇ ਅਫਸਰ ਜਿਹੜੇ ਆ ਇਹ ਮੌਕੇ ਦੇ ਮਾਲਕਾਂ ਤੋਂ ਡਰਦੇ, ਬਾਕੀ ਨਹੀਂ ਕਿਸੇ ਦੀ ਪਰਵਾਹ ਕਰਦੇ, ਇਹ ਕਾਨੂੰਨ ਦੀ ਪਰਵਾਹ ਨਹੀਂ ਕਰਦੇ, ਸਾਰੇ ਕਾਨੂੰਨ ਜਿਹੜੇ ਆ ਉਹਨਾਂ ਨੂੰ ਵਾਇਲੇਟ ਕਰਦੇ ਆ। ਪਿਛਲੇ ਦਿਨਾਂ 'ਚ ਅਸੀਂ ਵੇਖਿਆ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਰਿਟਰਨਿੰਗ ਅਫਸਰ ਵੀ ਕਿਤੇ ਕਿਤੇ ਗੜਬੜ ਕਰਦੇ ਰਹੇ, ਤੇ ਥਾਣੇਦਾਰਾਂ ਨੇ ਤੇ ਆਮ ਤੌਰ ਤੇ ਕੀਤੀ ਹੈ। ਸ਼ਰਾਬ ਦੀਆਂ ਗੱਡੀਆਂ ਬਠਿੰਡੇ 'ਚੋਂ ਛੱਡੀਆਂ ਜਾਂਦੀਆਂ, ਅਬੋਹਰ ਜਾ ਕੇ ਫੜੀਆਂ ਜਾਂਦੀਆਂ, 14 ਟਰੱਕ ਕਹਿੰਦੇ ਫੜੇ ਆ ਬੰਦੇ ਨਾਲ, ਪੰਜ ਹੁੰਦੇ ਪੰਜ ਬੰਦੇ 14 ਟਰੱਕ ਕਿਵੇਂ ਚਲਾਉਂਦੇ ਸੀ, ਬਿੰਡੀ ਪਾ ਕੇ ਚਲਾਉਂਦੇ ਸੀਗੇ, ਟਰਾਲੀ ਬਣਾਉਂਦੇ ਸੀ, ਕੀ ਕਰਦੇ ਕਿਸੇ ਨੂੰ ਪਤਾ ਹੀ ਨਹੀਂ। ਇਹ ਸਾਰਾ ਕੁਝ ਇਸ ਕਰਕੇ ਹੁੰਦਾ ਕਿਉਂਕਿ ਉਹ ਕਾਨੂੰਨ ਤੋਂ ਨਹੀਂ ਡਰਦੇ, ਉਹ ਉਸ ਅੱਖ ਤੋਂ ਡਰਦੇ ਆ ਜਿਹਨੇ ਉਹਨਾਂ ਨੂੰ ਕਿਸੇ ਥਾਂ ਤੇ ਉੱਤੇ SSP SP DSP ਜਾਂ ਥਾਣੇ ਦਾ ਮੁਖੀ ਲਵਾਇਆ। ਉਹ ਕਿਤੇ ਕੱਲ ਨੂੰ ਫਿਰ ਸਾਹਮਣਾ ਆਇਆ ਤੇ ਆਖੋ ਤੈਨੂੰ ਮੈਂ ਲਵਾਇਆ ਸੀ ਤੂੰ ਕੀਤਾ। ਅੰਮ੍ਰਿਤਸਰ ਦੇ ਵਿੱਚ ਇੱਕ ਬੀਬੀ ਨੇ ਜ਼ਹਿਰ ਖਾ ਲਿਆ ਇਸ ਕਰਕੇ ਕਿ ਉਹਨੂੰ ਅਕਾਲੀਆਂ ਨੇ ਜਾ ਕੇ ਘੇਰ ਕੇ ਆਖਿਆ ਤੇਰਾ ਅਸੀਂ ਨੀਲਾ ਕਾਰਡ ਬਣਾ ਕੇ ਤਾਂ ਤੂੰ ਸਾਡੇ ਕਹੇ ਵੋਟ ਨਹੀਂ ਪਾਈ। ਉਹ ਕਹਿੰਦੀ ਗੁਆਂਢੀਆਂ ਦੇ ਬਣ ਕੇ ਮੇਰਾ ਖਲੀ ਦਾ ਨੀਲਾ ਕਾਰਡ ਨਹੀਂ ਆਇਆ, ਮੈਂ ਤਾਂ ਤੁਹਾਡੇ ਖਿਲਾਫ਼ ਵੋਟ ਪਾਤੀ। ਉਹਨਾਂ ਦੀ ਕੀਤੀ ਬੇਇੱਜ਼ਤੀ, ਉਹਨੇ ਘਰ ਆ ਕੇ ਜ਼ਹਿਰ ਖਾ ਲਿਆ, ਸਾਰੀਆਂ ਅਖਬਾਰਾਂ 'ਚ ਆ ਗਈ। ਇਹ ਜਿਹੜੇ ਲੋਕ ਨੇ ਇਹ ਵੀ ਇਸੇ ਗੱਲ ਤੋਂ ਡਰਦੇ ਆ ਕਿ ਜਿਹਨਾਂ ਸਾਨੂੰ ਕਿਸੇ ਨਾ ਕਿਸੇ ਥਾਂ ਤੇ ਫਿੱਟ ਕਰਾਇਆ ਸੀ, ਕੱਲ੍ਹ ਨੂੰ ਜੇ ਸਾਹਮਣੇ ਆ ਗਏ ਤੇ ਫਿੱਟ ਕਰਾਉਣ ਵਾਲੇ ਫਿੱਟੇ ਮੂੰਹ ਵੀ ਕਹਿਣਗੇ, ਉਹਦੇ ਤੋਂ ਜ਼ਿਆਦਾ ਡਰਦੇ ਆ, ਕਾਨੂੰਨ ਤੋਂ ਨਹੀਂ ਡਰ ਰਹੇ। ਅੱਛਾ ਪੰਨੂ ਸਾਹਿਬ, ਆਪਾਂ ਨਾ ਮੈਨੂੰ ਐਂ ਲੱਗਦਾ ਵੀ ਆਪਾਂ ਇੰਨੀਆਂ ਗੱਲਾਂ ਸਿਆਣੀਆਂ ਨਾ ਕਰ ਦਈਏ ਵੀ ਮੁੜ ਕੇ ਕੱਲ ਨੂੰ ਕਿਤੇ ਹਰਮੰਦ ਦਾ ਹਾਸੇ ਰੁਕ ਜੇ, ਕਿਉਂਕਿ ਅਸੀਂ ਚੁਟਕੀ 'ਚ ਰੱਖਿਆ ਦੇਖਿਓ ਤੁਸੀਂ ਮਾਰ ਸਕਦੇ ਆ, ਦੇਖੋ ਹਾਸਾ ਉਸ ਵੇਲੇ ਦੇਖੋ ਚੁਟਕੀ 'ਤੇ ਮਾਰਨੀ ਹੋਣੀ। ਅੱਛਾ ਇੱਕ ਸਵਾਲ ਆਇਆ ਸੀ, ਕਾਫੀ ਦੇਰ ਹੋ ਗਈ ਆਪਾਂ ਕੁਝ ਹੋਰ ਨਾ ਗੱਲਾਂ 'ਚ ਉਲਝ ਗਏ, ਉਹ ਜਾਣਨਾ ਚਾਹੁੰਦੇ ਪੰਨੂ ਸਾਹਿਬ ਪਿਛੋਕੜ ਬਾਰੇ ਕਿ ਤੁਸੀਂ ਥੋੜ੍ਹਾ ਜਿਹਾ ਆਪਣੇ ਜ਼ਿੰਦਗੀ ਦਾ ਸਫ਼ਰ ਜਦੋਂ ਸ਼ੁਰੂ ਹੋਇਆ ਸੀ ਅਤੇ ਉਦੋਂ ਇਹ ਸਟਰੈਗਲ, ਮਤਲਬ ਜਤਿੰਦਰ ਪੰਨੂ ਵਰਲਡ ਫੇਮਸ ਜਰਨਲਿਸਟ ਬਣਨ ਤੋਂ ਪਹਿਲਾਂ ਦੀਆਂ ਗੱਲਾਂ ਮੈਂ ਇਹ ਦੱਸਦਿਆਂ, ਮਜ਼ਾਇਆ ਜੇ ਰੰਗ 'ਚ ਦੱਸਿਓ ਸਾਨੂੰ ਵੀ ਉਹ ਮਤਲਬ ਜਿੱਦਾਂ ਅੱਗੇ ਸਾਨੂੰ ਉਹਦਾ ਕੱਟਿਆਂ ਕੁੱਟਿਆਂ ਦੀਆਂ ਗੱਲਾਂ, ਉਦਾਂ ਦਾ ਕੰਮ ਚਾਹੀਦਾ। ਮੇਰੇ ਨਾਲ ਦੇ ਬਹੁਤ ਸਾਰੇ ਮਿੱਤਰ ਇਹੋ ਜਿਹੜੇ ਸ਼ੁਰੂ ਇੱਥੋਂ ਕਰਦੇ ਆ, ਸਾਡੇ ਬਾਪੂ ਜੀ ਕੋਲ ਚਿੱਟੀ ਘੋੜੀ ਹੁੰਦੀ ਸੀ, ਦੋ ਬੰਦੇ ਘੋੜੀ ਨੂੰ ਹੋਣ ਲੱਗੇ, ਨਾ ਸਾਡੇ ਘਰ ਚਿੱਟੀ ਘੋੜੀ ਸੀ ਜੀ, ਅੱਛਾ ਜੀ, ਨਾ ਅਸੀਂ ਘੋੜੀ ਨਿਭਾਉਣ ਵਾਲੇ ਰੱਖੇ ਸਨ। ਮੇਰੇ ਬਚਪਨ ਵਿੱਚ ਪਿੰਡ 'ਚ 5-4 ਘਰ ਸੀ ਜਿਹੜੇ ਪੱਕੀਆਂ ਇੱਟਾਂ ਵਾਲੇ ਸੀ, ਬਾਕੀ ਸਾਰੇ ਕੱਚੀਆਂ ਇੱਟਾਂ ਤੇ ਗਾਰੇ ਵਾਲੇ ਘਰ ਸੀ, ਮੈਂ ਉਹਨਾਂ ਘਰਾਂ 'ਚ ਇੱਕ ਘਰ ਪੈਦਾ। ਕੋਈ ਮੀਂਹ ਇਹੋ ਜਿਹਾ ਨਹੀਂ ਲੰਘਿਆ ਜਦੋਂ ਸਾਡੀ ਛਾਤਨਾ 'ਚ ਹੁੰਦੀ ਹੋਵੇ। ਅੱਜ ਦੇ ਹਾਲਾਤ ਹੋਰ ਨੇ, ਸਾਨੂੰ ਕਦੇ ਕਦੇ ਇਸ ਗੱਲੋਂ ਵੀ ਝਿੜਕਾਂ ਪੈ ਜਾਂਦੀਆਂ, ਇੱਕ ਅੱਧਾ ਥੱਪੜ ਵੀ ਪੈ ਜਾਂਦਾ ਸੀ ਕਿ ਲਾ ਲਾ ਕੇ ਖਾ, ਜੇ ਦਾਲ ਮੁੱਕ ਗਈ ਸਵੇਰੇ ਰੋਟੀ ਕਦ ਨਾ ਖਾਵਾਂਗੇ। ਅੱਛਾ, ਉੱਥੋਂ ਤੁਰੇ ਹੋਏ ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਆਪਣੇ ਪਿੰਡ ਦਾ ਸਕੂਲ ਅੱਜ ਉੱਥੇ ਪੱਤੇ ਚੁੱਕਣ ਵਾਸਤੇ ਵੀ ਬੱਚਿਆਂ ਨੂੰ ਲਾ ਦਿਓ ਤੇ ਕਹਿੰਦੇ ਚਾਈਲਡ ਲੇਬਰ ਕਰਾਈਏ। ਪਰ ਸਾਡੇ ਟੀਚਰ ਜਿਹੜੇ ਹੁੰਦੇ ਸਨ, ਮਾਸਟਰ ਮਨੋਹਰ ਲਾਲ ਜੀ, ਮਾਸਟਰ ਹਰਨਰਾਇਣ ਜੀ, ਹੁਣ ਤਾਂ ਹੈ ਨਹੀਂ ਜੀ ਜੀ, ਐ ਚਿੱਟੇ ਦੁੱਧ ਵਰਗੇ ਕੱਪੜੇ ਪਾ ਕੇ ਆਉਂਦੇ ਸੀ, ਪਰ ਉਹਨਾਂ ਨੇ ਉਹ ਕੱਪੜੇ ਲਾ ਕੇ ਤੇ ਗੰਦੇ ਕੱਪੜੇ ਪਾ ਕੇ ਉਹਨਾਂ ਨੇ ਇੱਟਾਂ ਚਿਣੀਆਂ ਤੇ ਅਸੀਂ ਛੱਪੜ ਦੇ ਵਿੱਚੋਂ ਕੱਚੀਆਂ ਮਿੱਟਾਂ ਚੁੱਕ ਚੁੱਕ ਕੇ ਲਿਆਂਦੀਆਂ ਤੇ ਕੰਧ ਕੀਤੀ ਸਕੂਲ ਦੀ। ਅਸੀਂ ਨਹਿਰ ਤੋਂ ਜਾ ਕੇ ਰੇਤ ਦੇ ਪਾਟੇ ਲਿਆ ਸੀ। ਅਸੀਂ ਉਹ ਲੋਕ ਹੈ ਜਿਹੜੇ 5ਵੀਂ ਜਮਾਤ ਤੱਕ ਨੰਗੇ ਪੈਰੀ ਸਕੂਲਾਂ 'ਚ ਜਾਂਦੇ ਰਹੇ। ਉਦੋਂ ਘਰਾਂ 'ਚ ਗਰੀਬੀ ਬਹੁਤ ਸੀ, ਤੁਰ ਤੁਰਦੇ ਆ ਜਿਹੜੇ ਹਾਲਾਤ ਵਿੱਚੋਂ ਅਸੀਂ ਲੰਘੇ ਹਾਂ। ਹੁਣ ਅਸੀਂ ਨਵੀਂ ਪੀੜ੍ਹੀ ਨੂੰ ਇਹ ਤਾਂ ਨਹੀਂ ਕਹਿ ਸਕਦੇ ਕਿ ਤੁਸੀਂ ਲੰਘੋ, ਅਸੀਂ ਇਹ ਕਹਾਂਗੇ ਕਿ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਹੋ ਸਕਦਾ ਇਹ ਤੋਂ ਵੀ ਮਾੜੇ ਹਾਲਾਤ 'ਚੋਂ ਲੰਘੀਆਂ ਹੋਣ, ਜੋ ਤੁਹਾਨੂੰ ਮਿਲ ਗਿਆ ਤੁਸੀਂ ਇਹ ਤੋਂ ਹੁਣ ਅਗਲਾ ਪੈਂਡਾ ਕਰੋ, ਪਿਛਾਂ ਨੂੰ ਨਾ ਝਾਕੋ, ਪਰ ਇਹ ਚੇਤਾ ਰੱਖੋ ਕਿ ਜਦੋਂ ਹੀਟਰ ਨਹੀਂ ਸੀ ਬਣਿਆ ਤੇ ਬਿਜਲੀ ਨਹੀਂ ਸੀ ਬਣੀ, ਉਦੋਂ ਵੀ ਰੋਟੀ ਪੱਕਦੀ ਸੀ, ਚੁੱਲ੍ਹਾ ਹੁੰਦਾ ਸੀ, ਚੁੱਲ੍ਹੇ ਤੇ ਵੀ ਰੋਟੀ ਪੱਕਦੀ ਸੀ। ਉਹ ਜਿਹੜੇ ਉਹ ਹਾਲਾਤ ਸਨ ਉਹਨਾਂ ਤੋਂ ਤੁਰਦਿਆਂ ਤੁਰਦਿਆਂ ਅੱਗੇ ਜਦੋਂ ਜਾਂਦੇ ਹਾਂ ਤੇ ਪੁਰਾਣੀ ਹਿਸਟਰੀ ਅਸੀਂ ਆਪਣਾ ਹੈਰੀਟੇਜ ਫੋਲਦੇ ਹਾਂ, ਉਹਨੂੰ ਸਾਰੇ ਨੂੰ ਪਛਾਣਨ ਦੀ ਲੋੜ ਆ। ਇੱਕ ਗੱਲ ਹੋਰ ਧਿਆਨ 'ਚ ਰੱਖਣੀ ਚਾਹੀਦੀ ਹੈ, ਅਸੀਂ ਸਿੰਧ ਘਾਟੀ ਦੀ ਸਭਿਅਤਾ ਦੇ ਲੋਕ ਹਾਂ। ਮੋਹਨਜੋਦੜੋ ਹੜੱਪਾ ਹੋਵੇ ਜਾਂ ਆਹ ਸਮਰਾਲੇ ਤੇ ਖਮਾਣੋ ਦੇ ਲਾਗੇ ਉੱਚਾ ਪਿੰਡ ਸੰਘੋਲ ਹੋਵੇ, ਇੱਥੇ ਤੁਸੀਂ ਚੱਲ ਜਾਓ, ਪੁਰਾਣੇ ਥੇ ਜਿਹੜੇ ਆ ਉਹ ਪੁੱਟੋ ਤੇ ਉੱਥੋਂ ਮੂਰਤੀਆਂ ਨਿਕਲਦੀਆਂ, ਬਰਤਨ ਨਿਕਲਦੇ ਆ ਮਿੱਟੀ ਦੇ ਵੀ, ਉੱਥੇ ਪੱਕੇ ਘਰ ਮਿਲਦੇ ਆ ਜਿਨ੍ਹਾਂ 'ਚ ਸੌਣ ਦੇ, ਖਾਣਾ ਪਕਾਉਣ ਦੇ, ਗੱਲਬਾਤ ਕਰਨ ਦੇ ਵੱਖੋ ਵੱਖ ਕਮਰੇ ਨੇ, ਨਾਲੀਆਂ ਤੇ ਗਲੀਆਂ ਪੱਕੀ ਇੱਟ ਦੀਆਂ ਨੇ। ਇਹ 2-3 ਹਜ਼ਾਰ ਸਾਲ ਪਹਿਲਾਂ
ਸਾਡੇ ਵੱਡੇ ਵਡੇਰੇ ਉਦੋਂ ਪੱਕੇ ਘਰਾਂ ਚ ਰਹਿੰਦੇ ਸਨ। ਜਦੋਂ ਅੱਜ ਦੇ ਸਿਵਿਲਾਈਜ਼ਡ ਦੇਸ਼ ਜਿਹੜੇ ਨੇ ਅਮਰੀਕਾ, ਬਰਤਾਨੀਆ, ਫਰਾਂਸ, ਇਹਨਾਂ ਦੇ ਵੱਡੇ ਵਡੇਰੇ ਦੇ ਜੰਗਲਾਂ ਚ ਉਦਾਂ ਹੀ ਤੁਰੇ ਫਿਰਦੇ, ਉਹਨਾਂ ਨੂੰ ਕੱਪੜੇ ਨਹੀਂ ਬਣਾਉਣੇ ਆਉਂਦੇ। ਫਿਰ ਉਹ ਸਾਡੇ ਤੋਂ ਅੱਗੇ ਲੰਘ ਗਏ ਤੇ ਅਸੀਂ ਪਿੱਛੇ ਆ ਗਏ। ਕਹਿਣ ਤੋਂ ਭਾਵ ਇਹ ਕਿ ਉਦੋਂ ਪਹਿਲਾਂ ਆਪਾਂ ਅਮਰੀਕਾ, ਕੈਨੇਡਾ ਹੁੰਦੇ ਸੀ, ਅਸੀਂ ਸੀਗੇ। ਇਹੋ ਕਾਰਨ ਹੈ ਕਿ ਬਾਹਰ ਦੇ ਸਾਰੇ ਜਿਹੜੇ ਯਾਤਰੀ ਸੀ, ਹਿਊਨ ਸਾਂਗ ਹੋਵੇ, ਫਾਹੀਆਨ ਹੋਵੇ, ਉਹ ਸਾਰੇ ਕੋਲ ਆਉਂਦੇ ਸਨ ਇੱਥੇ ਯਾਤਰਾ ਕਰਨ ਆਉਂਦੇ, ਵੇਖਣ ਵਾਸਤੇ ਕਿ ਤਰੱਕੀ ਕਿੱਧਰ ਕਰੇ। ਫਿਰ ਅਸੀਂ ਮਾਰ ਖਾ ਗਏ। ਕਿਹੜੀ ਗੱਲ ਤੋਂ ਮਾਰ ਖਾ ਗਏ? ਅੱਜ ਦੀ ਤਰੀਕ ਚ ਕਿਸੇ ਨੂੰ ਦੇਸ਼ ਭਗਤ ਆਖਣਾ ਹੋਵੇ ਤੇ ਪ੍ਰਿਥਵੀ ਰਾਜ ਚੌਹਾਨ ਕਹਿੰਦੇ, ਕਿਸੇ ਨੂੰ ਗਦਾਰ ਕਹਿਣਾ ਹੋਵੇ ਤੇ ਕਹਿੰਦੇ ਜੈਚੰਦ ਹੋ ਗਿਆ। ਪਰ ਕਦੇ ਕਿਸੇ ਨੇ ਸੋਚਿਆ ਕਿ ਜੈਚੰਦ ਜੈਚੰਦ ਕਿਉਂ ਬਣਿਆ, ਗਦਾਰ ਕਿਉਂ ਬਣਿਆ? ਜੈਚੰਦ ਤੇ ਪ੍ਰਿਥਵੀ ਰਾਜ ਚੌਹਾਨ ਤੋਂ ਤੱਕੀ ਵਾਸੀ ਦੇ ਪੁੱਤ ਸਨ। ਜੈਚੰਦ ਦੀ ਧੀ ਦਾ ਵਿਆਹ ਸੀ ਤੇ ਪ੍ਰਿਥਵੀ ਰਾਜ ਚੌਹਾਨ ਗਿਆ ਤੇ ਮੰਡਪ ਦੇ ਵਿੱਚੋਂ ਲਾਵਾਂ ਤੇ ਬੈਠੀ ਕੁੜੀ ਨੂੰ ਫੌਜ ਦੇ ਜ਼ੋਰ ਨਾਲ ਚੁੱਕ ਲਿਆ। ਜਿਹਦੀ ਧੀ ਲਾਵਾਂ ਤੇ ਬੈਠੀ ਸਰੀਕ ਚੁੱਕ ਕੇ ਲੈ ਜਾਵੇ ਫੌਜ ਦੇ ਜ਼ੋਰ ਤੇ, ਉਹ ਫਿਰ ਜਾਂ ਮਾਰਦਾ ਹੁੰਦਾ, ਜੇ ਮਰ ਨਹੀਂ ਚੁੱਕਾ ਤੇ ਮਰ ਜਾਂਦਾ ਹੁੰਦਾ। ਜੈਚੰਦ ਦੁਸ਼ਮਣ ਨਾਲ ਮਿਲ ਗਿਆ, ਉਹਨੇ ਪਹਿਲਾਂ ਸਰੀਕ ਨੂੰ ਮਰਵਾਇਆ, ਮੁੜ ਕੇ ਆਪ ਮਰਿਆ। ਜੈਚੰਦ ਤਾਂ ਗਦਾਰ ਹੋ ਗਿਆ। ਜਿਹੜੇ ਪ੍ਰਿਥਵੀ ਰਾਜ ਚੌਹਾਨ ਨੇ ਇਹ ਹਾਲਾਤ ਵੀ ਪੈਦਾ ਕੀਤੇ ਕਿ ਜੈਚੰਦ ਗਦਾਰ ਹੋ ਜੇ, ਉਹਨੂੰ ਕੋਈ ਕੁਛ ਨਹੀਂ ਕਹਿੰਦਾ। ਭਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਨਾਲ ਸੀ ਉਸਦੀ ਗੈਰ ਸਾਲੀ, ਪਰ ਭਾੜਾ ਸਿੰਘ ਨੇ ਗਦਾਰੀ ਕਿਉਂ ਕੀਤੀ? ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੇ ਆ ਕੇ ਫਰੀਦਕੋਟ ਦੇ ਰਾਜ ਤੇ ਕਬਜ਼ਾ ਕਰ ਲਿਆ, ਉਹ ਭੱਜ ਗਏ। ਫਿਰ ਅੰਗਰੇਜ਼ਾਂ ਦੀ ਮਦਦ ਲਈ, ਡੇਢ ਸਾਲ ਬਾਅਦ ਅੰਗਰੇਜ਼ਾਂ ਦੀ ਫੌਜ ਆਈ, ਉਹਨਾਂ ਨੇ ਰਣਜੀਤ ਸਿੰਘ ਦੀ ਫੌਜ ਨੂੰ ਕੁੱਟ ਕੇ ਸਰ ਲਈ ਤੇ ਪਾਰ ਕਰਤਾ, ਉਹਨਾਂ ਦਾ ਰਾਜ ਵਾਪਸ ਦਵਾ ਦਿੱਤਾ। ਜਦੋਂ ਰਣਜੀਤ ਸਿੰਘ ਨਾ ਰਿਹਾ ਤੇ ਉਹਦੇ ਪੁੱਤ ਪੋਤਰਿਆਂ ਨਾਲ ਲੜਾਈ ਸੀ ਅੰਗਰੇਜ਼ਾਂ ਦੀ, ਉਦੋਂ ਭਾੜਾ ਸਿੰਘ ਦਾ ਪਰਿਵਾਰ ਜਿਹੜਾ, ਜਿਹਨਾਂ ਦਾ ਰਾਜ ਹੀ ਅੰਗਰੇਜ਼ਾਂ ਨੇ ਵਾਪਸ ਦਵਾਇਆ ਸੀ, ਉਹ ਰਣਜੀਤ ਸਿੰਘ ਦੇ ਪਰਿਵਾਰ ਨਾਲ ਕਿੱਦਾਂ ਖਲੋ ਜਾਂਦਾ? ਉਹਨੇ ਅੰਗਰੇਜ਼ਾਂ ਨਾਲ ਖੜਨਾ ਸੀ। ਅੱਜ ਦੀ ਤਰਕੀਬ ਵਿੱਚ ਭਾੜਾ ਸਿੰਘ ਦਾ ਗਦਾਰ ਹੋ ਗਿਆ, ਪਰ ਜਿਹੜੇ ਰਣਜੀਤ ਸਿੰਘ ਨੇ ਉਹਨੂੰ ਇਸ ਗਦਾਰੀ ਵਾਲੇ ਰਾਹ ਪਾਇਆ, ਉਹਨੂੰ ਅਸੀਂ ਨਹੀਂ ਮੰਨਦੇ। ਹੁਣ ਅੱਜ ਦੇ ਭਾਰਤ ਵਿੱਚ ਵੀ ਜਦੋਂ ਅਸੀਂ ਕਹਿੰਦੇ ਹਾਂ ਫਲਾਨਾ ਭਾਈਚਾਰਾ ਬੜਾ ਮਾੜਾ, ਫਲਾਨਾ ਬੜਾ ਮਾੜਾ, ਜਦੋਂ ਅਸੀਂ ਕਦੇ ਪੰਜਾਬ ਵਿੱਚ ਇਹ ਨਾਰੇ ਲੱਗਦੇ ਸੁਣੇ ਕੱਛ ਕੜਾ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ, ਭਾਰਤੀ ਜਨਤਾ ਪਾਰਟੀ ਨੇ ਅੱਜ ਕੱਲ੍ਹ ਉਹ ਜਿਹੜਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਵਿਦਿਆਰਥੀ ਕਨ੍ਹਈਆ ਕੁਮਾਰ, ਉਹ ਕਹਿੰਦਾ ਜੀ ਬੀਜੇਪੀ ਨੇ ਚਲਾਉਣੀ ਤੇ ਸਰਕਾਰ ਸੀ ਪਰ ਉਹ ਟਰੈਵਲ ਏਜੰਸੀ ਖੋਲ ਕੇ ਬਹਿ ਗਈ ਹੈ। ਉਹ ਪੁੱਛਿਆ ਕਿੱਦਾਂ? ਕਹਿੰਦਾ ਜੀ ਜਿਹੜਾ ਕੋਈ ਗੱਲ ਕਰਦਾ ਉਹਨੂੰ ਕਹਿੰਦਾ ਤੂੰ ਪਾਕਿਸਤਾਨ ਚਲਾ ਜਾ, ਕਹਿੰਦਾ ਨਾ ਟਰੈਵਲ ਏਜੰਸੀ ਖੋਲੀ ਪਾਕਿਸਤਾਨ ਦੀਆਂ ਟਿਕਟਾਂ ਵੇਚ ਦੇ। ਬਿਲਕੁਲ ਬਿਲਕੁਲ। ਅੱਛਾ ਜਿਹੜੇ ਇਹ ਵਾਰ ਵਾਰ ਹਰ ਕਿਸੇ ਨੂੰ ਕਹਿੰਦੇ ਪਾਕਿਸਤਾਨ ਚਲਾ ਜਾ, ਇਹ ਹਾਲਾਤ ਵਿਗਾੜ ਰਹੇ। ਜੋ ਕੁਝ ਜੈਚੰਦ ਦੇ ਵੇਲੇ ਹੋਇਆ, ਜੋ ਕੁਝ ਰਣਜੀਤ ਸਿੰਘ ਦੇ ਵੇਲੇ ਹੋਇਆ, ਅੱਜ ਦੀ ਤਰੀਕ ਵਿੱਚ ਵੀ ਜੇ ਤੁਸੀਂ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਰੋਜ਼ ਆਖੋਗੇ ਤੇਰੀ ਫਲਾਨੀ ਗੱਲ ਤੋਂ ਸਾਨੂੰ ਨਫ਼ਰਤ ਹੈ, ਥੋੜੀ ਚੰਗਾ ਲੱਗਦਾ। ਇੱਕ ਨੇ ਉੱਥੇ ਆਹ ਜਿਹੜੀ ਮੇਨਕਾ ਗਾਂਧੀ ਦੇ ਮੁੰਡੇ ਨੇ ਯੂਪੀ ਚ ਤਫਰੀਲ ਕਰ ਦਿੱਤੀ ਸੀ, ਕਲੀਮ ਉੱਲਾ, ਅਸਲੀਮ ਉੱਲਾ, ਮੈਨੂੰ ਤੇ ਇਹਨਾਂ ਦੇ ਨਾਂ ਨਹੀਂ ਪਸੰਦ। ਜੇ ਤੁਸੀਂ ਇੱਦਾਂ ਦੀਆਂ ਗੱਲਾਂ ਕਰੋਗੇ, ਜੇ ਤੁਸੀਂ ਕਿਸੇ ਦੇ ਘਰ ਜਾ ਕੇ ਕੁੱਟ ਕੁੱਟ ਕੇ ਮਾਰ ਦਿਆਂਗੇ ਤੇਰੇ ਫਰਿੱਜ ਦੇ ਵਿੱਚ ਗਾਂ ਦਾ ਮਾਸ ਮਿਲਿਆ ਤੇ ਬਾਅਦ ਚ ਆਖੋਗੇ ਆਹ ਵੇਖੋ ਜੀ ਗਾਂ ਦਾ ਮਾਸ ਅਸੀਂ ਬਰਾਮਦ ਕੀਤਾ। ਬਰਾਮਦ ਪੁਲਿਸ ਕਰਦੀ ਹੈ, ਕੋਈ ਮੈਜਿਸਟ੍ਰੇਟ ਕਰਦਾ ਕਿ ਭੀੜ ਕਰਦੀ ਹੁੰਦੀ ਹੈ? ਭੀੜ ਉੱਥੋਂ ਲਿਆ ਕੇ ਆਖੇ ਵੀ ਇਹਦੇ ਘਰੋਂ ਮਿਲਿਆ। ਜੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰੋਗੇ ਤੇ ਦੇਸ਼ ਵਾਸਤੇ ਚੰਗੇ ਨਹੀਂ। ਅਸੀਂ ਸਿੰਧ ਘਾਟੀ ਦੀ ਬਹੁਤ ਤਰੱਕੀ ਵਾਲੀ ਸਭਿਅਤਾ ਤੋਂ ਪਛੜੇ ਇਸ ਕਰਕੇ ਗਏ ਕਿਉਂਕਿ ਅਸੀਂ ਇਹਨਾਂ ਗੱਲਾਂ ਚ ਉਲਝ ਗਏ ਸਾਂ, ਤੇ ਜੇ ਅੱਜ ਵੀ ਇਹਨਾਂ ਗੱਲਾਂ ਚੋਂ ਨਾ ਨਿਕਲੇ ਫਿਰ ਇਹ ਨਾ ਸਮਝੋ ਕਿ ਮੰਗਲ ਤਾਰੇ ਤੇ ਸਾਡਾ ਉਗਰਿਆ ਚਲਾ ਗਿਆ, ਇਹ ਸਮਝੋ ਕਿ ਸਾਡੀਆਂ ਜੜ੍ਹਾਂ ਅਜੇ ਮੋਹਨਜੋਦੜ ਦੇ ਵਿੱਚ ਹੈ, ਅਸੀਂ ਉਹ ਗਲਤੀਆਂ ਦੁਹਰਾਈ ਜਾ ਰਹੇ ਹਾਂ। ਕੁੱਲ ਮਿਲਾ ਕੇ ਪੰਨੂ ਸਾਹਿਬ ਹੁਣ ਵੇਲਾ ਬਿਲਕੁਲ ਹੀ ਮੁੱਕਿਆ ਜੀ, ਤੇ ਇਸ ਵਕਤ ਸਾਡਾ ਜਿਹੜਾ ਸਮਾਂ ਹੈ ਉਹ ਵੀ ਪੂਰਾ ਹੋ ਚੁੱਕਾ। ਸੋ ਆਪਾਂ ਹੁਣ ਆਪਣੇ ਇਸ ਸ਼ੋਅ ਨੂੰ, ਪ੍ਰੋਗਰਾਮ ਦਾ ਇਹਦੇ ਵਿਚਾਰ ਨੂੰ ਸਮੇਟਦੇ ਹਾਂ ਜੀ, ਤੇ ਇਹਨਾਂ ਜ਼ਰੂਰ ਮੈਂ ਦੱਸ ਦਿਆਂ ਜੀ ਕਿ ਪ੍ਰਾਈਮ ਏਸ਼ੀਆ ਟੀਵੀ ਦੇ ਸ਼ੋਅ ਨੂੰ ਹੁਣ ਤੁਸੀਂ ਲਾਈਵ ਦੇਖਦੇ ਹੋ ਜੀ ਫੇਸਬੁੱਕ ਦੇ ਉੱਪਰ, ਇਸ ਤੋਂ ਯੂਟਿਊਬ ਦੇ ਉੱਪਰ। ਪ੍ਰਾਈਮ ਏਸ਼ੀਆ ਟੀਵੀ ਨੂੰ ਇੰਨਾ ਸਾਰਾ ਪਿਆਰ ਦੇਣ ਦੇ ਲਈ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਤੇ ਵੱਡਾ ਸ਼ੁਕਰ ਮਨਾਉਂਦੇ ਹਾਂ ਅਸੀਂ ਕਿ ਤੁਹਾਨੂੰ ਸਭ ਤੁਸੀਂ ਵਕਤ ਦਿੱਤਾ, ਇੰਨੀਆਂ ਸਿਆਣੀਆਂ ਗੱਲਾਂ ਸਾਡੇ ਦਿੱਤੀਆਂ। ਸੋ ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ